ਜੀ ਹਾਂ ਦੋਸਤੋ, ਪੰਜਾਬੀ ਮੰਚ ਲਾਈਵ ਵੱਲੋਂ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਹੈ। ਅਮਰੀਕਾ ਦੇ ਪੱਛਮੀ ਤੱਟ 'ਤੇ ਇਸ ਵੇਲੇ ਸਵੇਰ ਦੇ 6:30 ਵੱਜੇ ਨੇ, ਜਦਕਿ ਪੂਰਬੀ ਤੱਟ 'ਤੇ ਸਵੇਰ ਦੇ 9:30 ਹੋ ਚੁੱਕੇ ਨੇ। ਅੱਜ ਦਿਨ ਸਨਿਚਰਵਾਰ ਹੈ, 11 ਦਸੰਬਰ 2021, ਅਤੇ ਅੱਜ ਅਸੀਂ ਤੁਹਾਡੇ ਨਾਲ ਕਵੀ ਦਰਬਾਰ ਦੀ ਸਾਂਝ ਪਾਉਣ ਜਾ ਰਹੇ ਹਾਂ। ਮੈਂ ਇੱਕ ਵਾਰੀ ਫਿਰ ਰਿਮਾਇੰਡ ਕਰਾ ਦੇਵਾਂ, ਕਿਉਂਕਿ ਆਪਣੇ ਬਹੁਤ ਸਾਰੇ ਦੋਸਤ, ਪੁਰਾਣੇ ਦੋਸਤ ਵੀ ਵਾਰ ਵਾਰ ਪੁੱਛਦੇ ਰਹਿੰਦੇ ਨੇ ਕਿ ਐਤਕੀ ਕਿਹੜਾ ਪ੍ਰੋਗਰਾਮ ਰੱਖਣਾ ਜੀ, ਕਿੰਨੇ ਵਜੇ ਸ਼ੁਰੂ ਹੋਣਾ ਜੀ। ਟਾਈਮ ਸਾਡਾ ਪੱਕਾ ਹੀ ਆ, ਅਤੇ ਪ੍ਰੋਗਰਾਮ ਵੀ ਜਿਹੜਾ ਅਸੀਂ ਤੁਹਾਨੂੰ ਪਤਾ ਹੈ, ਉਹਦਾ ਫੋਰਮੈਟ ਵੀ ਜਿਹੜਾ ਬਣਾਇਆ ਹੋਇਆ ਉਹ ਵੀ ਪੱਕਾ ਹੀ ਆ। ਅੱਜ ਸਾਡੇ ਕਵੀ ਦਰਬਾਰ ਦਾ ਨੰਬਰ ਹੈ, ਇਹਦਾ ਮਤਲਬ ਅਗਲੇ ਹਫ਼ਤੇ ਅਸੀਂ ਕਵੀ ਦਰਬਾਰ ਨਹੀਂ ਕਰਾਂਗੇ। ਅਗਲੇ ਹਫ਼ਤੇ ਸਾਡਾ ਇੰਟਰਵਿਊ ਦਾ ਨੰਬਰ ਆ, ਇੰਟਰਵਿਊ ਦੀ ਜਗ੍ਹਾ ਅਸੀਂ ਕਿਸੇ ਫਿਲਮ ਸਮੀਖਿਆ ਦਾ ਨੰਬਰ ਵੀ ਲਗਾ ਦਿੰਦੇ ਹਾਂ, ਜਾਂ ਕਿਸੇ ਗੀਤ ਦੇ ਗੀਤ ਦੀ ਸਮੀਖਿਆ ਕਰ ਦਿੰਦੇ ਹਾਂ, ਜਾਂ ਕੋਈ ਫਿਲਮ ਦੀ ਸਮੀਖਿਆ, ਜਾਂ ਕੋਈ ਗੋਸ਼ਟੀ ਵਗੈਰਾ, ਜਾਂ ਕੋਈ ਟੋਪਿਕ ਲੈ ਕੇ ਇੱਦਾਂ ਦਾ ਕੋਈ ਨਾ ਕੋਈ, ਜਾਂ ਕਿਸੇ ਵਿਅਕਤੀ ਦੀ ਅਸੀਂ ਇੰਟਰਵਿਊ ਰੱਖ ਦਿੰਦੇ ਹਾਂ। ਸੋ ਉਹ ਬਦਲ ਕੇ ਪ੍ਰੋਗਰਾਮ ਆਉਂਦਾ, ਲੇਕਿਨ ਕਵੀ ਦਰਬਾਰ ਜਿਹੜੇ ਆ ਮਹੀਨੇ ਵਿੱਚ 2 ਹੀ ਆਉਂਦੇ ਨੇ। ਇੱਕ ਹਫ਼ਤਾ ਛੱਡ ਕੇ ਅਸੀਂ ਕਵੀ ਦਰਬਾਰ ਕਰਦੇ ਹਾਂ, ਇਹਦਾ ਮਤਲਬ ਹੈ ਅਗਲੇ ਹਫ਼ਤੇ ਕਵੀ ਦਰਬਾਰ ਦਾ ਨੰਬਰ ਨਹੀਂ ਹੈ। ਅਤੇ ਮੈਂ ਤੁਹਾਨੂੰ ਇਸ ਕਰਕੇ ਰਿਮਾਇੰਡ ਕਰਾ ਰਿਹਾ ਕਿ ਪੁਰਾਣੇ ਦੋਸਤ ਵੀ ਕਈ ਵਾਰ ਵਾਰ ਕਰਾਉਂਦੇ ਰਹਿੰਦੇ ਨੇ, ਯਾਦ ਕਰਾਉਂਦੇ ਰਹਿੰਦੇ ਨੇ ਜਾਂ ਪੁੱਛਦੇ ਰਹਿੰਦੇ ਨੇ। ਇਸ ਕਰਕੇ ਮੈਂ ਐਤਕੀ ਇੱਕ ਨੋਟਿਸ ਵੀ ਲਿਖ ਕੇ ਲਗਾ ਦਿੱਤਾ ਉੱਥੇ, ਤੁਸੀਂ ਉਹਨੂੰ ਹਿੰਦੀ ਪੰਜਾਬੀ 'ਚ ਕਿਸੇ ਵੀ ਭਾਸ਼ਾ 'ਚ ਲਿਖ ਕੇ ਬੇਸ਼ੱਕ ਫਾਰਮੈਟ ਕਰ ਦਿਆ ਕਰੋ ਜਦੋਂ ਕੋਈ ਦੋਸਤ ਪੁੱਛਦਾ ਹੁੰਦਾ। ਚਲੋ ਹੋਰ ਮੈਂ ਗੱਲ ਲੰਬੀ ਨਹੀਂ ਕਰਦਾ, ਮਾਈਕ ਮੈਂ ਬਿੰਦਰ ਕੋਲਿਆਂਵਾਲ ਜੀ ਦੇ ਹਵਾਲੇ ਕਰਦਾ, ਤਾਂ ਕਿ ਉਹ ਕਵੀ ਦਰਬਾਰ ਦਾ ਸੰਚਾਰ ਸ਼ੁਰੂ ਕਰ ਸਕਣ। ਹਾਂਜੀ ਬਿੰਦਰ ਜੀ, ਮਾਈਕ ਤੁਹਾਡੇ ਹਵਾਲੇ ਆ, ਆ ਜਾਓ। ਸ਼ੁਕਰੀਆ ਸਾਹਿਬ, ਅੱਜ ਦੇ ਕਵੀ ਦਰਬਾਰ ਵਿੱਚ ਆਏ ਸਾਰੇ ਕਵੀ ਸਾਹਿਬਾਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਹੀ ਸੁਣਨ ਵਾਲੇ ਪਾਠਕਾਂ ਨੂੰ ਤੇ ਕਵੀ ਸਾਥੀਆਂ ਨੂੰ ਮੈਂ ਮੁਬਾਰਕ ਦੇਣੀ ਚਾਹੂੰਗਾ ਕਿ ਕਿਸਾਨੀ ਮੋਰਚੇ ਦੀ ਅੱਜ ਪੂਰੀ ਤਰ੍ਹਾਂ ਕਹਿ ਰਹੇ ਕਿ ਜਿੱਤ ਹੋ ਗਈ, ਵਾਪਸੀ ਹੋਈ ਹੈ ਘਰੋਂ ਘਰੀ। ਪਰਮਾਤਮਾ ਦੀ ਬੜੀ ਮਿਹਰ ਹੋਈ ਹੈ ਕਿ ਅੱਜ ਅਸੀਂ ਇਹ ਨਹੀਂ ਕਹਿ ਸਕਦੇ ਕਿ ਸ਼ਾਹ ਮਹਾਮਲੇ ਦੀ ਸਰਕਾਰ ਦਰਜੋ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ, ਇਹ ਫੌਜਾਂ ਜਿੱਤ ਕੇ ਹਾਰੀਆਂ ਨੇ, ਜਿੱਤ ਕੇ ਹੀ ਜਿੱਤ ਕੇ ਵਾਪਸ ਚੱਲਣਾ। ਅੱਜ ਦੇ ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਹੋਏ ਦੋ ਲਾਈਨਾਂ ਹਾਜ਼ਰ ਨੇ, ਆਸ਼ਾਵਾਂ ਦੇ ਚਿਰਾਗ ਜਲਾ ਕੇ ਹਨੇਰਿਆਂ ਵਿੱਚ, ਆਸ਼ਾਵਾਂ ਦੇ ਚਿਰਾਗ ਜਲਾ ਕੇ ਹਨੇਰਿਆਂ ਵਿੱਚ ਰੋਸ਼ਨੀ ਕਰਨ ਜੋ, ਇਹ ਕਲਮਾਂ ਵਾਲੇ ਉਹ ਕਵੀ ਨੇ, ਇਹ ਕਲਮਾਂ ਵਾਲੇ ਉਹ ਕਵੀ ਨੇ, ਮੁਰਦਿਆਂ ਵਿੱਚ ਵੀ ਜਾਨ ਭਰਨ ਜੋ, ਮੁਰਦਿਆਂ ਵਿੱਚ ਵੀ ਜਾਨ ਭਰਨ ਜੋ। ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਹੋਏ ਆਪਾਂ ਸੱਦਾ ਦੇਣ ਜਾ ਰਹੇ ਹਾਂ ਚਰਨ ਸਿੰਘ ਜੋਗੀ ਜੀ ਹੋਣਾਂ ਨੂੰ, ਉਹ ਅੱਜ ਦੇ ਕਵੀ ਦਰਬਾਰ ਦੀ ਸ਼ੁਰੂਆਤ ਕਰਨਗੇ, ਤੇ ਉਸ ਤੋਂ ਬਾਅਦ ਆਪਣੇ ਨਾਲ ਇੰਗਲੈਂਡ ਤੋਂ ਨਛੱਤਰ ਸਿੰਘ ਭੋਗਲ ਜੀ ਜੁੜਦੇ ਨੇ, ਉਹ ਆਪਣੀ ਰਚਨਾ ਤਿਆਰ ਰੱਖਣ। ਗੁਰਚਰਨ ਸਿੰਘ ਜੀ ਜੋਗੀ ਜੀ ਹੈ, ਬਹੁਤ ਮਿਹਰਬਾਨੀ ਬਿੰਦਰ ਕੋਲਿਆਂਵਾਲ ਜੀ ਔਰ ਕਾਂਗਰਸ ਸਭਾ ਦੇ ਉਪਰਾਲਿਆਂ ਨੂੰ ਸਿੱਝਦਾ, ਤੁਹਾਡੇ ਸਾਰਿਆਂ ਨੂੰ ਸਿੱਝਦਾ ਜੀ, ਤੁਹਾਡੇ ਸਾਰਿਆਂ ਦੀ ਮਿਹਰਬਾਨੀ ਨਾਲ ਆਪਣਾ ਪ੍ਰੋਗਰਾਮ ਦੁਨੀਆਂ 'ਚ ਧੁੰਮਾਂ ਪੈ ਗਈਆਂ, ਬਹੁਤ ਵਧੀਆ ਰਿਹਾ ਪਿਛਲੀ ਵਾਰੀ, ਤੁਹਾਨੂੰ ਸਾਰਿਆਂ ਨੂੰ ਵਧਾਈ। ਨਹੀਂ ਉਹ ਕਿਰਪਾ ਮੂਹਰੀ ਹੈ ਕਿਉਂਕਿ ਬੜੇ ਸੁਹਿਰਦ ਬੰਦੇ ਨਾਲ ਜੁੜੇ ਸੀ ਤੇ ਸੁਹਿਰਦ ਬੰਦੇ ਦੀ ਕਿਤਾਬ ਦਾ ਵਿਮੋਚਨ ਸੀ ਤੇ ਉਹ ਹੋਣਾ ਹੀ ਸੀ। ਉਹ ਬਾਕੀ ਵਿਸ਼ਾ ਵੀ ਇਹੋ ਜਿਹਾ ਹੀ ਆ, ਉਸ ਵਿਸ਼ੇ ਤੇ ਆਪਾਂ ਗੋਸ਼ਟੀ ਵੀ ਇੱਕ ਵਾਰੀ ਫਿਰ ਰੱਖਾਂਗੇ, ਕਵੀ ਦੁਬਾਰਾ ਰੱਖਾਂਗੇ ਦੁਬਾਰਾ ਉਸ ਵਿਸ਼ੇ ਤੇ ਜੀ। ਹਾਂਜੀ, ਲਸਾਨੀ ਸ਼ਹਾਦਤ ਨੂੰ ਸਮਰਪਿਤ ਮੈਂ ਰਚਨਾ ਜੀ ਬਲਵੀਰ ਜੀ ਵਿੱਚ ਹੀ ਹੈ ਬਸ ਕਵਿਤਾ ਦੇ ਵਿੱਚ, ਗੱਡੀ ਦੀ ਸੁਣ ਨਾ ਦੇਖੀ ਇਹ ਜੋ ਸੀ ਕੁਰਬਾਨੀ, ਸੁਣੀ ਨਾ ਦੇਖੀ ਇਹ ਜੋ ਸੀ ਕੁਰਬਾਨੀ, ਇਹ ਸ਼ਹਾਦਤ ਨੇ ਬਖਸ਼ੀ ਇੱਕ ਕੌਮ ਨੂੰ ਮੁੜ ਜ਼ਿੰਦਗਾਨੀ, ਸ਼ਹਾਦਤ ਨੇ ਬਖਸ਼ੀ ਇੱਕ ਕੌਮ ਔਰ ਕਿਰਪਾ ਰਾਮ ਸਹਿਤ ਕੁਝ ਪੰਡਿਤ ਗੁਰੂ ਸ਼ਰਨ ਵਿੱਚ ਆਏ, ਫਿਕਰ ਦੀਆਂ ਤੇ ਤੇਰੇ ਸਨ ਮੁਰਝਾਏ, ਔਰੰਗਜ਼ੇਬ ਦੇ ਜਬਰ ਦੇ ਜਦ ਉਹਨਾਂ ਨੇ ਹਾਲ ਸੁਣਾਏ, ਬਾਲ ਗੋਬਿੰਦ ਜੀ ਕਹਿੰਦੇ ਇਹਨਾਂ ਦੀ ਕਰਦੇ ਉਹ ਦੂਰ ਵੀਰਾਨੀ, ਇਸ ਤੋਂ ਵੱਡੀ ਸੁਣੀ ਨਾ ਦੇਖੀ ਇਹ ਜੋ ਸੀ ਕੁਰਬਾਨੀ।
ਅਗਲਾ ਬੰਦ ਪੇਸ਼ੇ ਖਿਦਮਤ ਹੈ ਜੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਫਰਮਾਇਆ, ਸ੍ਰੀ ਗੁਰੂ ਤੇਗ ਬਹਾਦਰ ਫਰਮਾਇਆ, ਬਚਿਆ ਰਹੇਗਾ ਧਰਮ ਤੁਹਾਡਾ, ਇਹ ਵਿਸ਼ਵਾਸ ਦਵਾਇਆ। ਬਚਿਆ ਰਹੇਗਾ ਧਰਮ ਤੁਹਾਡਾ, ਇਹ ਵਿਸ਼ਵਾਸ ਦਵਾਇਆ। ਪਰਵਾਹ ਤੇ ਖੁਦ ਨੂੰ ਗੁਰੂ ਜੀ ਨੇ ਸੀ ਆਪਣਾ ਕੋਲ ਪੁਗਾਇਆ, ਵਾਰ ਕੇ ਖੁਦ ਨੂੰ ਗੁਰੂ ਸਾਹਿਬ ਨੇ ਆਪਣਾ ਕੋਲ ਪੁਗਾਇਆ। ਇਹ ਲੈਣ ਵੱਲ ਧਿਆਨ ਦੇਣਾ ਜੀ। ਰੁਕੇ ਹੋਏ ਸਾਹਾਂ ਨੂੰ ਬਖਸ਼ੀ, ਰੁਕੇ ਹੋਏ ਸਾਹਾਂ ਨੂੰ ਬਖਸ਼ੀ ਗੁਰੂ ਦੇ ਫੇਰ ਗਵਾਨੀ, ਰੁਕੇ ਹੋਏ ਸਾਹਾਂ ਨੂੰ ਬਖਸ਼ੀ ਰਵਾਨੀ, ਇਸ ਤਰ੍ਹਾਂ ਲੱਗੀ ਸੁਣੀ ਨਾ ਦੇਖੀ, ਇਹ ਜੋ ਸੀ ਕੁਰਬਾਨੀ। ਬਹੁਤ ਬਹੁਤ ਵਧੀਆ ਬੰਦ ਪੇਸ਼ ਹੈ ਜੀ। ਮਤੀ ਦਾਸ ਤੇ ਸਤੀ ਦਾਸ ਵੀ ਸਿਦਕੋ ਮੂਲ ਨਾ ਡੋਲੇ, ਗੁਰੂ ਬੋਲੇ ਉਬਲਦੀ ਦੇਗ ਚ ਭਾਈ ਦਿਆਲਾ, ਵਾਹਿਗੁਰੂ ਵਾਹਿਗੁਰੂ ਬੋਲੇ ਸਿਦਕ ਦੇ ਹੋ ਗਏ ਕੱਖਾਂ ਤੋਂ ਹੋਲੇ, ਨਹੀਂ ਤਵਾਰੀਖ ਚੋਂ ਮਿਲਦੀ ਨਹੀਂ ਐਸੀ ਮਿਸਾਲ ਲਾਸਾਨੀ, ਇਸ ਤੋਂ ਇਹ ਜੋ ਸੀ ਕੁਰਬਾਨੀ। ਔਰ ਅੰਤਮ ਬੰਦ ਜੀ, ਗੁਰੂ ਨਾਨਕ ਦੀ ਨੌਵੀਂ ਜੋਤ ਨੇ ਪਰ ਉਪਕਾਰ, ਗੁਰੂ ਨਾਨਕ ਦੀ ਨੌਵੀਂ ਜੋਤ ਨੇ ਪਰ ਉਪਕਾਰ ਕਮਾਏ, ਆਪਣਾ ਉਹ ਹਿੰਦ ਦੀ ਚਾਦਰ ਕਹਿਲਾਏ, ਧਰਮ ਲਈ ਕੁਰਬਾਨੀ ਦੇ ਕੇ ਨਵੇਂ ਪੂਰਨੇ ਪਾਏ, ਮਿਲੀ ਜੋਤ ਵਿੱਚ ਜੋਤ ਹੈ ਮਿਲਦਾ ਜਿਉ ਪਾਣੀ ਸੰਗ ਪਾਣੀ, ਮਿਲੀ ਜੋਤ ਵਿੱਚ ਜੋਤ ਹੈ ਮਿਲਦਾ ਜਿਉ ਪਾਣੀ ਸੰਗ ਪਾਣੀ, ਦੇਖੀ ਸੀ ਕੁਰਬਾਨੀ ਇਸ ਸ਼ਹਾਦਤ ਨੇ ਕੌਮ ਨੂੰ ਮੁੜ ਜ਼ਿੰਦਗਾਨੀ, ਇਸ ਸ਼ਹਾਦਤ ਨੇ ਬਖਸ਼ੀ ਇੱਕ ਕੌਮ ਨੂੰ ਮੁੜ ਜ਼ਿੰਦਗਾਨੀ। ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਰਚਨਾ ਪੇਸ਼ ਕੀਤੀ। ਕਵੀ ਦਰਬਾਰ ਨੂੰ ਅੱਗੇ ਤੋਰ ਰਹੇ ਇੰਗਲੈਂਡ ਵੱਲ ਪਹੁੰਚਦੇ ਆ, ਤੇ ਇੰਗਲੈਂਡ ਤੋਂ ਆਪਣੇ ਨਾਲ ਜੁੜੇ ਨੇ ਸ਼ਾਇਰ ਨਿਸ਼ੰਕਰ ਸਿੰਘ ਜੀ ਭੋਗਲ, ਉਹ ਆਪਣੀ ਰਚਨਾ ਪੇਸ਼ ਕਰਨਗੇ। ਉਸ ਤੋਂ ਬਾਅਦ ਜੈਸਮੀਨ ਮਾਹੀ ਜੀ ਆਪਣੀ ਰਚਨਾ ਤਿਆਰ ਰੱਖਣ, ਨਛੱਤਰ ਸਿੰਘ ਭੋਗਲ ਜੀ। ਨਛੱਤਰ ਸਿੰਘ ਭੋਗਲ ਜੀ ਆਪਣਾ ਮਾਇਕ ਆਨ ਕਰ ਲਓ ਪਲੀਜ਼, ਤੁਹਾਡਾ ਮਾਇਕ ਬੰਦ ਹੈ ਜੀ। ਹਾਂਜੀ ਹਾਂਜੀ, ਸੋਰੀ, ਬੜੀ ਸੋਹਣੀ ਕਵਿਤਾ ਸੁਣਾਈ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ। ਮੈਂ ਤੁਹਾਨੂੰ ਇਸ ਟੌਪਿਕ ਨੂੰ ਟੌਪਿਕ ਤੇ ਮੈਂ ਵੀ ਇੱਕ ਕਵਿਤਾ ਪੇਸ਼ ਕਰਨੀ ਚਾਹੁੰਦਾ। ਪਿਛਲੇ ਹਫ਼ਤੇ ਉਹਨਾਂ ਦਾ ਸ਼ਹੀਦੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਡੁੱਬਦਾ ਜਾਂਦਾ ਹੈ, ਤੁਹਾਡਾ ਕੱਟ ਗਿਆ ਸਾਹਮਣੇ ਜਾਓ ਮਾਈਕ ਦੇ, ਕੱਟ ਜਾਂਦਾ ਕਰ ਕੇ ਭਗਵਾਨ ਸੂਰਬੀਰ ਤੇਗ ਦੇ ਵੀ ਤਹਿਲ ਸਵਰ ਨੇ ਸੀ ਯਾਵਰ ਨਾਲ ਮੱਥਾ ਜਾ ਕੇ ਲਾ ਲਿਆ, ਚਾਂਦਨੀ ਚੌਕ ਵਿਖੇ ਸੂਰਜ ਖੜੇ ਲੋਕਾਂ ਸਾਹਮਣੇ ਉਹ ਸੀਸ ਲੈ ਕੇ ਭਗਵਾਨ ਵੀਰ ਦਾ ਸੀ ਪਾ ਲਿਆ, ਨੌਵੇਂ ਗੁਰੂ ਦਿੱਲੀ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾਵੇ।
ਵਾਜਵਾ ਪਵਨ ਸਾਹਿਬ ਪੰਡਿਤ ਕਸ਼ਮੀਰੀਆਂ ਇਕੱਠੇ ਹੋ ਪਕਾਇਆ ਮਤਾ ਕਰੀਏ ਪੁਕਾਰ ਸੱਚੇ ਗੁਰੂ ਦਰਬਾਰ ਜਾ ਕੇ ਖਤਰਾ ਹੈ ਧੋਤੀ ਬੋਧੀ ਤਿਲਕ ਤੇ ਜੰਜੂ ਤਾਈ ਹਰ ਸੁਣੋ ਕੋਈ ਪੁਕਾਰ ਆ ਕੇ ਤੇ ਨਾਨਕ ਦੇ ਦਰ ਤੋਂ ਸਵਾਲੀ ਖਾਲੀ ਮੁਰਦਾ ਨਹੀਂ ਫਰਿਆਦੀ ਹੋਣਾ ਇਸ ਦਰ ਮਨ ਹੈ ਬਿਮਾਰਿਆ ਨੌਵੇਂ ਗੁਰੂ ਦਿੱਲੀ ਵਿੱਚ ਸ਼ੀਸ ਦੀ ਕਹੋਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਰੇਸ਼ਮ ਕੋਈ ਪਹਿਨੇ ਨਾ ਘੋੜ ਸਵਾਰੀ ਬੰਦ ਦਸਤਾਰ ਮੰਦਰਾਂ ਨੂੰ ਢਾ ਕੇ ਉੱਥੇ ਮਸਜਿਦਾਂ ਉਸਾਰੀ ਜਾਂਦੇ ਧੌੜਾਂ ਤੇ ਪਾਬੰਦੀ ਦਿਵਾਲੀ ਮੇਲੇ ਕੋਈ ਲਾਵੇ ਨਾ ਬਿਆਨ ਨਹੀਂ ਹੁੰਦੀ ਜਿਹੜੀ ਸਾਡੇ ਉੱਤੇ ਬੀਤਦੀ ਏ ਹਕੂਮਤ ਨੇ ਹੱਥ ਸਾਡੀ ਪੱਗ ਨੂੰ ਵਪਾ ਲਿਆ ਨੌਵੇਂ ਗੁਰੂ ਦਿੱਲੀ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਕੁੜੀਆਂ ਤੇ ਰੰਨਾਂ ਬੁਰਸ਼ ਕੇ ਘਰਾਂ ਚੋਂ ਲੈ ਜਾਂਦੇ ਚੁੱਕ ਗਊ ਪੂਜਾ ਖਤਰਾ ਹੈ ਇੱਜ਼ਤ ਤੇ ਮਾਣ ਲਈ ਗੀਤਾ ਵੇਦ ਗ੍ਰੰਥਾਂ ਦੀ ਖਤਰੇ ਚ ਹੋਣ ਜਾਪੇ ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾ ਲਿਆ ਦਿੱਲੀ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਰੱਬੀ ਭਾਣੇ ਵਿੱਚ ਰਹਿ ਕੇ ਜੂਝਣਾ ਹੈ ਜਾਬਰਨਾ ਦੁਬਾਰਾ ਗੁਰੂ ਸਾਹਿਬ ਬੋਲੇ ਗੁਣਤੀ ਦਿੱਤੀ ਮੇਰੇ ਬਾਬਾ ਜੀ ਨੇ ਰੱਬੀ ਭਾਣੇ ਵਿੱਚ ਰਹਿ ਕੇ ਜੂਝਣਾ ਹੈ ਜਾਬਰਨਾ ਉਹ ਸੀਸ ਮੇਰਾ ਦਿੱਤਿਆ ਜੇ ਧਰਮ ਤੁਹਾਡਾ ਵੱਜਦਾ ਏ ਸੀਸ ਮੇਰਾ ਦਿੱਤਿਆ ਜੇ ਧਰਮ ਤੁਹਾਡਾ ਵੱਜਦਾ ਏ ਸੀਸ ਦੇਣੋ ਦੱਸੋ ਕਿਵੇਂ ਹੋ ਸਕਦਾ ਮੈਂ ਨਾਬਰ ਹਾਂ ਵੱਡੇ ਵਡੇਰਿਆਂ ਸਦਾ ਜ਼ੁਲਮ ਨਾ ਲਾਇਆ ਮੱਥਾ ਈ ਨਹੀਂ ਉਹ ਮੰਨੀ ਆਸਣ ਕਵੀ ਉੱਤੇ ਲਾ ਲਿਆ ਨੌਵੇਂ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਖੂਨੀ ਤਲਵਾਰ ਚੱਲੀ ਸਿਰ ਧਰ ਨਾਲ ਮੱਡ ਹੋਇਆ ਸੀ ਨਾ ਤੇਗ ਬਹਾਦਰ ਖੂਨੀ ਤਲਵਾਰ ਚੱਲੀ ਸਿਰ ਧਰ ਨਾਲ ਮੱਡ ਹੋਇਆ ਸੀ ਨਾ ਉਚਾਰੀ ਜਿਹੜਾ ਤੇਗ ਬਹਾਦਰ ਦਾ ਉਹ ਦੀਨ ਨਾ ਕਬੂਲਿਆ ਕਹਿਣੀ ਕਰਨੀ ਦੇ ਸੂਰਿਆਂ ਨੇ ਤਦ ਪਾਇਆ ਰੁਤਬਾ ਸੀ ਹਿੰਦ ਦੀ ਚਾਦਰ ਦਾ ਤੇ ਸਮਾਣੇ ਦਾ ਜਲਾਲ ਜਲਾਲਉਦੀਨ ਨਾਮ ਜੀ ਦਾ ਹਾਕਮਾਂ ਦੇ ਨੌਕਰ ਨੇ ਕਹਿ ਹੀ ਕਮਾ ਲਿਆ ਦਿੱਲੀ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਭਾਈ ਜੈਤਾ ਕਰ ਜੇਰਾ ਸੀਸ ਨਾਲ ਪੁੱਲ ਰਿਹਾ ਸੰਸਕਾਰ ਕੀਤਾ ਬੁਣਜਾਰੇ ਨੇ ਅਨੋਖਾ ਮੁੱਲ ਘਰਦਾ ਹੈ ਵਟਿਆ ਭੋਗਤ ਪਾਵੇ ਲਾਣ ਤਾਂ ਤੂੰ ਰਾਜਾ ਬਣ ਜ਼ੁਲਮ ਢਾਇਆ ਭੋਗਤ ਪਾਵੇ ਲਾਣ ਤਾਂ ਤੂੰ ਰਾਜਾ ਬਣ ਜ਼ੁਲਮ ਢਾਇਆ ਰੂਹ ਵਿੱਚ ਸਾੜ ਕੋਈ ਦੇਗਾਂ ਚ ਉਬਾਲਿਆ ਨੌਵੇਂ ਦਿੱਲੀ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਨੌਵੇਂ ਦਿੱਲੀ ਵਿੱਚ ਸੀਸ ਦੀ ਅਹੁਤੀ ਦੇ ਕੇ ਡੁੱਬਦਾ ਜਾਂਦਾ ਹਿੰਦ ਦਾ ਸੀ ਧਰਮ ਬਚਾ ਲਿਆ ਥੈਂਕ ਯੂ ਤੁਹਾਡੀਆਂ ਦੁਆਵਾਂ ਵੀਰ ਜੀ ਤੁਹਾਡੀਆਂ ਦੁਆਵਾਂ ਥੈਂਕ ਯੂ ਆਪਣੇ ਨਾਲ ਜੁੜੇ ਗੁਰਦਾਸਪੁਰ ਤੋਂ ਜੈਸਮੀਨ ਮਾਹੀ ਜੀ ਉਸ ਤੋਂ ਬਾਅਦ ਲਾਡੀ ਭੁੱਲਰ ਜੀ ਆਪਣੇ ਦੇਖਣਾ ਤਿਆਰ ਰੱਖਣ ਜੈਸਮੀਨ ਮਾਹੀ ਜੀ ਹਾਂ
ਸਾਰੇ ਸਤਿਕਾਰਯੋਗ ਕਵੀ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਆਪਣੀ ਪਹਿਲੀ ਕਾਵਿ ਸੰਗ੍ਰਹਿ ਸੋਚਾਂ ਦੇ ਕਦਮ ਦੇ ਵਿੱਚੋਂ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਆਧੁਨਿਕਤਾ। ਇਹ ਐਕਚੁਲੀ ਮੈਂ ਆਪਣੇ ਸਕੂਲ ਟਾਈਮ ਤੇ ਕਾਲਜ ਟਾਈਮ ਦੀਆਂ ਮੇਰੀਆਂ ਸਾਰੀਆਂ ਇਹਦੇ ਵਿੱਚ ਰਚਨਾਵਾਂ ਨੇ। ਅੱਛਾ ਜੀ। ਰਚਨਾ ਦਾ ਨਾਮ ਹੈ ਆਧੁਨਿਕਤਾ। ਅੱਖਰ ਸ਼ਬਦ ਵਿੱਚੋਂ, ਸ਼ਬਦ ਵਾਕ ਵਿੱਚੋਂ, ਵਾਕ ਅੰਦਰੋਂ ਮਨੁੱਖ ਦੇ ਭਾਵ ਲੱਭਦੇ। ਅੱਖਰ ਸ਼ਬਦ ਵਿੱਚੋਂ, ਸ਼ਬਦ ਵਾਕ ਵਿੱਚੋਂ, ਵਾਕ ਅੰਦਰੋਂ ਮਨੁੱਖ ਦੇ ਭਾਵ ਲੱਭਦੇ। ਇਸ ਦੁਨੀਆਂ ਚੋਂ ਹਰ ਸ਼ੈ ਲੱਭ ਜਾਂਦੀ, ਨਹੀਂ ਲੱਭਦੇ ਨਾ ਸੱਚੇ ਇਨਸਾਨ। ਭਰਾ ਭਰਾਵਾਂ ਦੀ ਜਾਨ ਦਾ ਖੌ ਬਣ ਗਏ, ਭਰਾ ਭਰਾਵਾਂ ਦੀ ਜਾਨ ਦਾ ਖੌ ਬਣ ਗਏ। ਮਾਤਾ ਪਿਤਾ ਨੇ ਨੇਕ ਔਲਾਦ ਲੱਭਦੇ, ਮਾਵਾਂ ਧੀਆਂ ਤਾਂ ਜੰਮਣੋਂ ਡਰਦੀਆਂ ਨੇ, ਪਿਤਾ ਪਹਿਲਾਂ ਹੀ ਮੌਤ ਦਾ ਸਮਾਨ ਲੱਭਦਾ। ਮਿਰਜੇ ਸਾਹਿਬਾਂ ਦਿਸਦੇ ਹਰ ਘਰ ਅੰਦਰ, ਮਿਰਜੇ ਸਾਹਿਬਾਂ ਦਿਸਦੇ ਹਰ ਘਰ ਅੰਦਰ, ਨਹੀਂ ਲੱਭਦੇ ਨਾ ਵੀਰ ਸ਼ਮੀਰ ਲੱਭਦੇ। ਅੱਜ ਰਾਂਝੇ ਨਹੀਂ ਫਕੀਰ ਹੁੰਦੇ, ਨਿੱਤ ਨਵੇਂ ਸੂਰਜ ਨਵੀਂ ਹੀਰ ਲੱਭਦੇ। ਗਈ ਰੁੱਤ ਚੁੰਨੀਆਂ ਫੁਲਕਾਰੀਆਂ ਦੀ, ਗਈ ਰੁੱਤ ਚੁੰਨੀਆਂ ਫੁਲਕਾਰੀਆਂ ਦੀ, ਸ਼ਰਮਾ ਵਾਲੇ ਨਾ ਕਿਧਰੇ ਲਿਬਾਸ ਲੱਭਦੇ। ਪੌਪ ਸੌਂਗ ਡਿਸਕੋ ਸਰਦਾਰ ਬਣ ਗਏ, ਗਿੱਧੇ ਭੰਗੜੇ ਨਾ ਰੀਤੀ ਰਿਵਾਜ ਲੱਭਦੇ। ਕੋਈ ਸੱਸੀ ਨਾ ਸੜਦੀ ਥਲਾ ਅੰਦਰ, ਕੋਈ ਸੱਸੀ ਨਾ ਸੜਦੀ ਥਲਾ ਅੰਦਰ, ਇੱਕ ਪੁੰਨੂ ਗਵਾਚੇ ਹਜ਼ਾਰ ਲੱਭਦੇ। ਇਸ਼ਕ ਬੇਸ਼ਰਮੀ ਦਾ ਸਮਾਨ ਬਣਿਆ, ਆਸ਼ਕ ਹਰ ਗਲੀ ਹਰ ਬਾਜ਼ਾਰ ਲੱਭਦੇ। ਧਰਮ ਕਰਮ ਦਾ ਨਾਮੋ ਨਿਸ਼ਾਨ ਮਿਟਿਆ, ਧਰਮ ਕਰਮ ਦਾ ਨਾਮੋ ਨਿਸ਼ਾਨ ਮਿਟਿਆ, ਲੋਭੀ ਲਾਲਚੀ ਪਖੰਡੀ ਹਰ ਦੁਆਰ ਲੱਭਦੇ। ਕੂੜ ਕਾਮ ਤੇ ਕ੍ਰੋਧ ਪ੍ਰਧਾਨ ਹਰ ਥਾਂ, ਗੁਰੂ ਨਾਨਕ ਜਿਹੇ ਨਾ ਕਿਧਰੇ ਅਵਤਾਰ ਲੱਭਦੇ। ਸ਼ੁਕਰੀਆ। ਛਲ ਕਪਟ ਤੇ ਗਰਜ ਦਾ ਬੋਲ ਬਾਲਾ, ਛਲ ਕਪਟ ਤੇ ਗਰਜ ਦਾ ਬੋਲ ਬਾਲਾ, ਪਹਿਲਾਂ ਜਿਹੇ ਨਾ ਕਿਧਰੇ ਲਿਹਾਜ਼ ਲੱਭਦੇ। ਨਾਮ ਰੱਬ ਦਾ ਲੈਣ ਮੁਫਾਦ ਕਰਦੇ, ਕਲਯੁਗੀ ਨਾ ਮੁਕਤੀ ਦਾ ਨਿਸ਼ਾਨ ਮੰਗਦੇ। ਬਹੁਤ ਬਹੁਤ ਸ਼ੁਕਰੀਆ। ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਮਲਕੀਤ ਸਿੰਘ ਸੋਹਰ ਜੀ ਆਪਣੀ ਰਚਨਾ ਤਿਆਰ ਰੱਖਣ, ਲਾਡੀ ਭੁੱਲਰ ਜੀ। ਸੰਘਰਸ਼ ਤੇ ਹੱਸਣ ਵਾਲੇ ਹੋ ਗਏ ਹਾਂ, ਮੁੱਕ ਗਿਆ ਸੰਘਰਸ਼ ਤੇ ਹੱਸਣ ਵਾਲੇ ਹੋ ਗਏ ਹਾਂ, ਹੁਣ ਨਵੀਆਂ ਨਸਲਾਂ ਨੂੰ ਦੱਸਣ ਵਾਲੇ ਹੋ ਗਏ ਹਾਂ, ਹੁਣ ਨਵੀਆਂ ਨਸਲਾਂ ਨੂੰ ਦੱਸਣ ਵਾਲੇ ਹੋਗੇ ਹਾਂ। ਇੱਕ ਸਾਲ ਤੋਂ ਸਾਡੇ ਘਰ ਬਾਰ ਕੰਮ ਸਭ ਛੁੱਟੇ ਸੀ, ਇੱਕ ਸਾਲ ਤੋਂ ਸਾਡੇ ਘਰ ਬਾਰ ਕੰਮ ਸਭ ਛੁੱਟੇ ਸੀ, ਹੁਣ ਅਸੀਂ ਪਰਿਵਾਰਾਂ ਵਿੱਚ ਵਸਣ ਜੋਗੇ ਹੋ ਗਏ ਹਾਂ, ਹੁਣ ਅਸੀਂ ਪਰਿਵਾਰਾਂ ਵਸਣ ਜੋਗੇ ਹੋ ਗਏ ਹਾਂ। ਕੈਮਰਾ ਆਫ ਕਰਕੇ ਨਾ, ਵੀਡੀਓ ਆਫ ਕਰ ਲਓ, ਸ਼ਾਇਦ ਆਡੀਓ ਫਿਰ ਹੋਣ ਲੱਗ ਪਏਗੀ। ਕਈ ਵਾਰ ਵਾਇਰਲੈਸ ਹੋ ਜਾਂਦੀ ਆ, ਪ੍ਰੋਬਲਮ ਹੁੰਦੀ ਆ।
ਇਲੈਕਸ਼ਨ ਦੀ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਇੰਟਰਨੈਟ ਦੀ ਕਿੰਨੇ ਕਿੰਨਾ ਕੁ ਪਾਵਰਫੁਲ ਹੈਗਾ, ਕਈ ਥਾਵਾਂ 'ਤੇ ਨਹੀਂ ਹੁੰਦਾ। ਹਾਂਜੀ ਚਲੋ ਗਾਹ ਤੋੜ ਫੇ ਲੈ ਲੈਂਦੇ ਉਹਨਾਂ ਨੂੰ, ਅਗਲੀ ਵਾਰੀ ਉਹਨੂੰ ਕਹਾਂਗੇ ਕੈਮਰਾ ਆਫ ਕਰਕੇ। ਮਲਕੀਤ ਸਰੋਲ ਜੀ ਹੋਣਾ ਨੂੰ ਤੇ ਉਸ ਤੋਂ ਬਾਅਦ ਗਰਮੀਤ ਇਟਲੀ ਤੋਂ ਜੋ ਸਾਡੇ ਮਿੱਤਰ ਨੇ ਉਹ ਆਪਣੇ ਵਿੱਚ ਨਾ ਤਿਆਰ ਰੱਖਣ ਮਲਕੀਤ ਸਰੋਲ ਜੀ ਜਨਾਬ ਕਵੀ ਦਰਬਾਰ ਵਿੱਚ ਬੈਠੇ ਹੋਏ ਸਿਹਤ ਕਰਤੀ ਜਨਾ ਕਿਸਾਨ ਅੰਦੋਲਨ ਬੜਾ ਹਿੰਦੁਸਤਾਨ ਦੇ ਪੂਰੇ ਦੁਨੀਆਂ ਦੇ ਉੱਪਰ ਇਤਿਹਾਸ ਬਣ ਗਿਆ। ਇਹ ਜਦੋਂ ਐਲਾਨ ਹੋਇਆ ਕੱਲ ਪਰਸੋਂ ਤਿਆਰੀ ਕੀਤੀ ਵਾਪਸੀ ਦੀ ਤੇ ਉਹਨੇ ਕਰਤਾ ਤੁਹਾਡੇ ਸਾਹਮਣੇ ਪੇਸ਼ ਕਰ ਲਿਆ ਜੀ। ਬੱਬਰ ਜੀ ਜਿੱਤ ਕੇ ਕਿਸਾਨ, ਜਿੱਤ ਕੇ ਕਿਸਾਨ ਘਰੇ ਨਾਰੇ ਲਾਉਂਦੇ ਆਉਣਗੇ। ਯੋਗੀ ਸਾਹਿਬ ਜਿੱਤ ਕੇ ਕਿਸਾਨ ਘਰੀ ਨਾਰੇ ਲਾਉਂਦੇ ਆਉਣਗੇ ਨਵੇਂ ਸਾਲ ਤੇ ਲੋਹੜੀ ਦੀਆਂ ਖੁਸ਼ੀਆਂ ਮਨਾਉਣਗੇ। ਧੰਨਵਾਦ ਜੀ, ਧੰਨਵਾਦ। ਜਿੱਤ ਕੇ ਕਿਸਾਨ ਘਰੀ ਨਾਰੇ ਲਾਉਂਦੇ ਆਉਣਗੇ ਨਵੇਂ ਸਾਲ ਤੇ ਲੋਹੜੀ ਦੀਆਂ ਖੁਸ਼ੀਆਂ ਮਨਾਉਣਗੇ। ਤੇ ਸ਼ੇਰ ਦੇਖੋ ਜੀ, ਸਾਲ ਬਾਅਦ ਮੋੜ ਜਿਹਨਾਂ ਘਰਾਂ ਵਿੱਚ ਆਉਣਾ ਹੈ ਜਿੱਤ ਵਾਲੇ ਝੰਡੇ ਲਹਿਰਾਉਣਗੇ ਜਿਸ ਦੀ ਕਿਸਾਨ ਜਦੋਂ ਭਰੀ ਲੈ ਰਿਹਾ। ਮੌਸਮ ਦਾ ਹਾਲ ਹੈ, ਠੰਡ ਤੇ ਧੁੱਪ ਜਾਂ ਸਿਰਾਂ ਤੇ ਹੰਢਾਈ ਹੈ। ਠੰਡ ਤੇ ਧੁੱਪ ਜਿਹਨਾਂ ਸਿਰਾਂ ਤੇ ਹੰਢਾਈ ਹੈ, ਚੱਖਣਾ ਤੇ ਹਨੇਰੀਆਂ ਚ ਹਿੰਮਤ ਦਮਾਈ ਹੈ। ਸਾਰੇ ਪਰਿਵਾਰ ਨੂੰ ਬਹਿ ਕੇ ਸਮਝਾਉਣਗੇ ਕਿਸਾਨ ਕਰੀ ਨਾ ਆਉਣਗੇ, ਜਿੱਤ ਗਿਆ ਕਿਸਾਨ ਕਰੀ ਨਾ। ਵਾਹ ਜੀ ਵਾਹ, ਵਾਹ ਜੀ ਵਾਹ। ਜਬਰ ਤੇ ਸਬਰ, ਜਬਰ ਤੇ ਸਬਰ ਦਾ ਟਾਕਰਾ ਹੋ ਗਿਆ, ਜਬਰ ਤੇ ਸਬਰ ਦਾ ਟਾਕਰਾ ਵੀ ਹੋ ਗਿਆ। ਮਜ਼ਦੂਰ ਤੇ ਕਿਸਾਨ ਕਿੱਲੀ ਦੇਖ ਲੋ ਗਿਆ, ਜਬਰ ਤੇ ਸਬਰ ਦਾ ਟਾਕਰਾ ਵੀ ਹੋ ਗਿਆ, ਮਜ਼ਦੂਰ ਤੇ ਕਿਸਾਨ ਸੀ ਦੇਖ ਲੋ ਗਿਆ। ਤਾਂ ਨਾਲੇ ਇਨਕਲਾਬ ਦੇ ਇਨਕਲਾਬ ਇਨਕਲਾਬ ਜ਼ਿੰਦਾਬਾਦ ਇਨਕਲਾਬ ਨਵੇਂ ਸਾਲ ਲੋਹੜੀ ਦੀਆਂ ਖੁਸ਼ੀਆਂ ਮਨਾਉਣਗੇ। ਸਾਰੇ ਜੱਗ ਨੇ ਹੈ ਜਿੱਠਾ, ਸਾਰੇ ਜੱਗ ਨੇ ਹੈ ਜਿੱਠਾ ਦਮ ਇਸ ਜੱਗ ਦਾ, ਸਾਰੇ ਜੱਗ ਨੇ ਹੈ ਜਿੱਠਾ ਦਮ ਇਸ ਜੰਗ ਦਾ। ਕੋਈ ਮੰਗਦਾ ਨਾ ਭੀਖ, ਹੱਕ ਆਪਣਾ ਹੀ ਮੰਗਦਾ, ਨਾ ਭੀਖ ਹੱਕ ਆਪਣਾ ਹੀ ਮੰਗਦਾ। ਅਖੀਰ ਨੂੰ ਇਹ ਜਿੱਤ ਕੇ, ਅਖੀਰ ਨੂੰ ਇਹ ਜਿੱਤ ਕੇ ਢੋਲ ਵੀ ਵਜਾਉਣਗੇ। ਵਾਹ, ਜਿੱਤ ਕੇ ਤੇਰੀ ਜਨਮ ਵਜਾਉਣਗੇ। ਬਹੁਤ ਕੋ ਬਹੁਤ ਕੋ ਵੀਹ ਸੌ ਵੀਹ ਤੋਂ ਅੱਗੇ ਜੋ ਮੋਰਚਾ ਹੈ 21 ਦਾ ਅਜੇ ਲੱਗਣਾ ਮੋਰਚਾ, ਪਤਾ ਨੀ ਕਿਹੋ ਜਿਹਾ ਲੱਗਣਾ। ਇਹ ਸਰਕਾਰਾਂ ਦੇ ਨਾਮ ਨਹੀਂ ਹੈ ਤਾਂ ਕਸਰ ਜਿਹੜੀ ਬਚੀ ਹੈ। 220 ਤੋਂ ਅੱਗੇ ਮੋਰਚਾ ਇਹ 21 ਦਾ ਸਮੇਂ ਦਾ ਰਿਹਾ ਚੰਨ ਸੂਰਜ ਦੀ ਟਿੱਕੀ ਦਾ ਸਮੇਂ ਦਾ ਰੱਖਿਆ ਚੰਨ ਸੂਰਜ ਦੀ ਟਿੱਕੀ ਦਾ। ਤਵਾਰੀਖ ਇਹਦੀ ਵੀ ਸਕੂਲਾਂ ਚ ਪੜ੍ਹਾਉਣਗੇ, ਤਵਾਰੀਖ ਸੋਹਲ ਜੋ ਸ਼ਹੀਦ ਹੋ ਗਏ,
ਸੋ ਜੋ ਸ਼ਹੀਦ ਹੋ ਗਏ ਉਹਨਾਂ ਨੂੰ ਸਲਾਮ ਹੈ, ਸੋ ਜੋ ਸ਼ਹੀਦ ਹੋ ਗਏ ਉਹਨਾਂ ਨੂੰ ਸਲਾਮ ਹੈ, ਸ਼ਹੀਦਾਂ ਦੇ ਵਾਰਸਾਂ ਨੂੰ ਮੇਰਾ ਪ੍ਰਣਾਮ ਹੈ, ਸੋ ਜੋ ਸ਼ਹੀਦ ਹੋ ਗਏ ਉਹਨਾਂ ਨੂੰ ਸਲਾਮ ਹੈ, ਸ਼ਹੀਦਾਂ ਦੇ ਵਾਰਸਾਂ ਨੂੰ ਮੇਰਾ ਪ੍ਰਣਾਮ ਹੈ। ਰਾਗੀ ਢਾਡੀ ਵਾਰਾ ਹੁਣ, ਰਾਗੀ ਢਾਡੀ ਵਾਰਾ ਹੁਣ ਇਹਨਾਂ ਦੀਆਂ ਗੋਣਗੇ, ਬਹੁਤ ਬਹੁਤ ਸ਼ੁਕਰੀਆ ਸੰਤ ਸਾਹਿਬ, ਬਹੁਤ ਵਧੀਆ ਤੁਸੀਂ ਰਚਨਾ ਪੇਸ਼ ਕੀਤੀ। ਲੋਹੜੀ ਦੀਆਂ ਰੌਣਕਾਂ ਲੱਗਣਗੀਆਂ, ਲੋਹੜੀ ਤੋਂ ਪਹਿਲਾਂ ਨਵੇਂ ਸਾਲ ਦੀਆਂ ਰੌਣਕਾਂ ਲੱਗਣਗੀਆਂ, ਕਿਉਂਕਿ ਅੱਜ ਤਕਰੀਬ ਪੱਤ ਚੁੱਕੇ ਕਿਸਾਨ ਆਪੋ ਆਪਣੇ ਘਰ ਹੀ ਪਹੁੰਚ ਰਹੇ। ਤੇ ਆਪਾਂ ਸਿੱਧਾ ਦੇਣ ਜਾ ਰਹੇ ਗੁਰਮੀਤ ਸਿੰਘ ਮੱਲੀ ਜੋ ਕਿ ਇਟਲੀ ਤੋਂ ਨੇ, ਤੇ ਉਸ ਤੋਂ ਬਾਅਦ ਜੀਤ ਸਰਜੀਤ ਜੀ ਜੋ ਕਿ ਬੈਲਜੀਅਮ ਤੋਂ ਨੇ, ਆਪਣੀ ਰਚਨਾ ਤਿਆਰ ਰੱਖਣ। ਗੁਰਮੀਤ ਸਿੰਘ ਮੱਲੀ ਅੱਜ ਦੀ ਸਭਾ ਵਿੱਚ ਬੈਠੇ ਸਾਰੇ ਕਵੀ ਸਾਥੀਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੇਰੀ ਕਵਿਤਾ ਦੋ ਹਫ਼ਤੇ ਪਹਿਲਾਂ ਇੱਕ ਛੋਟੀ ਜਿਹੀ ਗੁੜੀਆ ਨੂੰ ਬੜੇ ਤਸੀਹੇ ਦੇ ਕੇ ਮਾਰ ਦਿੱਤਾ ਸੀ। ਉਹਦੇ ਸੰਦਰਭ ਵਿੱਚ ਰੱਬ ਨਾਲ ਸੇਵਾ, ਦਰਦ ਦਿਲੇ ਦਾ ਦਵੇ ਹਲੂਆ, ਰੋ ਪੈਂਦਾ ਨਾਲ ਚੀਕਾਂ, ਕਿਉਂ ਕਾਗ ਜ਼ਖਮ ਤੇ ਡੂੰਘੇ ਮਾਰੇ, ਕਿਉਂ ਕਾਗ ਜ਼ਖਮ ਤੇ ਠੂੰਘੇ ਮਾਰੇ, ਕਿਉਂ ਗਿਰਜਾ ਮਾਰਨ ਬੱਚੇ, ਖੇਡੀਆਂ ਕਲੀਆਂ ਖੇਡੀਆਂ ਕਲੀਆਂ ਸਾਹ ਘੁੱਟ ਲੈਂਦੇ, ਰੱਬਾ ਤੇਰੇ ਹੁਕਮ ਨੇ ਕੱਚੇ, ਆਲੜਿਆਂ ਚੋਂ ਆਂਡੇ ਪੀਂਦੇ ਫਿਰ ਸੱਚੇ ਦੇ ਸੱਚੇ, ਬੱਦਲ ਸੜ ਬੱਦਲ ਲੜਦੇ ਗਰ ਗਰ ਕਰਦੇ, ਬਣ ਗਏ ਬਹੁਤ ਬੇਦਰਦੀ, ਡੇਗ ਬਿਜਲੀਆਂ ਸੂਖਮ ਜਿੰਦ ਤੇ ਫਿਰ ਪਾਣੀ ਆਉਂਦੇ ਦਰਦੀ, ਮਮਤਾ ਦੇ ਫੰਦੇ ਵਿੱਚ ਫਸ ਗਈ, ਮਮਤਾ ਲਈ ਕੁਰਲਾਵੇ ਵਿੱਚ ਹਵਾਵਾਂ ਗੁੰਮ ਸੁੰਮ ਹੋ ਗਈ, ਤੈਨੂੰ ਕਿਹੜਾ ਕੌਣ ਬਚਾਵੇ, ਕਲ ਯੁਗ ਚੜ ਚੜ ਕੰਧੀ ਨੱਚੇ, ਠੱਗ ਨੇ ਭੋਲੇ ਭਾਲੇ, ਰੱਬਾ ਰੱਬਾ ਸੌਂਜਾ ਅੰਦਰ ਵੜ ਕੇ ਲਾ ਲੈ ਪੁੱਠੇ ਤਾਲੇ, ਕਲ ਯੁਗ ਚੜ ਚੜ ਕੰਧੀ ਨੱਚੇ, ਠੱਗ ਨੇ ਭੋਲੇ ਭਾਲੇ, ਰੱਬਾ ਸੌਂਜਾ ਅੰਦਰ ਵੜ ਕੇ ਲਾ ਲੈ ਪੁੱਠੇ ਤਾਲੇ, ਟੱਲੀਆਂ ਵੱਜਣ ਰੋਜ ਸਵੇਰੇ, ਨਿੱਤ ਸਪੀਕਰ ਬੋਲੇ, ਲੱਗਦਾ ਰੱਬ ਵੀ ਖੋਕਾ ਤਾਂ ਹੁਣ ਜੁਰਮ ਕਰਨ ਦਾ ਦੇਵੇ। ਆਖਰੀ ਗੰਜੀ ਸਿਰ ਤੇ ਫੁੱਟਣ ਲੱਗੀ, ਵਗ ਗਈ ਖੂਨ ਤਧੀਰੀ, ਟੂਠਾ ਲੈ ਕੇ ਭੱਜਿਆ ਆਇਆ, ਚੱਟ ਸਾਹਾਂ ਦਾ ਸੀਰੀ, ਚੱਟ ਸਾਹਾਂ ਦੇ ਤੀ ਸੀਰੀ। ਧੰਨਵਾਦ। ਗੁਰਮੀਤ ਸਿੰਘ ਜੀ ਆਪਣੇ ਨਾਲ ਸਾਹਿਬ ਲਾਗੂ ਤੁਰ ਗਿਆ ਵੀ ਜੁੜ ਚੁੱਕੇ ਨੇ, ਤੇ ਲਾਡੀ ਭੁੱਲਰ ਜੀ ਹੁਣੇ ਵੀ ਦੁਬਾਰਾ ਆ ਗਏ ਨੇ, ਉਹਨਾਂ ਨੂੰ ਵੀ ਦੁਬਾਰਾ ਟਾਈਮ ਦਿੱਤਾ ਜਾਊਗਾ। ਤੇ ਸੱਦਾ ਜਾਊਗਾ ਜੀਤ ਸਰਜੀਤ ਜੀ ਬੈਲਜੀਅਮ ਤੋਂ, ਜਿਹਨਾਂ ਦੀ ਥੋੜਾ ਚਿਰ ਪਹਿਲਾਂ ਦੇ ਗਜ਼ਲ ਸੰਗ੍ਰਹਿ ਕਾਗਜ਼ੀ ਕਰਦਾਰ ਆਇਆ, ਤੇ ਉਸ ਤੋਂ ਬਾਅਦ ਗੁਰਮੇਲ ਕੌਰ ਸੰਘਾ ਜੀ ਆਪਣੇ ਰਿਸ਼ਤਾ ਤਿਆਰ ਰੱਖਣ। ਜੀਤ ਸਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਬਿੰਦਰ ਜੀ, ਮੇਰੀ ਰਚਨਾ ਦਿੱਲੀ ਦੇ ਪ੍ਰਵਾਨ ਕਰਨ ਵਾਲੇ ਕਿਰਤੀ ਸਿੰਘ ਦੇ ਨਾਲ ਹੈ, ਜਿਹਨਾਂ ਨੇ ਸੱਤਾ ਦੇ ਪ੍ਰਮਾਣਾਂ ਨੂੰ ਲਿਖਾ ਰਿਹਾ ਇਹ ਜਿੱਤ ਹਾਸਲ ਕੀਤੀ ਹੈ ਜੀ। ਹਾਸਲ ਕਰੀ ਗਲਤੀ ਦਾ ਖਮਿਆਜ਼ਾ, ਹਮੇਸ਼ਾ ਤਾਰਨਾ ਪੈਂਦਾ, ਕਰੀ ਗਲਤੀ ਦਾ ਖਮਿਆਜ਼ਾ, ਹਮੇਸ਼ਾ ਤਾਰਨਾ ਪੈਂਦਾ ਹੈ, ਸਬਰ ਤੇ ਸਿਪਕ ਦੇ ਸਾਵੇਂ, ਜ਼ਬਰ ਨੂੰ ਹਾਰਨਾ ਪੈਂਦਾ। ਅਜੇ ਹੀ ਜੰਗ ਨਾ ਧੋਈ, ਕਦੇ ਜਿੱਤੀ ਨਾ ਜਾਵੇ ਜੋ, ਅਜਿਹੀ ਜੰਗ ਨਾ ਧੋਈ, ਕਦੇ ਜਿੱਤੀ ਨਾ ਜਾਵੇ ਜੋ, ਮਗਰ ਜੂਝਣ ਤੋਂ ਪਹਿਲਾਂ ਵੀ ਇਰਾਦਾ ਧਾਰਨਾ ਪੈਂਦਾ। ਜਦੋਂ ਨੂੰ ਹਾਕਮਾਂ ਦੇ ਸਿਰ ਚੜੇ ਹੰਕਾਰ ਤੱਕ ਦਿੰਦਾ, ਜਦੋਂ ਨੂੰ
ਹੱਕ ਮਾਂ ਦੇ ਸਿਰ ਚੜੇ ਹੰਕਾਰ ਤਾਕਤ ਦਾ ਤਾਂ ਕੀਤੀ ਸੂਰਬੀਰਾਂ ਨੂੰ ਵੀ ਇਸ ਨੂੰ ਮਾਰਨਾ ਪੈਂਦਾ ਚੜੇ ਜਦ ਤਾਪ ਸੱਤਾ ਦਾ ਮੁਕਾ ਜਾ ਨੋ ਨਹੀਂ ਸਕਦਾ ਏ ਚੜੇ ਜਦ ਤਾਪ ਸੱਤਾ ਦਾ ਮੁਕਾ ਜਾ ਨੋ ਨਹੀਂ ਸਕਦਾ ਏ ਤੇ ਮੱਥਾ ਆਪਣਾ ਬੰਦੇ ਨੂੰ ਆਪੇ ਠਹਿਰਨਾ ਪੈਂਦਾ ਹਮੇਸ਼ਾ ਤੇਗ ਦੇ ਸਿਰ ਤੇ ਕਹੀਂ ਜੰਗਾਂ ਅਸੀਂ ਜਿੱਤੀਆਂ ਹਮੇਸ਼ਾ ਤੇਗ ਦੇ ਸਿਰ ਜੰਗਾਂ ਅਸੀਂ ਜਿੱਤੀਆਂ ਸਬਰ ਦੇ ਨਾਲ ਵੀ ਸਾਨੂੰ ਹਮੇਸ਼ਾ ਧਾਰਨਾ ਪੈਂਦਾ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਹਰ ਦੇ ਵਾਂਗ ਹੀ ਰਹਿਣਾ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਵਾਂਗ ਹੀ ਰਹਿਣਾ ਕਦੇ ਦੁੱਖ ਕੇ ਦਿੱਤੀ ਤਿੱਤ ਨਾਲ ਪੱਥਰ ਖਾਰਨਾ ਪੈਂਦਾ ਸ਼ੁਕਰੀਆ ਜ਼ਰੂਰੀ ਤਾਂ ਨਹੀਂ ਹੁੰਦਾ ਦਿੱਤੀ ਨਾਲ ਪੱਥਰ ਖਾਰਨਾ ਪੈਂਦਾ ਜਿਨ੍ਹਾਂ ਨੇ ਚਾਰਿਆ ਹਰ ਵਕਤ ਸਾਡੇ ਲੋਕਤੰਤਰ ਨੂੰ ਚਾਰਿਆ ਹਰ ਵਕਤ ਸਾਡੇ ਲੋਕਤੰਤਰ ਨੂੰ ਜਾਗੇ ਲੋਕਤੰਤਰ ਤਾਂ ਇਹਨਾਂ ਨੂੰ ਹਾਰਨਾ ਪੈਂਦਾ ਸ਼ੁਕਰੀਆ ਜੀ ਜਿਨ੍ਹਾਂ ਨੇ ਚਾਰਿਆ ਹਰ ਵਕਤ ਸਾਡੇ ਲੋਕਤੰਤਰ ਨੂੰ ਜਾਗੇ ਲੋਕਤੰਤਰ ਤਾਂ ਇਹਨਾਂ ਨੂੰ ਹਾਰਨਾ ਪੈਂਦਾ ਗੁਰਾਂ ਨੇ ਕੰਟ ਕਰਵਾਈ ਅਸਾਨੂੰ ਠੀਕ ਗੱਲ ਕੀਤੀ ਗੁਰਾਂ ਨੇ ਕੰਟ ਕਰਵਾਈ ਅਸਾਨੂੰ ਜੀਤ ਗੱਲ ਇੱਕੋ ਕਿ ਖਰਚਾ ਵਾਸਤੇ ਅਕਸਰ ਹੀ ਆਪਾਂ ਵਾਰਨਾ ਪੈਂਦਾ ਬੜੀ ਗਲਤੀ ਦਰਮਿਆਂ ਦਾ ਹਮੇਸ਼ਾ ਤਾਰਨਾ ਪੈਂਦਾ ਹੈ ਸਬਰ ਦੇ ਸਿਦਕ ਦੇ ਸਾਵੇ ਜਬਰ ਨੂੰ ਹਾਰਨਾ ਪੈਂਦਾ ਜਬਰ ਨੂੰ ਹਾਰਨਾ ਪੈਂਦਾ ਸ਼ੁਕਰੀਆ ਜੀ ਬਹੁਤ ਅੱਛੇ ਜੀ ਬਹੁਤ ਅੱਛੇ ਦੋਸਤੋ ਜਿਹੜੀ ਡਿਸਟਰਬੈਂਸ ਆਉਂਦੀ ਹੈ ਤੁਹਾਡੇ ਵੱਲੋਂ ਆਪਣੇ ਮਾਈਕ੍ਰੋਫੋਨ ਬੰਦ ਰੱਖਿਆ ਕਰੋ ਪਲੀਜ਼ ਮੈਨੂੰ ਫਿਰ ਸਾਰਿਆਂ ਦੇ ਬੰਦ ਕਰਨੇ ਪੈਂਦੇ ਆ ਉਸ ਉਦੋਂ ਹੀ ਖੋਲਿਆ ਕਰੋ ਕਿਉਂਕਿ ਉਹ ਡਿਸਟਰਬੈਂਸ ਆ ਰਹੀ ਹੈ ਬਾਰ ਬਾਰ ਹੁਣ ਮੈਨੂੰ ਫਿਰ ਸਾਰਿਆਂ ਦੇ ਬੰਦ ਕਰਨੇ ਪੈਂਦੇ ਆ ਜਿਹੜੀ ਗੱਲ ਕਿ ਮੈਂ ਲਾਈਕ ਨਹੀਂ ਕਰਦਾ ਬਸ ਮਜਬੂਰੀ ਕਹਿੰਦੀ ਪਹਿਲਾਂ ਕਰਨੇ ਪੈਂਦੇ ਜਦੋਂ ਨਹੀਂ ਸਮਝ ਆਉਂਦੀ ਵੀ ਕਿੱਥੋਂ ਆ ਰਹੀ ਹੈ ਹੁਣ ਹਟ ਗਈ ਆ ਹੁਣ ਮੈਨੂੰ ਨਹੀਂ ਪਤਾ ਲੱਗਾ ਵੀ ਕਿੱਥੋਂ ਆ ਰਹੀ ਸੀ ਕਿਉਂਕਿ ਤੁਸੀਂ ਬੰਦ ਕੀਤੇ ਆ ਫਿਰ ਆਈ ਆ ਕਿਤੇ ਹਾਂਜੀ ਹਾਂਜੀ ਸਾਰਿਆਂ ਨੂੰ ਬੰਦ ਕਰਨੇ ਪੈਣੇ ਆ ਜਦੋਂ ਤੁਸੀਂ ਬੋਲਣਾ ਹੁੰਦਾ ਉਦੋਂ ਖੋਲ ਲਿਆ ਕਰੋ ਮਹਿੰਦਰ ਸਿੰਘ ਜੀ ਨੂਰਪੁਰੀ ਕਪੂਰਥਲੇ ਤੋਂ ਜੋ ਨੇ ਆਪਣੇ ਲਕਸ਼ਮਣ ਤਿਆਰ ਰੱਖਣ ਗੁਰਮੇਲ ਕੌਰ ਸੰਘਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਨਿਸ਼ਕਤਾ ਜੀ ਸਾਰੇ ਕਵੀ ਸਾਥੀਆਂ ਨੂੰ ਬਹੁਤ ਬਹੁਤ ਵਿਆਪਕ ਸਤਿ ਸ੍ਰੀ ਅਕਾਲ ਤੇ ਸਤਿਕਾਰ ਜੀ ਆਇਆਂ ਜੀ ਮੈਂ ਆਪਣੀ ਰਚਨਾ ਅੱਜ ਗੁਰਮੁਖੀ ਅੱਖਰ ਪੇਸ਼ ਕਰਨੀ ਇੱਕ ਕਵਿਤਾ ਜਿਵੇਂ ਜੋ ਸਾਡੇ ਜਿਹੜੇ 35 ਅੱਖਰ ਆਪਾਂ ਕਹਿੰਦੇ ਹਾਂ ਜਿਨ੍ਹਾਂ ਦੇ ਸਿਰ ਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਵੰਨ ਸੁਵੰਨੀਆਂ ਜਿਹੜੀਆਂ ਇਮਾਰਤਾਂ ਸਾਹਿਤਕ ਇਮਾਰਤਾਂ ਅਸੀਂ ਖੜੀਆਂ ਕਰਦੇ ਹਾਂ ਉਹਨਾਂ ਬਾਰੇ ਲਿਖੀ ਹੈ ਗੁਰਮੁਖੀ ਅੱਖਰ ਚੌਂਤੀ ਭਾਈ ਤੇ ਇੱਕ ਭੈਣ ਲਗਾ ਮਾਤਰਾ ਸ਼ਿੰਗਾਰੇ ਅੱਖਰ ਚੌਂਤੀ ਭਾਈ ਤੇ ਇੱਕ ਭੈਣ ਲਗਾ ਮਾਤਰਾ ਸ਼ਿੰਗਾਰੇ ਅੱਖਰ ਲਿਪੀ ਗੁਰਮੁਖੀ ਕਹਿੰਦੇ ਇਸ ਨੂੰ ਗੁਰੂਆਂ ਮੁਖੋਂ ਉਚਾਰੇ ਅੱਖਰ ਗੁਰਬਾਣੀ ਸਾਨੂੰ ਦਿੱਤਾ ਖਜ਼ਾਨਾ ਰਾਗਾਂ ਨਾਲ ਸ਼ਿੰਗਾਰੇ ਅੱਖਰ ਭਾਂਤ ਭਾਂਤ ਦੀ ਵੰਨਗੀ ਸਾਹਿਤ ਸ਼ਬਦਾਂ ਵਿੱਚ ਵਿਚਾਰੇ ਅੱਖਰ ਪੰਜ ਦਰਿਆਵਾਂ ਦੇ ਪਾਣੀ ਸਨ ਲਹਿਰੀ ਲੈਣ ਹੁਲਾਰੇ ਅੱਖਰ ਲੋਰੀ ਮਾਂ ਦੀ ਬਚਪਨ ਦੇ ਵਿੱਚ ਖੇਡੇ ਅੰਗ ਸੰਗ ਸਾਰੇ ਅੱਖਰ ਜਾ ਸਕੂਲ ਮੁਹਾਰਤ ਸਿੱਖੀ ਹੋ ਗਏ ਅੱਜ ਬੁਲਾਰੇ ਅੱਖਰ ਜ਼ਿੰਦਗੀ
ਵਿੱਚ ਸਕੂਲਾਂ ਸਿੱਖਿਆ ਲੈ ਕੇ ਜ਼ਿੰਦਗੀ ਖੂਬ ਸੰਵਾਰੇ ਅੱਖਰ ਝੂਮੇ ਬਨਸਪਤੀ ਖੇਤਾਂ ਮੰਨੇ ਵਿੱਚ ਫਸਲਾਂ ਲੈਣ ਹੁਲਾਰੇ ਅੱਖਰ ਵਿੱਚ ਫਸਲਾਂ ਲੈਣ ਹੁਲਾਰੇ ਅੱਖਰ ਝਰਨੇ ਬਰਫਾਂ ਲੱਦੇ ਪਰਬਤ ਕੁਦਰਤ ਬਾਰੇ ਨਿਆਰੇ ਅੱਖਰ ਟੱਪੇ ਘੋੜੀਆਂ ਸੁਹਾਗ ਸਿੱਠਣੀਆਂ ਵਾਰਾਂ ਮਾਹੀਏ ਉਚਾਰੇ ਅੱਖਰ ਤੱਕ ਬਦਲੀ ਨੂੰ ਨੱਚੇ ਮੋਰ ਵਿੱਚ ਮਹਿਕਾਂ ਪੌਣ ਖਿਲਾਰੇ ਅੱਖਰ ਤੱਕ ਬਦਲੀ ਨੂੰ ਨੱਚੇ ਮੋਰ ਵਿੱਚ ਮਹਿਕਾਂ ਪੌਣ ਖਿਲਾਰੇ ਅੱਖਰ ਜਦ ਮੇਰੀ ਕਵਿਤਾ ਬਣ ਜਾਂਦੇ ਲੱਗਦੇ ਬੜੇ ਪਿਆਰੇ ਅੱਖਰ ਜਦ ਮੇਰੀ ਕਵਿਤਾ ਬਣ ਜਾਂਦੇ ਲੱਗਦੇ ਬੜੇ ਪਿਆਰੇ ਅੱਖਰ ਸੰਗਾ ਜਦ ਮਨ ਭਰ ਭਰ ਉਛਲੇ ਬਣਦੇ ਮੇਰੇ ਸਹਾਰੇ ਅੱਖਰ ਬਣਦੇ ਮੇਰੇ ਸਹਾਰੇ ਅੱਖਰ ਧੰਨਵਾਦ ਇਸ ਤਰ੍ਹਾਂ ਵਧੀਆ ਕਿ ਮੈਂ ਬੰਦ ਰਹੇ ਤੇ ਰਚਨਾ ਤੋਂ ਬਾਅਦ ਤਾੜੀ ਮਾਰਦੇ ਆ ਕਰੋ ਨਾਲ ਹੌਸਲਾ ਉਹਦੇ ਨਾਲ ਪਿਆਰੀ ਲੱਗੀ ਆ ਹੋਰ ਤਾਂ ਕੋਈ ਕਿਸੇ ਨਾਲ ਲੱਗੀ ਨੀ ਪਿਆਰੀ ਲਾਡੀ ਭਗਤ ਜੀ ਆਪਣੇ ਜਿਹੜੀ ਅਧੂਰੀ ਰਹਿ ਗਈ ਰਚਨਾ ਦੁਆਰਾ ਪੂਰੀ ਕਰਨ ਮਹਿੰਦਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਜਦੋਂ ਤੱਕ ਮੈਂ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ 'ਚ ਆ ਰਿਹਾ ਤੇ ਸ਼ਹਿਰ ਜੋ ਚਾ ਕੇ ਆਪਣੇ ਘਰ ਜਿਹੜੇ ਨੇ ਉਹ ਖੋਰੇ ਬਣ ਗਏ ਸੀ ਤੇ ਉਹਦੇ ਬਾਰੇ ਵਿੱਚ ਇੱਕ ਮਾਤਾ ਲਿਖੀ ਹੈ ਪਟੋਲੇ ਕਰ ਹੋਣ ਗੁੱਡੀਆਂ ਤੇ ਪਟੋਲੇ ਕੁੱਟੀਆਂ ਪਿੰਡਾਂ ਰੋਵਣ ਦੁੱਖ ਲਗ ਬੜੇ ਕਰੋਲ ਅਗਲਾ ਸ਼ੇਰ ਹੈ ਜੀ ਦਿੰਦਾ ਸੀ ਮੇਰੇ ਘਰ ਨੂੰ ਚਾਨਣ ਘਰ ਨੂੰ ਚਾਨਣ ਦਿੰਦਾ ਸੀ ਮੇਰੇ ਘਰ ਨੂੰ ਚਾਨਣ ਬੁੱਝਿਆ ਦੂਦਾ ਆਏ ਬੋਲੇ ਰੋਣ ਗੁੱਡੀਆਂ
ਇੱਕ ਸਾਲ ਤੋਂ
ਇਸ ਹੋ ਗਿਆ ਮਾਈਕ ਫਿਰ ਮਾਈਕ ਫ੍ਰੀਜ਼ ਹੋ ਗਿਆ ਆਪਣੀ ਵੀਡੀਓ ਬੰਦ ਕੈਮਰਾ ਬੰਦ ਕਰ ਲਓ ਫਿਰ ਮੇਰਾ ਖਿਆਲ ਆਵਾਜ਼ ਆਉਂਦੀ ਰਹੂਗੀ ਕੈਮਰਾ ਬੰਦ ਕਰ ਲਓ ਆਡੀਓ ਆਉਣ ਜੋ ਕੱਲੀ ਸਾਨੂੰ ਤਾਂ ਆਡੀਓ ਨਾਲ ਮਤਲਬ ਹੈ ਨਾ ਤੁਹਾਡੀ ਗੱਲ ਹੀ ਸੁਣਨੀ ਹੈ ਅਸੀਂ ਬਾਕੀ ਤੁਹਾਡੀ ਪਿਕਚਰ ਤੇ ਡਿਸਪਲੇ ਕਰ ਹੀ ਦਿੱਤੀ ਆ ਇੱਕ ਵਾਰੀ ਹਾਂਜੀ ਜੀ ਹੁਣ ਠੀਕ ਆ ਰਹੀ ਹਾਂਜੀ ਹਾਂਜੀ ਉਹ ਕੱਟ ਜਾਂਦੀ ਹੈ ਨਾ ਫਿਰ ਵਿੱਚੋਂ ਵਿੱਚੋਂ ਹਾਂਜੀ ਜੀ 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 ਫੇਰ ਕਦੇ ਜੇ ਮੁੜ ਸਾਨੂੰ ਵੰਗਾਰ ਲਿਆ ਹਾਕਮ ਨੇ ਫੇਰ ਕਦੇ ਮੁੜ ਸਾਨੂੰ ਵੰਗਾਰ ਲਿਆ ਹਾਕਮ ਨੇ ਦੀਆਂ ਲਗਾਮਾਂ ਕੱਸਣ ਵਾਲੇ ਹੋ ਨੱਚਣ ਵਾਲੇ ਹੋ ਗਏ ਹਾਂ ਸਾਨੂੰ ਢਿੱਲੇ ਸਮਝ ਜੇ ਫੇਰ ਕੋਈ ਚਾਲ ਚੱਲੇਗਾ ਸਾਨੂੰ ਢਿੱਲੇ ਸਮਝ ਜੇ ਫਿਰ ਕੋਈ ਚਾਲ ਚੱਲੇਗਾ ਲਾਡੀ ਫਿਰ ਤੋਂ ਉਸਨੂੰ ਕੱਸਣ ਵਾਲੇ ਹੋ ਗਏ ਹਾਂ ਲਾਡੀ ਫਿਰ ਤੋਂ ਉਸਨੂੰ ਕੱਸਣ ਵਾਲੇ ਹੋ ਗਏ ਹਾਂ ਧੰਨਵਾਦ ਜੀ ਬਹੁਤ ਵਧੀਆ ਜੀ ਫਿਰ ਤੋਂ ਉਸਨੂੰ ਕੱਸਣ ਵਾਲੇ ਹੋ ਗਏ ਹਾਂ ਵਾਕਿਆ ਜੇ ਫਿਰ ਢਿੱਲਾ ਸਮਝਦਾ ਤੈਨੂੰ ਕੱਸਣਾ ਜ਼ਰੂਰੀ ਹੈ ਤੇ ਕੰਗ ਸਾਹਿਬ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਆਪਣੇ ਸਾਰੇ ਕਵੀਆਂ ਨੂੰ ਕਿ ਜੇਕਰ ਕੋਈ ਵੀ ਕਵੀ ਸਾਥੀ ਆਪਣੇ ਗੀਤ ਤੇ ਜਾਂ ਆਪਣੀ ਕਿਸੇ ਕਿਤਾਬ ਤੇ ਇਸ ਮੰਚ ਰਾਹੀਂ ਗੱਲਬਾਤ ਕਰਨੀ ਚਾਹੁੰਦਾ ਹੋਵੇ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਵਾ ਅਸੀਂ ਗੀਤ ਬਾਰੇ ਵੀ ਗੱਲ ਕਰਾਂਗੇ ਅਗਰ ਕਿਤਾਬ ਬਾਰੇ ਹੋਵੇ ਤਾਂ ਉਹ ਸਾਨੂੰ ਕਿਤਾਬ ਪਹੁੰਚ ਵੀ ਕਰ ਸਕਦਾ ਜਾਂ ਮੈਂ PDF ਉੱਤੇ ਪੜ੍ਹ ਕੇ ਇੱਕ ਦੋ ਹਫ਼ਤਿਆਂ ਦੇ ਵਿੱਚ ਵੀ ਗੱਲ ਕੀਤੀ ਜਾਊਗੀ ਹਾਂਜੀ ਇੱਕ ਵਾਰੀ ਮੈਂ ਫਿਰ ਕਲੀਅਰ ਕਰ ਲਵਾਂ ਜਿਹੜੀ ਬਿੰਦਰ ਜੀ ਗੱਲ ਕਹਿੰਦੇ ਨੇ ਅਸੀਂ ਮਹੀਨੇ 'ਚ ਇੱਕ ਵਾਰੀ ਇਹੋ ਜਿਹਾ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿੱਚ ਅਸੀਂ ਜਾਂ ਤਾਂ ਫਿਲਮ ਸਮੀਖਿਆ ਕਰਦੇ ਹੁੰਦੇ ਹਾਂ ਜਾਂ ਅਸੀਂ ਕਿਸੇ ਕਿਤਾਬ 'ਤੇ ਜਿੱਦਾਂ ਇਹਨਾਂ ਦੇ ਨਾਵਲ 'ਤੇ ਵਿਚਾਰ ਵਟਾਂਦਰਾ ਕੀਤਾ ਸੀ ਉਹਦੇ 'ਤੇ ਵਿਚਾਰ ਵਟਾਂਦਰਾ ਕਰਦੇ ਹਾਂ ਜਾਂ ਕਿਸੇ ਦਾ ਇੱਕ ਸੋਲੋ ਹੀ ਹੋਵੇ ਇੱਕ ਗੀਤ ਹੋਵੇ ਜਾਂ ਉਹਦੀ ਪੂਰੀ CD ਹੋਵੇ ਐਲਬਮ ਹੋਵੇ ਉਹਦੇ 'ਤੇ ਵੀ ਅਸੀਂ ਸਮੀਖਿਆ ਜਾਂ ਵਿਚਾਰ ਵਟਾਂਦਰਾ ਕਰਦੇ ਹਾਂ ਉਹਦੇ ਬਾਰੇ ਗੱਲ ਕਰਦੇ ਹਾਂ ਜੇ ਤੁਸੀਂ ਤੁਹਾਡੀ ਕੋਈ ਇੱਦਾਂ ਦੀ ਕਲਾ ਕਿਰਤ ਹੈਗੀ ਆ ਤੁਸੀਂ ਬਿੰਦਰ ਜੀ ਨਾਲ ਸੰਪਰਕ ਕਰ ਸਕਦੇ ਹਾਂ ਅਸੀਂ ਤੁਹਾਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਸੇ ਕੰਮ ਵਾਸਤੇ ਬੈਠੇ ਹਾਂ ਹੋਰ ਤਾਂ ਅਸੀਂ ਇਹਦੇ 'ਚ ਕੁਛ ਨਹੀਂ ਕੱਢਦੇ ਸੇਵਾ ਹੀ ਕਰਦੇ ਹਾਂ ਨਾ ਤੁਹਾਡੇ ਵਾਸਤੇ ਬੈਠੇ ਹਾਂ ਪੰਜਾਬੀ ਮੰਚ ਕੋਈ ਮੋਨੀਟਾਈਜ਼ ਨਹੀਂ ਕੀਤਾ ਹੋਇਆ ਅਸੀਂ ਇਹਦੇ 'ਚ ਕੁਛ ਕੱਢਦੇ ਨਹੀਂ ਹਾਂ ਕਿਸੇ ਵੀ ਥਾਂ 'ਤੇ ਅਸੀਂ ਇਸ ਵੇਲੇ 12 ਤੋਂ ਵਧੇਰੇ ਥਾਵਾਂ 'ਤੇ ਲਾਈਵ ਬ੍ਰੌਡਕਾਸਟ ਭੇਜ ਰਹੇ ਹਾਂ ਅਸੀਂ ਕਿਤੇ ਵੀ ਇਹਨੂੰ ਮੋਨੀਟਾਈਜ਼ ਨਹੀਂ ਕੀਤਾ ਹੋਇਆ ਉਹ ਤੋਂ ਬਹੁਤ ਸਾਰੇ ਥਾਵਾਂ 'ਤੇ ਉਹ ਤੋਂ ਬਾਅਦ ਇਹਨੂੰ ਅਸੀਂ ਅਪਲੋਡ ਵੀ ਕਰਦੇ ਹਾਂ ਉਸ ਤੋਂ ਬਾਅਦ ਜਾਣੀ ਅਸੀਂ ਸ਼ੇਅਰ ਵੀ ਕਰਦੇ ਹਾਂ ਇਹਨਾਂ ਜਿੱਥੇ ਲਾਈਵ ਜਾ ਰਿਹਾ ਉੱਥੇ ਤਾਂ ਸੇਵ ਹੋ ਹੀ ਜਾਣਾ ਉਹ ਤੋਂ ਬਾਅਦ ਅਸੀਂ ਇਹਨੂੰ ਅੱਗੇ ਤੋਂ ਅੱਗੇ ਫਾਰਵਰਡ ਵੀ ਕਰਦੇ ਹਾਂ ਲੇਕਿਨ ਕਿਤੇ ਵੀ ਮੋਨੀਟਾਈਜ਼ ਨਹੀਂ ਕੀਤਾ ਹੋਇਆ ਸਿਰਫ ਤੁਹਾਡੇ ਵਾਸਤੇ ਹੀ ਹੈ ਇਸ ਕਰਕੇ ਤੁਸੀਂ ਇਹਨਾਂ ਨਾਲ ਸੰਪਰਕ ਕਰਿਆ ਕਰੋ ਔਰ ਆਪਣੀ ਕੋਈ ਵੀ ਕਲਾ ਕਿਰਤ ਕੋਈ ਸੋਲੋ ਕੋਈ ਗੀਤ ਕੋਈ ID ਕੋਈ ਸੀਲ ਕੋਈ CD ਕੋਈ ਐਲਬਮ ਕੋਈ ਵੀ ਚੀਜ਼ ਜਿਹੜੀ ਹੈਗੀ ਆ ਇਹਨਾਂ ਨੂੰ ਭੇਜੋ ਉਹਨੂੰ ਕਹੋ ਵੀ ਮੇਰੇ 'ਤੇ ਇਹਦੇ 'ਤੇ ਰਿਵਿਊ ਰੱਖੋ ਜੀ ਇਹ ਉਹ ਤੁਹਾਨੂੰ ਕਹਿ ਰਿਹਾ ਹਾਂਜੀ ਮਲੇਸ਼ੀਆ ਤੋਂ ਤੇ ਉਸ ਤੋਂ ਬਾਅਦ ਸਾਹਿਬ ਲਾਦੂਪੁਰੀਆ ਜੀ ਆਪਣੀ ਰਚਨਾ ਤਿਆਰ ਰੱਖਣ ਗੁਰਪ੍ਰੀਤ ਸਿੰਘ ਮਲੇਸ਼ੀਆ ਤੋਂ ਇੱਥੇ ਰਹਿ ਜਾਣਾ ਸਭ ਕੁਛ ਤੇਰਾ ਆ ਵੀ ਮੇਰਾ ਉਹ ਵੀ ਮੇਰਾ ਇੱਥੇ ਰਹਿ ਜਾਣਾ ਸਭ ਕੁਝ ਤੇਰਾ ਜੋ ਘੜੀ ਸਜਣਾ ਇਹ ਰਹਿਣ ਬਸੇਰਾ ਤੂੰ ਕਰਦਾ ਦੀ ਤੂੰ ਮੇਰਾ ਮੇਰਾ ਜੋ ਘੜੀ ਇਹ ਰਹਿਣ ਬਸੇਰਾ ਤੂੰ ਕਰਦਾ ਦੀ ਤੂੰ ਮੇਰਾ ਮੇਰਾ
ਜੇ ਖੱਟ ਸਕਦਾ ਤਾਂ ਪਿਆਰ ਖੱਟ ਲੈ, ਜੇ ਖੱਟ ਸਕਦਾ ਤਾਂ ਪਿਆਰ ਖੱਟ ਲੈ, ਕਾਹਤੋਂ ਕਰਦਾ ਤੂੰ ਇਹ ਹੇਰਾ ਫੇਰਾ, ਕਾਹਤੋਂ ਕਰਦਾ ਤੂੰ ਇਹ ਹੇਰਾ ਫੇਰਾ, ਨਾਲ ਨੀ ਜਾਣਾ ਇਹ ਚਾਰ ਸਫੇਰਾ, ਨਾਲ ਨੀ ਜਾਣਾ ਇਹ ਚਾਰ ਸਫੇਰਾ, ਦੱਸ ਸੱਜਣਾ ਇੱਥੇ ਤੇਰਾ ਕਿਹੜਾ ਵੇਰਾ, ਦੱਸ ਸੱਜਣਾ ਇੱਥੇ ਤੇਰਾ ਕਿਹੜਾ ਵੇਰਾ, ਭਾਈ ਫੇਰਦਾ ਤੂੰ ਮਾਇਆ ਦਾ ਘੇਰਾ, ਭਾਈ ਫੇਰਦਾ ਤੂੰ ਮਾਇਆ ਦਾ ਘੇਰਾ, ਨਾਂ ਲੈ ਗਿਆ ਅੱਜ ਤਾਈਂ ਕਿਹੜਾ, ਛੱਡ ਤੁਰ ਜਾਣਾ ਸਭ ਇੱਥੇ ਝਗੜਾ ਝੇੜਾ, ਛੱਡ ਤੁਰ ਜਾਣਾ ਸਭ ਇੱਥੇ ਝਗੜਾ ਝੇੜਾ, ਲੈ ਸਕਦਾ ਤਾਂ ਲੈ ਜਾ ਪਿਆਰ ਬਥੇਰਾ। ਆਖਰੀ ਲਾਈਨਾਂ ਪੇਸ਼ ਕਰ ਰਿਹਾ ਜੀ, ਮੁੜਨੀ ਆਉਣਾ ਕਰ ਇੱਥੇ ਬਸੇਰਾ, ਮੁੜਨੀ ਆਉਣਾ ਕਰ ਇੱਥੇ ਬਸੇਰਾ, ਪ੍ਰੀਤ ਇਹ ਕਲਬੂਤ ਵੀ ਨਹੀਂ ਹੈਗਾ ਸੱਜਣਾ ਤੇਰਾ, ਪ੍ਰੀਤ ਇਹ ਕਲਬੂਤ ਵੀ ਨਹੀਂ ਹੈਗਾ ਸੱਜਣਾ ਤੇਰਾ। ਬਹੁਤ ਬਹੁਤ ਮਿਹਰਬਾਨੀ, ਬਹੁਤ ਵਧੀਆ ਗੁਰਪ੍ਰੀਤ ਜੀ, ਥੈਂਕ ਯੂ ਸਰ। ਬਿੰਦਰ ਜੀ ਮੈਂ ਇੱਕੋ ਹੀ ਰਚਨਾ ਨਾਲ ਹਾਜ਼ਰੀ ਲਵਾਂਗਾ ਮੇਰੇ ਕਿਹਾ, ਕਿਉਂਕਿ ਮੇਰੀਆਂ ਰਚਨਾਵਾਂ ਕੁਛ ਲੰਬੀਆਂ ਹੁੰਦੀਆਂ ਆਮ ਤੌਰ ਤੇ, ਮੈਨੂੰ ਜਦੋਂ ਮਰਜ਼ੀ ਟਾਈਮ ਦੇ ਦਿਓ। ਨਹੀਂ ਪੜ੍ਹੂੰਗਾ ਤਾਂ ਇੱਕੋ ਵਾਰੀ, ਬਸ ਇੱਕੋ ਵਾਰੀ ਟਾਈਮ ਦੇ ਦਿਓ। ਸ਼ਬਦ ਨ ਮੇਰੇ ਰੂਹ ਦੇ ਹਾਣੀ, ਸ਼ਬਦ ਨੇ ਡੂੰਘੇ ਖੂਹ ਦੇ ਪਾਣੀ, ਸ਼ਬਦ ਨੇ ਮੇਰੀ ਰੂਹ ਦੇ ਹਾਣੀ, ਸ਼ਬਦ ਨੇ ਡੂੰਘੇ ਖੂਹ ਦੇ ਪਾਣੀ, ਸ਼ਬਦਾਂ ਨੂੰ ਮੈਂ ਪਰਾਸ ਰਿਹਾ ਹਾਂ, ਉਹਦੀ ਕੱਦ ਪੜਾਸ ਰਿਹਾ ਹਾਂ। ਵਾਹ, ਸ਼ਬਦਾਂ ਨੂੰ ਮੈਂ ਪਰਾਸ ਰਿਹਾ ਹਾਂ, ਦਿਲ ਦੀ ਕੱਦ ਪੜਾਸ ਰਿਹਾ ਹਾਂ, ਸ਼ਬਦਾਂ ਦੇ ਦਰਿਆ ਚ ਨਹਾਉਣਾ, ਸ਼ਬਦਾਂ ਨੂੰ ਦਰਦਾਂ ਚ ਪਰੋਣਾ, ਸ਼ਬਦਾਂ ਦੇ ਦਰਿਆ ਚ ਨਹਾਉਣਾ, ਸ਼ਬਦਾਂ ਨੂੰ ਦਰਦਾਂ ਚ ਪਰੋਣਾ, ਸ਼ਬਦਾਂ ਚ ਮੈਂ ਖੁੱਭ ਗਿਆ ਹਾਂ, ਸ਼ਬਦਾਂ ਚ ਮੈਂ ਖੁੱਭ ਗਿਆ ਹਾਂ, ਸ਼ਬਦਾਂ ਚ ਮੈਂ ਡੁੱਬ ਗਿਆ ਹਾਂ, ਸ਼ਬਦਾਂ ਦੇ ਮੈਂ ਗੀਤ ਬਣਾਉਣੇ, ਸ਼ਬਦਾਂ ਦੇ ਮੈਂ ਗੀਤ ਬਣਾਉਣੇ, ਸਭ ਗੀਤ ਮੈਂ ਗਲ ਨਾਲ ਦਿਲਾਉਣੇ, ਗੀਤ ਮੇਰੇ ਨੇ ਸਾਹਵਾਂ ਵਰਗੇ, ਗੀਤ ਮੇਰੇ ਨੇ ਸਾਹਵਾਂ ਵਰਗੇ, ਯਾਰ ਦੇ ਪਿੰਡ ਦੀਆਂ ਰਾਹਾਂ ਵਰਗੇ। ਬਹੁਤ ਦੋ ਅਗਲਾ ਸ਼ੇਰ ਅਜੋ ਜੀ, ਲਿਖਣ ਦੀ ਮੈਂ ਜਾਚ ਹਾਂ ਸਿੱਖਦਾ, ਲਿਖਣ ਦੀ ਮੈਂ ਜਾਚ ਹਾਂ ਸਿੱਖਦਾ, ਕਾਪੀ ਤੇ ਅਜੇ ਪੈਨ ਨਹੀਂ ਟਿਕਦਾ। ਸ਼ਬਦ ਟਿਕਾਉਣਾ ਕੱਲਾ ਕੱਲਾ, ਜੋ ਚੀਚੀ ਵਿੱਚ ਪਾਇਆ ਛੱਲਾ, ਸ਼ਬਦ ਟਿਕਾਉਣਾ ਕੱਲਾ ਕੱਲਾ, ਜੋ ਚੀਚੀ ਵਿੱਚ ਪਾਇਆ ਛੱਲਾ, ਸ਼ਬਦਾਂ ਦਾ ਮੁੱਲ ਤਾਰ ਨਹੀਂ ਹੋਣਾ, ਗੀਤ ਮੇਰਾ ਮੈਥੋਂ ਮਾਰ ਨਹੀਂ ਹੋਣਾ, ਸ਼ਬਦਾਂ ਦਾ ਮੁੱਲ ਤਾਰ ਨਹੀਂ ਹੋਣਾ, ਗੀਤ ਮੇਰਾ ਮੈਥੋਂ ਮਾਰ ਨਹੀਂ ਹੋਣਾ, ਇਜ਼ਰ ਦੀ ਸੂਲੀ ਚੜ ਜਾਵਾਂਗਾ, ਗੀਤ ਬਿਨਾਂ ਮੈਂ ਮਰ ਜਾਵਾਂਗਾ। ਹਿਜਰੇ ਦੀ ਸੂਲੀ ਚੜ ਜਾਵਾਂਗਾ, ਗੀਤ ਬਿਨਾਂ ਮੈਂ ਮਰ ਜਾਵਾਂਗਾ, ਗੀਤਾਂ ਲਈ ਯਾਰੋ ਕਰੋ ਦੁਆਵਾਂ, ਕਿਸੇ ਰੁੱਖ ਥੱਲੇ ਬਹਿ ਕੇ ਗਾਵਾਂ, ਕਿਸੇ ਰੁੱਖ ਥੱਲੇ ਬਹਿ ਕੇ ਗਾਵਾਂ। ਬਹੁਤ ਬਹੁਤ ਧੰਨਵਾਦ ਜੀ, ਗੀਤਾਂ ਲਈ ਕਰੋ ਦੁਆਵਾਂ, ਕਿਸੇ ਰੁੱਖ ਥੱਲੇ ਬਹਿ ਕੇ ਗਾਵਾਂ। ਵਾਹਿਗੁਰੂ। ਸੱਦਾ ਦੇਵਚਾਰੇ ਪੰਜਾਬੀ ਮੰਚ ਦੇ ਸਰਪ੍ਰਸਤ ਅਮਰੀਕ ਸਿੰਘ ਕੰਗ ਜੀ ਹੋਣਾ ਨੂੰ, ਤੇ ਇਸ ਤੋਂ ਬਾਅਦ ਧਰਮਿੰਦਰ ਸਿੰਘ ਕੰਗ ਜੀ ਆਪਣੇ ਰਚਨਾ ਤਿਆਰ ਰੱਖਣ। ਕਵਿਤਾ ਪੜ੍ਹਨ ਜਾ ਰਿਹਾ ਸਮੇਂ ਦੇ ਹਾਣੀ, ਉਸਦਾ ਕਵਰ ਪੇਜ, ਵੈਸੇ ਤਾਂ ਮੇਰੀਆਂ ਸਾਰੀ ਕਿਤਾਬਾਂ ਦੇ ਕਵਰ ਪੇਜ
ਦਸਾਂ ਦੇ ਵਿੱਚੋਂ ਅੱਠ ਤੇ ਬਣਾ ਚੁੱਕੇ ਨੇ ਇਹ, ਕਿਉਂਕਿ ਪਹਿਲੀਆਂ ਦੋ ਬਹੁਤ ਪਹਿਲਾਂ ਛਪ ਗਈਆਂ ਸੀ, 1980 ਛਪ ਗਈ ਸੀ ਪਹਿਲੀ ਤੇ ਦੂਜੀ 1981 ਛਪ ਗਈ ਸੀ। ਹਾਂਜੀ ਹਾਂਜੀ, ਇਹਨਾਂ ਦੇ ਮਾਈਕ ਤੋਂ ਜ਼ਿਆਦਾ ਹਮੇਸ਼ਾ ਗੜਬੜ ਹੁੰਦੀ ਆ, ਲੋਕ ਵਾਰੀ ਬੰਦ ਵੀ ਕੀਤਾ। ਹਾਂਜੀ, ਅਤੇ ਤਕਰੀਬਨ ਸਾਰੇ ਹੀ ਕੋਸ਼ਿਸ਼ ਕਰਿਆ ਕਰੋ ਕਿ ਮਾਈਕ ਆਪਣਾ ਆਪ ਹੀ ਸਾਂਭੋ, ਮੈਨੂੰ ਨਾ ਹੀ ਬੰਦ ਕਰਨਾ ਪਵੇ, ਮੈਂ ਲਾਈਕ ਨਹੀਂ ਕਰਦਾ। ਮੈਨੂੰ ਇੱਦਾਂ ਲੱਗਦਾ ਵੀ ਮੈਂ ਅਗਲੇ ਦਾ ਮੂੰਹ ਹੀ ਬੰਦ ਕਰ ਰਿਹਾ, ਨਾਲੇ ਬੁਲਾ ਰਿਹਾ ਉਹਨਾਂ ਨੂੰ ਇੱਥੇ ਪ੍ਰੋਗਰਾਮ 'ਤੇ, ਨਾਲੇ ਉਹਨਾਂ ਦਾ ਮਾਈਕ ਬੰਦ ਕਰ ਰਿਹਾ। ਮੈਨੂੰ ਇੱਦਾਂ ਦੀ ਫੀਲਿੰਗ ਹੋਣ ਲੱਗ ਪੈਂਦੀ, ਮੈਂ ਕਿਸੇ ਦਾ ਮਾਈਕ ਬੰਦ ਕਰਕੇ ਰਾਜੀ ਨਹੀਂ। ਬੇਸ਼ੱਕ ਬਿੰਦਰ ਜੀ ਮੈਨੂੰ ਕਹਿੰਦੇ ਰਹਿੰਦੇ ਆ, ਤੁਸੀਂ ਕਰ ਦਿਓ ਕੰਗ ਜੀ। ਲਓ ਮੇਰੀ ਕਵਿਤਾ ਹਾਜ਼ਰ ਹੈ ਜੀ। ਆਮ ਤੌਰ 'ਤੇ ਕਵਿਤਾ ਮੇਰੀ 18 ਲਾਈਨਾਂ ਦੀ ਹੋਣੀ ਚਾਹੀਦੀ ਹੈ, ਜੇ ਗੀਤ ਹੋਵੇ ਤਾਂ 24 ਲਾਈਨਾਂ ਦਾ ਹੁੰਦਾ, ਜਿਹਦੇ ਵਿੱਚ 6 ਲਾਈਨਾਂ 27 ਦੀਆਂ ਹੁੰਦੀਆਂ, 18 ਲਾਈਨਾਂ ਹੁੰਦੀਆਂ ਇੰਡੀਪੈਂਡੈਂਟ। ਸੋ ਇਹਦੀਆਂ 36 ਹੈਗੀਆਂ ਕਵਿਤਾ ਆ, ਸੋ ਦੋਵਾਂ ਦੇ ਬਰਾਬਰ ਹੋ ਗਈ ਇਹ ਸਮਝ ਲਓ ਰਚਨਾ, ਇਸ ਕਰਕੇ ਮੇਰੀਆਂ ਦੋ ਹਾਜ਼ਰੀਆਂ ਬਿੰਦਰ ਜੀ ਲੱਗ ਗਈਆਂ। ਮੈਂ ਪੂਰੀ ਦੀ ਪੂਰੀ ਪੜ੍ਹ ਦੇਣੀ ਹੈ ਜੀ ਬਿੰਦਰ ਜੀ। ਕਵਿਤਾ ਦਾ ਸਿਰਲੇਖ ਹੈ ਕਈ ਗੱਲਾਂ। ਹਾਕਮ ਹੱਕ ਮੰਗਿਆ ਜਦੋਂ ਦੇ ਗੋਲੀ, ਹਾਕਮ ਹੱਕ ਮੰਗਿਆ ਜਦੋਂ ਦੇ ਗੋਲੀ, ਇਹਨੂੰ ਕਹਿੰਦੇ ਹੰਕਾਰੀ ਸਰਕਾਰ ਦੀ ਗੱਲ, ਜਿਹੜੇ ਹਾਕਮ ਨੇ ਤੁਸਾਂ ਨਾਲ ਜੰਗ ਛੇੜੀ, ਸਭ ਜਾਣਦੇ ਉਹਦੇ ਕਿਰਦਾਰ ਦੀ ਗੱਲ, ਝੂਠ ਬੋਲਣਾ ਜਿਸ ਦਾ ਹੈ ਖਾਸਾ, ਪੂਰੀ ਕਰੇ ਨਾ ਕਦੇ ਇਕਰਾਰ ਦੀ ਗੱਲ, ਮੁੱਕਰ ਜਾਵੇ ਜੋ ਮਨਸ ਕੇ ਆਪ ਗਊਆਂ, ਕਿੰਜ ਕਰੋਗੇ ਉਹਦੇ ਇਤਵਾਰ ਦੀ ਗੱਲ, ਨੋਟ ਲੈਣ ਲਈ ਬਿਰਲੇ ਤੇ ਟਾਟਿਆਂ ਦੀ, ਵੋਟ ਲੈਣ ਲਈ ਕਰਨ ਚਮਾਰ ਦੀ ਗੱਲ, ਰੱਤ ਚੂਸ ਪੰਜਾਬ ਦੀ ਜਿਉਣ ਹੈ ਪਰ ਸਦਾ ਕਰਨ ਉਹ ਯਮੁਨਾ ਤੋਂ ਪਾਰ ਦੀ ਗੱਲ, ਚੜ੍ਹਦੇ ਸੂਰਜ ਨੂੰ ਜਿਨ੍ਹਾਂ ਸਲਾਮ ਕਰਨਾ, ਕਰਦੇ ਸਦਾ ਉਹ ਨਵੀਂ ਸਰਕਾਰ ਦੀ ਗੱਲ, ਨਮਕ ਤੁਹਾਡਾ ਜੋ ਖਾ ਹਰਾਮ ਕਰਦੇ, ਉਹੀ ਕਰਦੇ ਨੇ ਹਾਕਮ ਦਰਬਾਰ ਦੀ ਗੱਲ, ਪੂਛ ਹਿਲਾਉਂਦੇ ਜੋ ਜ਼ਾਲਮ ਦੀ ਚੁੱਕ ਝੋਲੀ, ਨਾ ਕਰਨ ਮਨੁੱਖੀ ਅਧਿਕਾਰ ਦੀ ਗੱਲ, ਕਦੇ ਫੋਲ ਕੇ ਜ਼ਰਾ ਇਤਿਹਾਸ ਵੇਖੋ, ਵਿੱਚੋਂ ਲੱਭੇਗੀ ਗੰਗੂ ਗਦਾਰ ਦੀ ਗੱਲ, ਤੁਹਾਡੀਆਂ ਜਾ ਕੇ ਉਹਨਾਂ ਨੂੰ ਰੋਜ਼ ਦੱਸੇ, ਤੁਹਾਨੂੰ ਦੱਸੇ ਨਾ ਦਿੱਲੀ ਦਰਬਾਰ ਦੀ ਗੱਲ, ਉਹਨੂੰ ਰੱਖ ਵਿਚੋਲਾ ਤੁਸੀਂ ਕੀ ਲੈਣਾ, ਛੱਡੋ ਪਰਾਂ ਜੀ ਐਸੇ ਗਦਾਰ ਦੀ ਗੱਲ, ਧਰ ਧਰ ਭੁੱਲਦੇ ਲੁੱਟਿਆ ਮਾਲ ਮੱਤਾ, ਕਦੇ ਕਰਨਗੇ ਲੂਣ ਬਸਾਰ ਦੀ ਗੱਲ, ਉਹਨੀ ਖੁਦ ਹੀ ਤਾਂ ਮਜਬੂਰ ਕੀਤਾ ਤੁਹਾਨੂੰ ਕਰਨ ਲਈ ਜੁਦੇ ਘਰਵਾਰ ਦੀ ਗੱਲ, ਕਦੇ ਧਮਕੀ ਅੱਗੇ ਨਾ ਤੁਸੀਂ ਨਿਭਦੇ, ਕਦੇ ਧਮਕੀ ਅੱਗੇ ਨਾ ਤੁਸੀਂ ਨਿਭਦੇ, ਸਦਾ ਸੁਣਦੇ ਪਿਆਰ ਨਾਲ ਪਿਆਰ ਦੀ ਗੱਲ, ਗੱਲ ਜਦੋਂ ਦਰਬਾਰਾਂ ਦੀ ਚੱਲ ਪੈਂਦੀ, ਤੁਹਾਨੂੰ ਭਾਉਂਦੀ ਨਾ ਦਿੱਲੀ ਦਰਬਾਰ ਦੀ ਗੱਲ, ਉਸ ਗੱਲ ਦੇ ਕਰਨ ਦਾ ਕੀ ਫਾਇਦਾ, ਜਿਹੜੀ ਹੋਵੇ ਨਾ ਹੱਕਾਂ ਨਾਲ ਪਿਆਰ ਦੀ ਗੱਲ, ਉਸ ਗੱਲ ਦੇ ਕਰਨ ਦਾ ਕੀ ਫਾਇਦਾ, ਜਿਹੜੀ ਹੋਵੇ ਨਾ ਹੱਕਾਂ ਨਾਲ ਪਿਆਰ ਦੀ ਗੱਲ, ਸ਼ਹੀਦੀਆਂ ਬਿਨਾਂ ਨਾ ਹੋਵੇ ਕੋਈ ਗੱਲ ਪੂਰੀ, ਜਦੋਂ ਕਦੇ ਵੀ ਚੱਲੇ ਦਸਮ ਦੁਆਰ ਦੀ ਗੱਲ, ਦੰਦ ਦੁਸ਼ਮਣ ਦੇ ਕਰੋ ਤੁਸੀਂ ਖੂਬ ਖੱਟੇ, ਤੁਹਾਨੂੰ ਡਰਾਵੇ ਨਾ ਕਿਸੇ ਖੂਨ ਖਾਰ ਦੀ ਗੱਲ, ਸਿਰੜ ਰੱਖਣ ਦੀ ਤੁਸਾਂ ਨਾਲ ਗੱਲ ਕਰ ਲੈਣ ਪਰ ਕਰਨ ਅਜੀਤ ਜੁਝਾਰ ਦੀ ਗੱਲ, ਤੁਸਾਂ ਨਾਲ ਜਦੋਂ ਵੀ ਚੋਣ ਕਰ ਲੈਣ ਬਾਬਾ ਦੀਪ ਸਿੰਘ ਦੇ ਖੰਡੇ ਦੀ ਧਾਰ ਦੀ ਗੱਲ, ਕਰਨੀ ਚੋਣ ਜੇ ਗੱਲ ਉਹ ਯੋਧਿਆਂ ਦੀ, ਕਰਨ ਨੀਲੇ ਦੇ ਉਹ ਉਸ ਵਾਰ ਦੀ ਗੱਲ, ਐਵੇਂ ਗੱਲਾਂ ਚੋਂ ਗੱਲ ਹੈ ਚੱਲ ਪੈਂਦੀ, ਐਵੇਂ ਗੱਲਾਂ ਚੋਂ ਗੱਲ ਹੈ ਚੱਲ ਪੈਂਦੀ, ਤੁਹਾਨੂੰ ਰਾਸ ਨਾ ਝੂਠੇ ਇਕਰਾਰ ਦੀ ਗੱਲ, ਮੋੜ ਭਾਜੀ ਤੁਸੀਂ ਲੱਗਦੇ ਹੱਥ ਦੇਵੋ, ਤੁਹਾਨੂੰ ਮੇਚ ਨਾ ਆਵੇ ਉਧਾਰ ਦੀ ਗੱਲ, ਤੁਹਾਨੂੰ ਗੁੜਤੀ ਹੀ ਮਿਲੀ ਕੁਰਬਾਨੀਆਂ ਦੀ, ਤੁਹਾਨੂੰ ਭਾਉਂਦੀ ਨਾ ਉੱਕਾ ਵਪਾਰ ਦੀ ਗੱਲ, ਜ਼ਾਲਮ ਮੇਟਦੇ ਕਈ ਮਿਟ ਗਏ, ਨਾ ਮਿਟੀ ਤੁਹਾਡੇ ਸੱਭਿਆਚਾਰ ਦੀ ਗੱਲ, ਇਹ ਤਾਂ ਸਮਝ ਹੈ ਸਭ ਨੂੰ ਆ ਚੁੱਕੀ, ਇਹ ਤਾਂ ਸਮਝ ਹੈ ਸਭ ਨੂੰ ਆ ਚੁੱਕੀ, ਚੜ੍ਹੇ ਹਾਕਮ ਨੂੰ ਫਿਰਕੂ ਬੁਖਾਰ ਦੀ ਗੱਲ, ਚੜ੍ਹੇ ਹਾਕਮ ਨੂੰ ਫਿਰਕੂ ਬੁਖਾਰ ਦੀ ਗੱਲ, ਵਕਤ ਗੱਲੀ ਭਰਮਾਉਣ ਦਾ ਲੰਘ ਚੁੱਕਾ, ਉਹ ਤੋਂ ਹੋਣੀ ਆ ਤੁਹਾਡੇ ਮਿਆਰ ਦੀ ਗੱਲ, ਉਹ ਤਾਂ ਬੈਠੇ ਬਿਠਾਇਆ ਹੀ ਖਾਣ ਗੋਤੇ, ਜਦੋਂ ਕਦੇ ਵੀ ਚੱਲੇ ਮੰਝਧਾਰ ਦੀ ਗੱਲ, ਕਰਦੇ ਧਾੜ ਬਿਗਾਨੀ ਦੇ ਆਸਰੇ ਤੇ, ਰਣ ਤੱਤੇ 'ਚ ਜੂਝਣ ਦੀ ਸਾੜ ਦੀ ਗੱਲ, ਹਮਲਾ ਕੀਤਾ ਤਾਂ ਸਮਝਿਓ ਵੰਡ ਪੱਕੀ, ਉਹਨਾਂ ਸੁਣੀ ਨਾ ਤੁਹਾਡੇ ਸਰਦਾਰ ਦੀ ਗੱਲ,
ਹੱਥਾਂ ਪੈਰਾਂ ਦੀ ਪੈ ਗਈ ਸੀ ਹਾਕਮਾਂ ਨੂੰ, ਇਹਦੀ ਹੁੰਦੀ ਏ ਇਹੀ ਹੁੰਦੀ ਏ ਤਿਆਰ ਬਰ ਤਿਆਰ ਦੀ ਗੱਲ, ਉਹਦੇ ਵਿੱਚ ਕੁਤਾਹੀ ਨਾ ਤੁਸੀਂ ਝੱਲੋ, ਤੁਹਾਡੇ ਮੱਕੇ ਦੇ ਜੋ ਸਤਿਕਾਰ ਦੀ ਗੱਲ ਅਮਰੀਕ ਸਿੰਘਾਂ ਜੋ ਕੀਤੀ ਉਹਨਾਂ ਨਾਲ, ਤੁਹਾਡੇ ਇਹਨੂੰ ਕਹਿੰਦੇ ਦਿਮਾਗ ਬਿਮਾਰ ਦੀ ਗੱਲ, ਜੂਨ 84 ਦੀ ਗੱਲ ਤਾਂ ਕੱਲ੍ਹ ਦੀ ਹੈ, ਜੁੱਗਾਂ ਤੱਕ ਨਾ ਭੁੱਲੂ ਐਸੀ ਮਾਰ ਦੀ ਗੱਲ, ਘੱਲੂ ਘਾਰਾ ਕਰ ਉਹਨੀ ਪੰਜਾਬ ਅੰਦਰ, ਛੇੜੀ ਖੁਦ ਲਈ ਕੱਫਣ ਤਿਆਰ ਦੀ ਗੱਲ, ਛੇੜੀ ਖੁਦ ਲਈ ਕੱਫਣ ਤਿਆਰ ਦੀ ਗੱਲ। ਥੈਂਕ ਯੂ ਜੀ, ਥੈਂਕ ਯੂ ਜੀ, ਥਕ ਗਈ ਹੈ ਤੁਹਾਰੇ ਇੰਤਜ਼ਾਰ ਮੈਂ ਸਾਸੇ, ਥਮਨੇ ਲਗੀ ਤੁਹਾਰੇ ਇੰਤਜ਼ਾਰ ਮੈਂ, ਤੁਹਾਰੇ ਬਦਨ ਕੀ ਮਹਿਕ ਆਜ ਵੀ ਬਸੀ ਹੈ ਹਮਾਰੀ ਸਾਸੋ ਮੈਂ, ਵੋ ਪਲ ਆਜ ਵੀ ਬਸੇ ਹੈ ਹਮਾਰੀ ਆਖੋ ਮੈਂ, ਅਭੀ ਵੀ ਯਾਦ ਹੈ ਹਮੇ ਸਰਦੀਓ ਕੀ ਓਰ ਕੇ ਵੋ ਪਲ ਜਬ ਪੀਤੇ ਥੇ ਚਾਹੇ ਸਾਥ ਮਿਲ, ਮਿਲਤੇ ਥੇ ਜਬ ਚੋਰੀ ਚੋਰੀ ਚਾਰੋ ਇਸ਼ਾਰੋ ਮੇਂ ਬਾਤੇ ਥੀ ਹੋਤੀ, ਰੂਟਤੇ ਮੁਸਕਰਾਤੇ ਥੇ ਜਬ ਦਿਲ ਕੀ ਦਿਲ ਕੀ ਛੂ ਦਿਲ ਦਿਲ ਕੋ ਛੂ ਜਾਤੇ ਥੇ ਵੋ ਪਲ, ਆਖੇ ਥਕੀ ਹੈ ਤੁਹਾਰੇ ਇੰਤਜ਼ਾਰ ਮੈਂ, ਸਾਸੇ ਵੀ ਥਮੀ ਹੈ ਮੈਸੇਜ ਆਯਾ ਭੋਗਲ ਸਾਹਿਬ ਦਾ, ਕਹਿੰਦੇ ਸਾਡੇ ਘਰ ਪ੍ਰਾਹੁਣੇ ਆ ਗਏ ਆ, ਤੇਰੀ ਵਾਰੀ ਪਹਿਲਾਂ ਲਵਾ ਦੋ ਤਾਂ। ਅੱਛਾ ਜੀ, ਆਪਣੀ ਰਚਨਾ ਤਿਆਰ ਰੱਖਿਓ। ਹਾਂਜੀ, ਮੇਰੀ ਰਚਨਾ ਦਾ ਸਿਰਲੇਖ ਹੈ ਜੀ ਦਰਦ। ਐਵੇਂ ਸੱਜਣਾ ਛੇੜਿਆ ਨਾ ਕਰ ਤੂੰ ਬਹੁਤਾ ਮੈਨੂੰ, ਐਵੇਂ ਸੱਜਣਾ ਛੇੜਿਆ ਨਾ ਕਰ ਤੂੰ ਬਹੁਤਾ ਮੈਨੂੰ, ਅਸੀਂ ਗਮਾਂ ਦੇ ਨਾਲ ਅੰਦਰੋਂ ਅੰਦਰੀ ਭਰੇ ਪਏ ਹਾਂ, ਸਾਥੋਂ ਪੁੱਛ ਨਾ ਹਾਲ ਤੂੰ ਸਾਡੇ ਦਿਲ ਦੇ ਦਰਦਾਂ ਦਾ, ਸਾਥੋਂ ਪੁੱਛ ਨਾ ਹਾਲ ਤੂੰ ਸਾਡੇ ਦਿਲ ਦੇ ਦਰਦਾਂ ਦਾ, ਅਸੀਂ ਪਤਾ ਨੀ ਕਿੰਨੇ ਕੁ ਦਰਦ ਜਰੇ ਹੋਏ ਹਾਂ। ਬਸ ਤੁਰੇ ਫਿਰਦੇ ਹਾਂ ਇੱਕ ਲਾਸ਼ ਜਿਹੀ ਬਣ ਕੇ, ਉਂਜ ਤਾਂ ਅਸੀਂ ਰੂਹੋ ਕਦੇ ਕਦੋਂ ਦੇ ਮਰੇ ਬਣਿਆ, ਬੇਸ਼ੱਕ ਸਾਡੇ ਜਿਉਣ ਦੀ ਆਸ ਟੁੱਟ ਗਈ ਕਦੋਂ ਦੀ, ਬੇਸ਼ੱਕ ਸਾਡੇ ਜਿਉਣ ਦੀ ਆਸ ਟੁੱਟ ਗਈ ਕਦੋਂ ਦੀ, ਫਿਰ ਵੀ ਮੌਤ ਮੋਹਰੇ ਇੱਕ ਤੰਗ ਕੇ ਅਜੇ ਤੱਕ ਅੜੇ ਹੋਏ ਹਾਂ। ਹਰ ਇੱਕ ਨੇ ਡੰਗਿਆ ਕਰ ਬੇਵਫਾਈ ਵਫਾ ਦੇ ਨਾਲ, ਹਰ ਇੱਕ ਨੇ ਡੰਗਿਆ ਕਰ ਬੇਵਫਾਈ ਵਫਾ ਦੇ ਨਾਲ, ਅਸੀਂ ਆਪਣੇ ਪਰਛਾਵੇਂ ਤੋਂ ਵੀ ਹੁਣ ਤਾਂ ਡਰੇ ਹੋਏ ਹਾਂ, ਹੁਣ ਤੇਰੀ ਹਮਦਰਦੀ ਨੇ ਦੱਸ ਸਾਨੂੰ ਕੀ ਤਾਰਨਾ ਹੈ, ਹੁਣ ਤੇਰੀ ਹਮਦਰਦੀ ਨੇ ਦੱਸ ਸਾਨੂੰ ਕੀ ਤਾਰਨਾ ਹੈ, ਅਸੀਂ ਤੇਰੀਆਂ ਦੁਆਵਾਂ ਸਦਕਾ ਹੀ ਸੂਰੀ ਤੇ ਚੜੇ ਹੋਏ ਹਾਂ। ਦੁੱਖਾਂ ਦੀ ਭੱਠੀ ਵਿੱਚ ਹਰ ਰੋਜ਼ ਜ਼ਿਆਦਾ ਤਪ ਤਪ ਕੇ, ਦੁੱਖਾਂ ਦੀ ਭੱਠੀ ਵਿੱਚ ਹਰ ਰੋਜ਼ ਜ਼ਿਆਦਾ ਤਪ ਤਪ ਕੇ, ਅਸੀਂ ਜਿਉਂਦੇ ਜੀ ਹੀ ਲਾਸ਼ ਜੇ ਬਣੇ ਹੋਏ ਹਾਂ। ਹੁਣ ਦੱਸ ਭਲਾ ਕਿਹੜਾ ਕਿਸੇ ਨੇ ਦੋਸਤ ਦੇਣਾ ਸਾਨੂੰ, ਦੱਸ ਭਲਾ ਕਿਹੜਾ ਕਿਸੇ ਨੇ ਦੋਸ਼ ਦੇਣਾ ਸਾਨੂੰ, ਅਸੀਂ ਪਹਿਲਾਂ ਹੀ ਇਲਜ਼ਾਮਾਂ ਦੇ ਨਾਲ ਭਰੇ ਹੋਏ ਹਾਂ,
ਇਸ਼ਕ ਦੇ ਸਮੁੰਦਰਾਂ ਵਿੱਚ ਭਾਵੇਂ ਸਦਾ ਰਹੇ ਡੁੱਬਦੇ, ਇਸ਼ਕ ਦੇ ਸਮੁੰਦਰਾਂ ਵਿੱਚ ਭਾਵੇਂ ਰਹੇ ਸਦਾ ਡੁੱਬਦੇ, ਅਸੀਂ ਨੈਣੋ ਵਹਿੰਦੇ ਹੰਝੂਆਂ ਵਿੱਚ ਸਦਾ ਤਰੇ ਪਏ ਹਾਂ। ਹੁਣ ਰਹਿਮ ਕਰਕੇ ਬਿੰਦਰ ਨੂੰ ਤੁਸੀਂ ਯਾਦ ਕਰੋ, ਹੁਣ ਰਹਿਮ ਕਰਕੇ ਬਿੰਦਰ ਨੂੰ ਤੁਸੀਂ ਯਾਦ ਕਰੋ, ਮਸਾਂ ਤਾਂ ਸੰਭਲ ਸੰਭਲ ਕੇ ਹੁਣ ਅਸੀਂ ਖੜੇ ਹੋਏ ਹਾਂ, ਮਸਾਂ ਤਾਂ ਸੰਭਲ ਸੰਭਲ ਕੇ ਹੁਣ ਅਸੀਂ ਖੜੇ ਹੋਏ ਹਾਂ। ਸਲਾਹਕਾਰ ਬੜੇ ਰੋਮਾਂਚਕ ਵਿਸ਼ੇ ਲੈ ਕੇ ਆਏ ਆ, ਤੁਹਾਡਾ ਮੁਕਾਬਲਾ ਹੋ ਗਿਆ, ਤੁਹਾਨੂੰ ਇਨਾਮ ਸਮਝ ਦਿਆਂਗੇ, ਹੁਣ ਅੱਧਾ ਅੱਧਾ ਵੰਡ ਲਿਓ। ਉਸ ਤੋਂ ਬਾਅਦ ਜੀਤ ਸਰਜੀਤ ਜੀ ਆਪਣੀ ਰਚਨਾ ਤਿਆਰ ਰੱਖਣ, ਨਛੱਤਰ ਸਿੰਘ ਜੀ ਭੋਗਲ। ਹਾਂਜੀ ਭੋਗਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਸਾਰੇ ਵੀਰਾਂ ਨੇ ਕਿਸਾਨ ਮੋਰਚੇ ਤੇ ਕਵਿਤਾਵਾਂ ਪੇਸ਼ ਕੀਤੀਆਂ, ਮੇਰੀਆਂ ਭੈਣਾਂ ਨੇ ਵੀ ਕਵਿਤਾਵਾਂ ਪੇਸ਼ ਕੀਤੀਆਂ ਇਸ ਮੋਰਚੇ ਤੇ, ਤੇ ਮੈਂ ਵੀ ਇਸ ਮੋਰਚੇ ਸੰਬੰਧੀ ਇੱਕ ਕਵਿਤਾ ਪੇਸ਼ ਕਰਨੀ ਚਾਹੁੰਦਾ। ਇਸ ਤੋਂ ਪਹਿਲਾਂ ਮੈਂ ਕਵਿਤਾ ਸ਼ੁਰੂ ਕਰਾਂ, ਮੈਂ ਖਿਮਾ ਮੰਗਦਾ ਸਾਰਿਆਂ ਤੋਂ ਕਿ ਮੈਂ ਪਹਿਲਾਂ ਮਿੱਤਰ ਨਾਲ ਗੱਲ ਹੋਈ ਸੀ ਤੇ ਮੈਂ ਮੌਕਾ ਪਾ ਤੁਸੀਂ ਮੈਨੂੰ ਦਿੱਤਾ ਤੇ ਮੈਂ ਆਪਣੀ ਕਵਿਤਾ ਪੜ੍ਹ ਕੇ ਮੈਨੂੰ ਜਾਣਾ ਪਿਆ। ਕੋਈ ਪ੍ਰੋਬਲਮ ਨੀ, ਉਸ ਗੱਲ ਦੀ ਕੋਈ ਸਮੱਸਿਆ ਨੀ ਹੈ, ਤੁਸੀਂ ਹਾਜ਼ਰੀ ਲਵਾਇਆ ਕਰੋ ਬਸ, ਠੀਕ ਹੈ, ਜਦੋਂ ਮਰਜ਼ੀ ਆਓ। ਮੋਰਚਾ ਫਤਿਹ ਜੀ। ਤੇ ਕੰਮ ਤੇ ਕਿਰਤੀ ਕਿਸਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ, ਕਾਲਿਆਂ ਕਾਨੂੰਨਾਂ ਵਾਲੀ ਸੋਚ ਨਾ ਖਰੀ, ਦੁੱਖ ਦੀ ਹੋ ਰੱਗ ਉੱਤੇ ਉਂਗਲ ਧਰੀ, ਉਹ ਸਿਰੜੀ ਕਿਸਾਨਾਂ ਗੱਲ ਮੂਲ ਨਾ ਜਰੀ, ਹਰੀ ਸਰਕਾਰ ਤੇ ਕਿਸਾਨ ਜਿੱਤਿਆ, ਕਾਮਾਂ ਦੇ ਕਿਰਤੀ ਕਿਸਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ। ਰੱਬ ਉੱਤੇ ਰੱਖਦਾ ਕਿਸਾਨ ਡੋਰੀਆਂ, ਬਲ ਛਲ ਨਹੀਂ ਉਹ ਗੱਲਾਂ ਕਰੇ ਕੋਰੀਆਂ, ਧੜੀਆਂ ਨਾ ਮਾਰੇ ਡਾਕੇ ਚੋਰੀਆਂ, ਸਾਡਾ ਸਾਊ ਸਿੱਧੜਾ ਨਿਦਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ, ਕਾਮਾਂ ਤੇ ਕਿਰਤੀ ਕਿਸਾਨ ਜਿੱਤਿਆ। ਚੰਨ ਤਾਰਿਆਂ ਨੇ ਰੱਜ ਖੁਸ਼ੀ ਹੈ ਮਨਾਈ, ਅੰਮ੍ਰਿਤ ਦੇ ਵਿਹੜੇ ਸੋਹਣੀ ਰੌਣਕ ਲਗਾਈ, ਹਵਾਵਾਂ ਗੀਤ ਸ਼ੇਰ ਡਾਢੀ ਰੌਣਕ ਲਗਾਈ, ਸਾਰੀ ਧਰਤੀ ਤੇ ਨੀਲਾ ਅਸਮਾਨ ਜਿੱਤਿਆ, ਦੇਸ਼ ਦਾ ਮਹਾਨ ਜਿੱਤਿਆ, ਕਾਮਾਂ ਤੇ ਕਿਸਾਨ ਜਿੱਤਿਆ। ਪਛਾੜ ਦਾ ਮੂੰਹ ਗੱਭਰੂ ਜਵਾਨ ਮੋੜਿਆ, ਸੜਕ ਵਿੱਚ ਰੱਖੇ ਪੱਥਰਾਂ ਨੂੰ ਰੋੜਿਆ, ਧੱਕੇ ਨਾਲ ਬੈਰੀਕੇਡਾਂ ਨੂੰ ਸੀ ਤੋੜਿਆ, ਹਾਰੀਆਂ ਹਨੇਰੀਆਂ ਤੂਫਾਨ ਜਿੱਤਿਆ, ਕਬਾ ਤੇ ਕਿਰਤੀ ਕਿਸਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ। ਅੱਜ ਕੀਤਾ ਤੇ ਧੁੱਪਾਂ ਤੇ ਚੱਕਰ ਤਨ ਉੱਤੇ ਝੱਲਿਆ, ਸੂਰਿਆ ਨਾ ਛੱਡਿਆ ਮੈਦਾਨ ਮੱਲਿਆ, ਹਾਕਮ ਦੇ ਕਹਿਰ ਸਾਡਾ ਸੀਨਾ ਸਲਿਆ, ਕੁਫਰ ਦੀ ਪਾਰ ਤੇ ਅਮਾਨ ਜਿੱਤਿਆ, ਕਾਮਾਂ ਦੀ ਕਿਰਤੀ ਕਿਸਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ। ਸਿਰ ਕੋ ਨਾ ਹਾਰੇ ਮਾਈਆਂ ਤੇ ਜਵਾਨ ਗਈ, ਮਰਦਾਂ ਨੂੰ ਮੇਰਾ ਮੇਰਾ ਛੱਡਣਾ ਮੈਦਾਨ ਗਈ, ਜਾਨਾਂ ਉੱਤੇ ਖੇਡ ਪਾਇਆ ਯੋਗਦਾਨ ਬਈ, ਅਸੀਸਾਂ ਦਾ ਅਸਰ ਵਰਦਾਨ ਜਿੱਤਿਆ, ਕਾਮਾਂ ਤੇ ਕਿਰਤੀ ਕਿਸਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ। ਖੋਏ ਦੀਆਂ ਪਿੰਨੀਆਂ ਤੇ ਮੇਵੇ ਸੁੱਕੇ ਜੀ, ਲੰਗਰ ਵਿੱਚੋਂ ਕਦੇ ਵੀ ਨਾ ਮੁੱਕੇ ਸੀ, ਪੂਜਾ ਚੱਲਦੇ ਕਦੇ ਨਾ ਰੁਕੇ ਸੀ, ਗੁਰੂ ਗ੍ਰੰਥ ਗੀਤਾ ਤੇ ਕੁਰਾਨ ਜਿੱਤਿਆ, ਕਾਮਾਂ ਤੇ ਕਿਰਤੀ ਕਿਸਾਨ ਜਿੱਤਿਆ, ਅੰਨਦਾਤਾ ਦੇਸ਼ ਦਾ ਮਹਾਨ ਜਿੱਤਿਆ। ਯੋਗੀ ਸਾਹਿਬ ਤੇ ਜਿੱਤ ਗਿਆ ਸੱਚ ਅਤੇ ਝੂਠਾ, ਸੱਚ ਅਤੇ ਝੂਠ ਹਾਰਿਆ, ਫਤਿਹ ਨੇ ਕਿਸਾਨੀ ਦਾ ਭਵਿੱਖ ਤਾਰਿਆ, ਨੇਕੀ ਨੇ ਬਦੀ ਤੇ ਕੀਤੀ ਹਾਰ ਪਾਰਿਆ, ਨਛੱਤਰ ਭੋਗਲ ਕਿਰਤੀ ਦਾ ਮਾਣ ਜਿੱਤਿਆ, ਕਿਰਤੀ ਕਿਸਾਨ ਜਿੱਤਿਆ, ਬਹੁਤ ਵਧੀਆ, ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ, ਬਹੁਤ ਖੂਬ।
ਉਸ ਤੋਂ ਬਾਅਦ ਲਾਡੀ ਭੁੱਲਰ ਜੀ ਆਪਣੇ ਰਿਸ਼ਤਾ ਤਿਆਰ ਰੱਖਣ ਜੀਤ ਸਰਜੀਤ ਜੀ ਮੇਰੇ ਭਾਜੀ ਇਹ ਰਚਨਾ ਕਾਫੀ ਦੇਰ ਦਾ ਲੱਗੀ ਲਿਖੀ ਹੋਈ ਜਦੋਂ ਇੱਧਰ ਆਈ ਸਾਡਾ ਜੀ ਗੀਤ ਟਾਈਪ ਵਿੱਚ ਲਿਖੇ ਸੀ ਤੇ ਨਾਲ ਛੇਕਾ ਦੀ ਗਾਣੀ ਦੋਪੁੜਾ ਵਿੱਚ ਰੋਜ਼ ਹੈ ਪਿਸਦੀ ਦੋਪੁੜਾ ਵਿੱਚ ਰੋਜ਼ ਹੈ ਪਿਸਦੀ ਮੇਰੀ ਜਿੰਦ ਪਿਆਸੀ ਦੇਸ਼ ਮੇਰਾ ਪਰਦੇਸ ਮੇਰੇ ਮੇਰੀ ਪਰਵਾਸੀ ਜੋ ਚਾਹੇ ਕੋਈ ਸਮਝ ਲਏ ਅੱਧ ਭਰੀ ਗਲਾਸੀ ਦੇਸ਼ ਮੇਰਾ ਪਰਦੇਸ ਮੇਰੇ ਮੈਂ ਉਹਦੀ ਪਰਵਾਸੀ ਬਹੁਤ ਕੁਝ ਜੀ ਸਿਖਰ ਤੋਂ ਪੈਰ ਵੱਡੀਆਂ ਚੜੀਆਂ ਕਣਕ ਦੀਆਂ ਵੀ ਢੋਲੀਆਂ ਭਰੀਆਂ ਗਿਰਵੀ ਵੱਟ ਤੋਂ ਤੋੜੇ ਮੂੰਗਰੇ ਤੋੜੀ ਦੇ ਵਿੱਚ ਗੰਦਲਾ ਧਰੀ ਮੇਰੇ ਵੱਲ ਨਾ ਨਸਿਆ ਕਰ ਮੇਰੇ ਵਿੱਚ ਕੀ
ਔਗਣ ਨੇ ਇਹ ਦੱਸਿਆ ਕਰ ਮੇਰੇ ਵਿੱਚ ਕੀ ਔਗਣ ਨੇ ਇਹ ਦੱਸਿਆ ਕਰ ਸਾਨੂੰ ਤੇਰਾ ਜ਼ਹਿਰ ਨਹੀਂ ਕੁਝ ਕਰ ਸਕਦਾ ਸਾਨੂੰ ਤੇਰਾ ਜ਼ਹਿਰ ਨਹੀਂ ਕੁਝ ਕਰ ਸਕਦਾ ਮੁੜ ਮੁੜ ਕੇ ਨਾ ਆ ਕੇ ਸਾਨੂੰ ਦੱਸਿਆ ਕਰ ਮੁੜ ਮੁੜ ਕੇ ਨਾ ਆ ਕੇ ਸਾਨੂੰ ਦੱਸਿਆ ਕਰ ਹਰ ਵੇਲੇ ਕਰਮੇ ਵਿੱਚ ਰਹਿਣਾ ਠੀਕ ਨਹੀਂ ਹਰ ਵੇਲੇ ਗਰਮੀ ਵਿੱਚ ਰਹਿਣਾ ਠੀਕ ਨਹੀਂ ਕੋਸ਼ਿਸ਼ ਕਰ ਤੂੰ ਥੋੜਾ ਥੋੜਾ ਹੱਸਿਆ ਕਰ ਕੋਸ਼ਿਸ਼ ਕਰ ਤੂੰ ਥੋੜਾ ਥੋੜਾ ਹੱਸਿਆ ਕਰ ਹਰ ਵੇਲੇ ਸਾਗਰ ਤੇ ਵਰਦਾ ਰਹਿਣਾ ਏ ਹਰ ਵੇਲੇ ਸਾਗਰ ਤੇ ਵਰਦਾ ਰਹਿਣਾ ਏ ਬੱਦਲਾ ਤਪਦੀ ਧਰਤੀ ਤੇ ਵੀ ਵਸਿਆ ਕਰ ਬੱਦਲਾ ਤਪਦੀ ਧਰਤੀ ਤੇ ਵੀ ਵਸਿਆ ਕਰ ਲਾਡੀ ਮੇਰਾ ਸੱਚ ਵੀ ਸੁਣਦੀ ਹਿੰਮਤ ਕਰ ਲਾਡੀ ਮੇਰਾ ਸੱਚ ਵੀ ਸੁਣਦੀ ਹਿੰਮਤ ਕਰ ਸੁਣ ਕੇ ਚੋਰਾਂ ਵਾਂਗ ਨਾ ਤੂੰ ਨਸਿਆ ਕਰ ਸੁਣ ਕੇ ਚੋਰਾਂ ਵਾਂਗ ਨਾ ਤੂੰ ਨਸਿਆ ਕਰ ਸੁਣ ਕੇ ਚੋਰਾਂ ਵਾਂਗ ਨਾ ਤੂੰ ਨਸਿਆ ਕਰ ਆਪਣੀ ਰਚਨਾ ਨਾਲ ਸਾਂਝ ਪਾਉਣਗੇ ਕੁਲਵਿੰਦਰ ਕੰਵਲ ਜੀ ਤੇ ਉਸ ਤੋਂ ਬਾਅਦ ਆਪਣੇ ਰਥੜਾ ਸਾਹਿਬ ਸ਼ਾਇਦ ਚਲੇ ਗਏ ਨੇ ਨਾਨਕ ਹੇ ਸ਼ਾਇਰ ਨਾਨਕ ਹੇ ਨਾਨਕ ਮੈਂ ਦਰ ਤੇਰੇ ਤੋਂ ਕਵਿਤਾ ਦਾ ਵਰ ਮੰਗ ਰਹੀ ਹਾਂ ਵੈਰੀ ਗੁੱਡ ਹੇ ਨਾਨਕ ਮੈਂ ਦਰ ਤੇਰੇ ਤੋਂ ਕਵਿਤਾ ਦਾ ਵਰ ਮੰਗ ਰਹੀ ਹਾਂ ਕਵਿਤਾ ਜੋ ਬ੍ਰਹਿਮੰਡੀ ਹੋਵੇ ਕਵਿਤਾ ਜੋ ਅਣਵੰਡੀ ਹੋਵੇ ਕਵਿਤਾ ਜੋ ਬ੍ਰਹਿਮੰਡੀ ਹੋਵੇ ਕਵਿਤਾ ਜੋ ਅਣਵੰਡੀ ਹੋਵੇ ਸਤਿਗੁਰ ਦੀ ਜੋ ਬਾਤ ਸੁਣਾਵੇ ਸਤਿਗੁਰ ਦੀ ਜੋ ਚਰਨੀ ਲਾਵੇ ਗੁਰਬਾਣੀ ਦੀ ਬਾਤ ਜੋ ਪਾਵੇ ਸਤਿਗੁਰ ਦੇ ਜੋ ਚਰਨੀ ਲਾਵੇ ਕੁਦਰਤ ਦੇ ਕਣ ਕਣ ਵਿੱਚ ਵਸੇ ਕਾਦਰ ਦੇ ਹਰ ਰੰਗ ਵਿੱਚ ਹੱਸੇ ਕੁਦਰਤ ਦੇ ਕਣ ਕਣ ਵਿੱਚ ਵਸੇ ਕਾਦਰ ਦੇ ਹਰ ਰੰਗ ਵਿੱਚ ਹੱਸੇ ਮਨ ਉਸਦੇ ਰੰਗ ਰੰਗ ਰਹੀ ਹਾਂ ਹੇ ਨਾਨਕ ਮੈਂ ਦਰ ਤੇਰੇ ਤੋਂ ਕਵਿਤਾ ਦਾ ਵਰ ਮੰਗ ਰਹੀ ਹਾਂ ਮਿਹਰਬਾਨੀ ਇੱਕ ਗਜ਼ਲ ਦੇ ਨਾਲ ਹਾਜ਼ਰੀ ਲਗਵਾ ਰਹੀ ਹਾਂ ਉਦਾਸੇ ਮੌਸਮਾਂ ਵਿੱਚ ਜ਼ਿੰਦਗੀ ਦੇ ਗੀਤ ਗਾਉਣੇ ਨੇ ਉਦਾਸੇ ਮੌਸਮਾਂ ਵਿੱਚ ਜ਼ਿੰਦਗੀ ਦੇ ਗੀਤ ਗਾਉਣੇ ਨੇ ਚਲੋ ਉੱਠੋ ਕਿ ਆਪਾਂ ਖੰਡਰਾਂ ਤੋਂ ਘਰ ਬਣਾਉਣੇ ਨੇ ਮਿਹਰਬਾਨੀ ਸ਼ੁਕਰੀਆ ਤੇ ਉਦਾਸੇ ਮੌਸਮਾਂ ਵਿੱਚ ਜ਼ਿੰਦਗੀ ਦੇ ਗੀਤ ਗਾਉਣੇ ਨੇ ਚਲੋ ਉੱਠੋ ਕਿ ਆਪਾਂ ਖੰਡਰਾਂ ਤੋਂ ਘਰ ਬਣਾਉਣੇ ਨੇ ਅਸੀਂ ਹਰ ਹਾਲ ਉੱਡਣਾ ਹੈ ਉਹਨਾਂ ਦੀ ਕੈਦ ਵਿੱਚੋਂ ਹੁਣ ਅਸੀਂ ਹਰ ਹਾਲ ਉੱਡਣਾ ਹੈ ਉਹਨਾਂ ਦੀ ਕੈਦ ਵਿੱਚੋਂ ਹੁਣ ਰਿਹਾਈ ਨਾ ਮਿਲੀ ਤਾਂ ਪਿੰਜਰੇ ਨੂੰ ਖੰਭ ਲਾਉਣੇ ਨੇ ਮਿਹਰਬਾਨੀ ਸ਼ੁਕਰੀਆ ਮੈਂ ਆਪਣਾ ਰਾਹ ਤੇ ਮੰਜ਼ਿਲ ਆਪ ਮਰਜ਼ੀ ਨਾਲ ਮਿਥਣੇ ਨੇ ਮੈਂ ਆਪਣਾ ਰਾਹ ਤੇ ਮੰਜ਼ਿਲ ਆਪ ਮਰਜ਼ੀ ਨਾਲ ਮਿਥਣੇ ਨੇ ਸ਼ਨਾਖਤ ਵਾਸਤੇ ਖੁਦ ਮੀਲ ਪੱਥਰ ਵੀ ਲਗਾਉਣੇ ਨੇ ਕਿਆ ਬਾਤ ਹੈ
ਸ਼ੁਕਰੀਆ ਜੀ। ਮੈਂ ਬੰਧਨ ਤੋੜ ਕੇ ਸਾਰੇ ਹੀ ਰਸਮਾਂ ਤੇ ਰਿਵਾਜ਼ਾਂ ਦੇ ਗੁਲਾਮੀ ਦੇ ਜੋ ਸੂਚਕ ਨੇ ਉਹ ਮੂਲੋਂ ਹੀ ਮਿਟਾਉਣੇ ਨੇ। ਬਣਾ ਦੁਰਗਾ ਜ਼ਰੂਰਤ ਪੈਣ ਤੇ ਇੱਕ ਪੰਖੜੀ ਫੁੱਲ ਤੋਂ ਬੜੇ ਰਾਖਸ਼ ਹਰਾਉਣੇ ਨੇ। ਉਹਨਾਂ ਦੀ ਤੇ ਸਾਡੀ ਸੋਚ ਦੇ ਵਿੱਚ ਫਰਕ ਹੈ ਕਾਫੀ। ਉਹਨਾਂ ਪੱਥਰ ਬਣਾਉਣੇ ਨੇ, ਅਸਾਂ ਸ਼ੀਸ਼ੇ ਬਣਾਉਣੇ ਨੇ। ਉਹਨਾਂ ਸਾਨੂੰ ਹਮੇਸ਼ਾ ਰੱਖਿਆ ਪਰਦਾ ਨਸ਼ੀ ਕਰਕੇ ਉਹਨਾਂ ਪਰਦੇ ਗਿਰਾਉਣੇ ਨੇ, ਅਸਾਂ ਪਰਦੇ ਹਟਾਉਣੇ ਨੇ। ਬੜਾ ਇਤਰਾਜ਼ ਕਰਦੇ ਜੋ ਤੇਰੇ ਖਾਬਾਂ ਖਿਆਲਾਂ ਤੇ ਉਹਨਾਂ ਦੀ ਸੋਚ ਤੇ ਇੱਕ ਦਿਨ ਕਮਲ ਅੰਕੁਸ਼ ਲਗਾਉਣੇ ਨੇ। ਬਸਮਾਂ ਵਿੱਚ ਜ਼ਿੰਦਗੀ ਦੇ ਗੀਤ ਗਾਉਣੇ ਨੇ। ਚਲੋ ਉੱਠੋ ਕਿ ਆਪਾਂ ਖੰਡਰਾਂ ਤੋਂ ਘਰ ਬਣਾਉਣੇ ਨੇ। ਸ਼ੁਕਰੀਆ ਮਿਹਰਬਾਨੀ। ਸਭ ਤੋਂ ਪਹਿਲਾਂ ਮੈਂ ਗੀਤ ਰਿਕਾਰਡ ਕੀਤਾ ਸੀਗਾ ਕਿਸਾਨੀ ਸੰਘਰਸ਼ ਨੂੰ ਸਮਰਪਿਤ, ਤੇ ਉਹੀ ਗੀਤ ਮੈਂ ਸੁਣਾਉਣ ਲੱਗੀ ਹਾਂ ਜੀ। ਪੰਨੇ ਪਲਟ ਕੇ ਵੇਖ ਲਵੋ ਇਤਿਹਾਸ ਪੰਜਾਬੀਆਂ ਦਾ, ਪੰਨੇ ਪਲਟ ਕੇ ਵੇਖ ਲਵੋ ਇਤਿਹਾਸ ਪੰਜਾਬੀਆਂ ਦਾ, ਸਦਾ ਪਰਖਿਆ ਵੈਰੀ ਨੇ ਦਰਵਾਸ ਪੰਜਾਬੀਆਂ ਦਾ, ਸਦਾ ਪਰਖਿਆ ਹਾਕਮ ਨੇ ਦਰਵਾਸ ਪੰਜਾਬੀਆਂ ਦਾ, ਤੱਤੀਆਂ ਤਵੀਆਂ ਤੱਤੀਆਂ ਦੇ ਗਾਂ ਚਰਖੜੀਆਂ ਆਰੇ, ਤੱਤੀਆਂ ਤਵੀਆਂ ਤੱਤੀਆਂ ਦੇ ਗਾਂ ਚਰਖੜੀਆਂ ਆਰੇ, ਜੇਲਾਂ ਪਰਚੇ ਫਾਂਸੀਆਂ ਤੋਂ ਕਦੇ ਅਣਖੀ ਨਾ ਹਾਰੇ, ਚੜ੍ਹਦੀ ਕਲਾ ਵਿੱਚ ਰਹਿਣਾ ਗੁਣ ਹੈ ਖਾਸ ਪੰਜਾਬੀਆਂ ਦਾ, ਸਦਾ ਪਰਖਿਆ ਹਾਕਮ ਨੇ ਦਰਵਾਸ ਪੰਜਾਬੀਆਂ ਦਾ, ਸਦਾ ਪਰਖਿਆ ਜ਼ਾਲਮ ਨੇ ਦਰਵਾਸ ਪੰਜਾਬੀਆਂ ਦਾ, ਜਦ ਜਦ ਆਏ ਤਾੜਵੀ ਸਿੰਘ ਤਾਂ ਹਿੱਕ ਡਾਉਂਦੇ ਰਹੇ, ਜਦ ਜਦ ਆਏ ਤਾੜਵੀ ਸਿੰਘ ਤਾਂ ਹਿੱਕ ਡਾਉਂਦੇ ਰਹੇ, ਜ਼ਾਲਮ ਗਿਰਜਾ ਤੋਂ ਦੇਸ਼ ਦੀ ਆਨ ਬਚਾਉਂਦੇ ਰਹੇ, ਨੋਚ ਨੋਚ ਜੋ ਖਾਂਦੀਆਂ ਰਹੀਆਂ ਮਾਸ ਪੰਜਾਬੀਆਂ ਦਾ, ਸਦਾ ਪਰਖਿਆ ਹਾਕਮ ਨੇ ਦਰਵਾਸ ਪੰਜਾਬੀਆਂ ਦਾ, ਸਦਾ ਪਰਖਿਆ ਜ਼ਾਲਮ ਨੇ ਦਰਵਾਸ ਪੰਜਾਬੀਆਂ ਦਾ, ਦੇਸ਼ ਕੌਮ ਤੋਂ ਜਾਨਵਰ ਤੋਂ ਵੀ ਡਰਦੇ ਨਹੀਂ, ਦੇਸ਼ ਕੌਮ ਤੋਂ ਜਾਨਵਰ ਤੋਂ ਵੀ ਡਰਦੇ ਨਹੀਂ, ਪਹਿਲਾਂ ਦਾ ਕੱਦ ਵਾਰ ਜੇ ਕੋਈ ਕਰੇ ਤਾਂ ਜਲਦੇ ਨਹੀਂ, ਭਾਵੇਂ ਲੰਡਨ ਮੈਂ ਸੰਗਾ ਹੈ ਵਾਸ ਪੰਜਾਬੀਆਂ ਦਾ, ਸਦਾ ਪਰਖਿਆ ਜ਼ਾਲਮ ਨੇ ਦਰਵਾਸ ਪੰਜਾਬੀਆਂ ਦਾ, ਸਦਾ ਪਰਖਿਆ ਜ਼ਾਬਰ ਨੇ ਦਰਵਾਸ ਪੰਜਾਬੀਆਂ ਦਾ। ਬਹੁਤ ਅੱਛੇ, ਬਹੁਤ ਵਧੀਆ ਪੇਸ਼ ਕੀਤਾ। ਸਿੰਘ ਜੀ ਰਤੜਾ ਤੇ ਉਸ ਤੋਂ ਬਾਅਦ ਡਾਕਟਰ ਰਿਸ਼ਪਾਲ ਸਿੰਘ ਜੀ ਉੱਪਲ ਆਪਣੇ ਨਾਲ ਜੁੜ ਚੁੱਕੇ ਨੇ, ਉਹ ਆਪਣਾ ਗੀਤ ਤਿਆਰ ਰੱਖਣ।
ਕੇਵਲ ਸਿੰਘ ਜੀ ਰਚਦਾ ਆਪਣਾ ਮੈਚ ਆਨ ਕਰ ਲਓ ਪਲੀਜ਼। ਹੈਲੋ ਹਾਂਜੀ ਹਾਂਜੀ ਬਿੰਦਰ ਮੇਰਾ ਵਾਈਫਾਈ ਅੱਜ ਬਹੁਤ ਤੰਗ ਕਰ ਰਿਹਾ ਮੈਂ ਵਟਸਐਪ ਤੇ ਆ ਜਾਵਾ ਕੋਈ ਨੀ ਹਰਜਿੰਦਰ ਜੀ ਨੂੰ ਕਹੋ ਕੈਮਰਾ ਬੰਦ ਕਰ ਲਿਓ ਫਿਰ ਜੇ ਜ਼ਿਆਦਾ ਤੰਗ ਕਰੂਗਾ ਨਾ ਫਿਰ ਕੱਲੀ ਆਡੀਓ ਆ ਜਾਊਗੀ ਕੈਮਰਾ ਬੰਦ ਕਰ ਲਓ ਤੁਹਾਡੀ ਆਵਾਜ਼ ਆ ਜਾਣੀ ਆ ਆਵਾਜ਼ ਹੀ ਸਾਨੂੰ ਤਾਂ ਚਾਹੀਦੀ ਹੈ ਨਾ ਹਾਂਜੀ ਦੱਸੋ ਰਾਜ ਜੀ ਦੂਸਰਾ ਹੈਗਾ ਜਿਹਦੇ ਵਟਸਐਪ ਆਉਂਦੀ ਹੈ ਇਹ ਪਰਸਨਲ ਵਟਸਐਪ ਤੇ ਹੈ ਬ੍ਰੌਡਕਾਸਟਿੰਗ ਲਈ ਨਹੀਂ ਹੈ ਇਹ ਬ੍ਰੌਡਕਾਸਟਿੰਗ ਨਾਲ ਕਨੈਕਟਡ ਨਹੀਂ ਹੈ ਤੁਸੀਂ ਤੁਹਾਡੀ ਆਵਾਜ਼ ਤਾਂ ਆ ਰਹੀ ਸੀ ਤੁਸੀਂ ਵੀਡੀਓ ਬੰਦ ਕਰ ਲਓ ਆਡੀਓ ਇਕੱਲੀ ਤੁਹਾਡੀ ਆ ਜਾਣੀ ਹੈ ਵੀਡੀਓ ਬੰਦ ਕਰ ਲਓ ਨਾ ਕੈਮਰਾ ਬੰਦ ਕਰ ਲਓ ਫਿਰ ਬੈਂਡਵਿਡਥ ਘੱਟ ਪੈਂਦੀ ਹੈ ਉਹਦੇ 'ਤੇ ਵਜ਼ਨ ਘੱਟ ਪੈਂਦਾ ਫਿਰ ਆ ਜਾਂਦੀ ਹੈ ਹਾਂਜੀ ਹਾਂ ਦੁਬਾਰਾ ਆ ਜਾਇਓ ਤੁਸੀਂ ਵੀਡੀਓ ਬੰਦ ਕਰ ਲਿਓ ਇਕੱਲੀ ਆਡੀਓ ਰੱਖਿਓ ਹਾਂਜੀ ਓਕੇ ਉਹ ਦੁਬਾਰਾ ਆ ਜਾਣਗੇ ਹਾਂਜੀ ਉੱਪਰ ਸਾਹਿਬ ਨੂੰ ਦਿਓ ਜੀ ਟਾਈਮ ਤੁਸੀਂ ਨਾਲੇ ਤੁਸੀਂ ਵਧੀਆ ਵਧੀਆ ਸ਼ੇਰ ਵੀ ਲਿਖਦੇ ਆ ਨਾ ਉਹ ਪੈਰ ਜੁੱਤੀ ਨੇ ਪਾਵਾਂ ਮੈਂ ਪੜਿਆ ਮੈਂ ਕਿਹਾ ਤੁਸੀਂ ਤੁਸੀਂ ਇੱਕ ਗੱਲ ਚ ਪੂਰੀ ਗੱਲ ਦੱਸ ਦਿੰਦੇ ਹੋ ਸਾਰੀ ਫਿਰ ਗਾਗਰ ਸਾਗਰ ਤੁਹਾਡੇ ਮੂੰਹੋਂ ਜਿਹੜੀ ਗੱਲ ਹੋਣੀ ਉਹ ਬਿਲਕੁਲ ਮੌਲਿਕ ਹੋਣੀ ਹੈ ਮੌਲਿਕ ਕਿਸਾਨੀ ਦੇ ਨਾਲ ਸੰਬੰਧਿਤ ਹੈ ਅਸੀਂ ਸਾਰੇ ਵਧਾਈ ਦੇ ਪਾਤਰ ਹੈ ਬਿਲਕੁਲ ਸਾਲ ਬਾਅਦ ਜਿਹੜਾ ਅਸੀਂ ਉਸ ਜੰਗ ਨੂੰ ਜਿੱਤ ਕੇ ਜਿਹੜੇ ਘਰ ਨੂੰ ਮਾਰਚ ਕਰਦੇ ਨੇ ਤਾਰਾ ਸਾਡੇ ਭਗਤ ਸਰਾਪਿਆਂ ਦੀ ਇਤਿਹਾਸ ਸਿਰਜਣ ਕੀਤੀ ਨਿਹਤ ਬਾਬਿਆਂ ਦੀ ਲੱਖ ਵਾਰੀ ਸਿੱਧਾ ਮੇਰਾ ਵੀ ਉਹਨਾਂ ਸਿਰੜੀ ਮਾਵਾਂ ਨੂੰ
ਹੱਸ ਹੱਸ ਕੇ ਸਿਰ ਤੇ ਦਰਿਆ ਵਿੱਚ ਨਾ ਧੁੱਪਾਂ ਨੂੰ ਛਾਵਾਂ ਨੂੰ ਹੱਸ ਹੱਸ ਕੇ ਸਿਰ ਤੇ ਦਰਿਆ ਨਾ ਧੁੱਪਾਂ ਛਾਵਾਂ ਨੂੰ ਨਹੀਂ ਪਰਵਾਹ ਕੋਈ ਕੀਤੀ ਜੀ ਨਹੀਂ ਪਰਵਾਹ ਕੋਈ ਕੀਤੀ ਵੈਰੀ ਦੇ ਫੂਕੇ ਦਾ ਪਿਆ ਦੀ ਇਤਿਹਾਸ ਸਿਰਜਗੀ ਲੋਕ ਵੇਖੀ ਤੀ ਨਿਮਿਤ ਬਾਬਿਆਂ ਦੀ ਇਤਿਹਾਸ ਸਿਰਜਗੀ ਲੋਕ ਵੇਖੀ ਤੀ ਨਿਮਿਤ ਬਾਬਿਆਂ ਦੀ ਜੈ ਜੈਕਾਰ ਕਿਰਤ ਦੀ ਹੋਈ ਵਲੱਗੇ ਪਿੱਟ ਹੰਕਾਰਿਆਂ ਦੀ ਜੈ ਜੈਕਾਰ ਕਿਰਤ ਦੀ ਹੋਈ ਵਲੱਗੇ ਪਿੱਟ ਹੰਕਾਰਿਆਂ ਦੀ ਵੈਰ ਚੜੀ ਨੀ ਸਾਨੂੰ ਵੈਰੀ ਦੇ ਮਾਰੇ ਫੁੰਕਾਰਿਆਂ ਦੀ ਮਿਹਨਤ ਰੰਗ ਲਿਆ ਗੀ ਬਲੋਕੋ ਮਿਹਨਤ ਬਾਬਿਆਂ ਦੀ ਇਤਿਹਾਸ ਸਿਰਜਗੀ ਲੋਕੋ ਨੇ ਕੀਤੀ ਮਿਹਨਤ ਬਾਬਿਆਂ ਦੀ ਰਾਤਾਂ ਜਾ ਕੇ ਕਰੀ ਕਮਾਈ ਨਾ ਕੋਈ ਫੋਕੇ ਲੈ ਜਾਵੇ ਰਾਤਾਂ ਜਾ ਕੇ ਕਰੀ ਕਮਾਈ ਨਾ ਕੋਈ ਫੋਕੇ ਲੈ ਜਾਵੇ ਪਹਿਨਾ ਜਾਵੇ ਪਾਸ ਪਹਿਨਾ ਜਾਵੇ ਪਾਸ ਖੇਡ ਨਾ ਬਣ ਜੇ ਹਾਸਿਆਂ ਦੀ ਇਤਿਹਾਸ ਸਿਰਜਗੀ ਲੋਕ ਕੀਤੀ ਮਿਹਨਤ ਬਾਬਿਆਂ ਦੀ ਇਤਿਹਾਸ ਸਿਰਜਗੀ ਲੋਕ ਕੀਤੀ ਮਿਹਨਤ ਬਾਬਿਆਂ ਦੀ ਧੌਣ ਚ ਫਸਿਆ ਕਿੱਲਾ ਬੈਰੀ ਦੇ ਕੱਢਣਾ ਆਉਂਦਾ ਏ ਧੌਣ ਚ ਫਸਿਆ ਕਿੱਲਾ ਬੈਰੀ ਦੇ ਕੱਢਣਾ ਆਉਂਦਾ ਏ ਕਲਾ ਵਰਤ ਦੀ ਉਹਦੀ ਉਹ ਸਭ ਕੁਝ ਆਪ ਕਰਾਉਂਦਾ ਏ ਹਾਂ ਕਲਾ ਵਰਤ ਦੀ ਉਹਦੀ ਉਹ ਸਭ ਕੁਝ ਆਪ ਕਰਾਉਂਦਾ ਏ ਲਾਜ ਰੱਖੀਏ ਸਾਡੀ ਲਾਜ ਰੱਖੀਏ ਸਾਡੀ ਬੈਠੇ ਆਪਣੀ ਢਾਬਿਆਂ ਦੀ ਇਤਿਹਾਸ ਸਿਰਜਗੀ ਲੋਕ ਕੀਤੀ ਮਿਹਨਤ ਬਾਬਿਆਂ ਦੀ ਇਤਿਹਾਸ ਸਿਰਜਗੀ ਲੋਕ ਕੀਤੀ ਮਿਹਨਤ ਬਾਬਿਆਂ ਦੀ ਇਤਿਹਾਸ ਸਿਰਜਗੀ ਲੋਕ ਕੀਤੀ ਮਿਹਨਤ ਬਾਬਿਆਂ ਦੀ ਬਿੰਦਰ ਜੀ ਚਲੇ ਕੱਟ ਨੀ ਗਿਆ ਓਕੇ ਫੇਸਬੁੱਕ ਖੋਲੀ ਹੋਈ ਆ ਉਹਦੇ ਥਾਂ ਜਾਂ ਤਾਂ ਫਿਰ ਬਿੰਦਰ ਜੀ ਉਸ ਨੰਬਰ ਨੂੰ ਕੋਈ ਯੂਜ਼ ਨਹੀਂ ਸੀ ਕਰਦਾ ਮੈਂ ਡਿਸਕਨੈਕਟ ਕਰ ਦਿੱਤਾ ਉਹਦੇ ਤੇ ਫੇਸਬੁੱਕ ਖੋਲੀ ਹੋਈ ਆ ਉਹ ਜੇ ਉਹ ਵਟਸਐਪ ਤੇ ਆਉਣਾ ਚਾਹੁੰਦੇ ਆ ਤਾਂ ਫਿਰ ਮੈਨੂੰ ਦੱਸ ਦਿਆ ਕਰੋ ਮੈਂ ਦੁਬਾਰਾ ਅੱਗੇ ਮੈਂ ਬੇਸ਼ੱਕ ਕਈ ਮਹੀਨੇ ਉਹ ਨੰਬਰ ਆਨ ਰੱਖਦਾ ਰਿਹਾ ਕਿਸੇ ਇੱਕ ਵੀ ਬੰਦੇ ਨੇ ਕਾਲ ਨਹੀਂ ਕੀਤੀ ਕਿਉਂਕਿ ਸਾਰੇ ਗਰੁੱਪ ਦੇ ਵਿੱਚ ਹੀ ਬਹਿਣਾ ਚਾਹੁੰਦੇ ਆ ਕੇ ਚਾਹੇ ਚੰਗੇ ਤਰੀਕੇ ਨਾਲ ਚੱਲੇ ਚਾਹੇ ਨਾ ਚੱਲੇ ਹਾਲਾਂਕਿ ਉੱਥੇ ਇੱਕ ਬੰਦੇ ਨੂੰ ਇਕੱਲੇ ਇੱਕ ਬੰਦੇ ਨੂੰ ਪੂਰਾ ਲੈਪਟਾਪ ਮੈਂ ਸਮਰਪਣ ਕੀਤਾ ਹੁੰਦਾ ਫਿਰ ਤੁਸੀਂ ਉੱਥੇ ਕਾਲ ਕਰੋ ਤੁਸੀਂ ਹੌਲੀ ਸੌਲੀ ਤੁਸੀਂ ਹੋਰ ਕਰਦੇ ਆ ਉਸ ਪਲੇਟਫਾਰਮ ਨੂੰ ਲੇਕਿਨ ਇੱਕ ਵੀ ਕਾਲ ਨਹੀਂ ਉਹਦੇ 'ਤੇ ਆਈ ਹਾਂਜੀ ਹੁਣ ਮੈਂ ਉਹ ਡਿਸਕਨੈਕਟ ਕਰ ਦਿੱਤਾ ਅਤੇ ਹੁਣ ਤੁਸੀਂ ਵਰਤਣਾ ਚਾਹੁੰਦੇ ਆ ਅਗਲੀ ਵਾਰੀ ਮੈਂ ਕਨੈਕਟ ਕਰ ਦੂੰਗਾ ਉਹਨੂੰ ਹਾਂਜੀ ਨੰਬਰ ਤਾਂ ਹੈਗਾ ਆਪਣੇ ਕੋਲ ਮੈਂ ਡਿਸਕਨੈਕਟ ਕਰਕੇ ਉਹਦੇ 'ਤੇ ਮੈਂ ਫੇਸਬੁੱਕ ਖੋਲ੍ਹੀ ਹੋਈ ਆ ਫੇਸਬੁੱਕ 'ਤੇ ਉਹ ਟਰਾਈ ਕਰ ਗੁਰਪ੍ਰੀਤ ਸਿੰਘ ਮਲੇਸ਼ੀਆ ਨੂੰ ਅਤੇ ਉਸ ਤੋਂ ਬਾਅਦ ਮਹਿੰਦਰ ਸਿੰਘ ਨੂਰਪੁਰੀ ਜੀ ਆਪਣੀ ਰਚਨਾ ਤਿਆਰ ਰੱਖਣ ਗੁਰਪ੍ਰੀਤ ਮਲੇਸ਼ੀਆ ਤੋਂ ਜਦ ਵੀ ਵੇਖੋ ਖਜ਼ਾਨਾ ਤੁਹਾਡਾ ਖਾਲੀ ਹੈ
ਜਗਮੀ ਵਿਖੋ ਹੈਲੋ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂ ਆ ਰਹੀ ਹੈ ਜੀ ਜੀ ਆ ਰਹੀ ਆਵਾਜ਼ ਜਗਮੀ ਵਿਖੋ ਖਜ਼ਾਨਾ ਤੁਹਾਡਾ ਖਾਲੀ ਹੈ ਕਿਉਂਕਿ ਚੋਰੀ ਇਸਦਾ ਮਾਲੀ ਹੈ ਕਿਉਂਕਿ ਚੋਰੀ ਇਸਦਾ ਮਾਲੀ ਹੈ ਮੋਟਰ ਗੱਡੀਆਂ ਜਦ ਜਹਾਜ਼ਾਂ ਵਿੱਚ ਘੁੰਮਦੇ ਹੋ ਮੋਟਰ ਗੱਡੀਆਂ ਜਦ ਜਹਾਜ਼ਾਂ ਵਿੱਚ ਘੁੰਮਦੇ ਹੋ ਵੇਖਣ ਵਾਲੀ ਹੁੰਦੀ ਤੁਹਾਡੇ ਚਿਹਰੇ ਦੀ ਲਾਲੀ ਹੈ ਵੇਖਣ ਵਾਲੀ ਹੁੰਦੀ ਤੁਹਾਡੇ ਚਿਹਰੇ ਦੀ ਲਾਲੀ ਹੈ ਜਦ ਵੀ ਬੁਰਾ ਵਕਤ ਆਇਆ ਸਾਡੇ ਤੇ ਜਦ ਵੀ ਬੁਰਾ ਵਕਤ ਆਇਆ ਸਾਡੇ ਤੇ ਤਦ ਹੀ ਤੁਸਾਂ ਦੋਵੇਂ ਹੱਥ ਵਿਖਾਏ ਖਾਲੀ ਤਦ ਹੀ ਤੁਸਾਂ ਦੋਵੇਂ ਹੱਥ ਵਿਖਾਏ ਖਾਲੀ ਭੁੱਖੇ ਮਰਦੇ ਲੋਕਾਂ ਲਈ ਭੁੱਖੇ ਮਰਦੇ ਲੋਕਾਂ ਲਈ ਤੁਸੀਂ ਵੀ ਦੋ ਹਮੇਸ਼ਾ ਨਵੀਂ ਹੀ ਚਾਲ ਚਾਲੀ ਹੈ ਭੁੱਖੇ ਮਰਦੇ ਲੋਕਾਂ ਲਈ ਤੁਸੀਂ ਵੀ ਦੋ ਹਮੇਸ਼ਾ ਨਵੀਂ ਹੀ ਚਾਲ ਚਾਲੀ ਹੈ ਲਾਸਟ ਦੋ ਗੱਲਾਂ ਪੇਸ਼ ਕਰਾਂਗੇ ਹੁਣ ਤੁਸਾਂ ਤੇ ਕੀ ਕਰਨੀ ਸਾਡੀ ਹੁਣ ਤੁਸਾਂ ਤੇ ਕੀ ਕਰਨੀ ਸਾਡੀ ਪ੍ਰੀਤ ਰੱਬ ਹੀ ਕਰੇ ਤੇ ਕਰੇ ਰਖਵਾਲੀ ਏ ਪ੍ਰੀਤ ਰੱਬ ਹੀ ਕਰੇ ਤੇ ਕਰੇ ਰਖਵਾਲੀ ਏ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਰੱਬ ਹੀ ਕਰੇ ਤਾਂ ਰਖਵਾਲੀ ਏ ਲੱਖਾਂ ਨੇ ਕੀਤਾ ਹੀ ਰਖਵਾਲੀ ਹੋ ਸਕਦੀ ਏ ਤੇ ਆਪਾਂ ਸੱਦਾ ਗੁਰੂ ਕਹਿ ਰਹੇ ਆਪਣਾ ਮਹਿੰਦਰ ਸਿੰਘ ਨੂਰਪੁਰੀ ਜੀ ਕਪੂਰਥਲਾ ਤੋਂ ਤੇ ਉਸ ਤੋਂ ਬਾਅਦ ਸੱਦਾ ਦੇਵਾਂਗੇ ਆਪਾਂ ਜੈਸਮੀ ਮਾਹੀ ਜੀ ਗੁਰਦਾਸਪੁਰ ਤੋਂ ਜੋ ਤੇ ਆਪਣੇ ਨਾਲ ਜੁੜੇ ਨੇ ਪਰਮਜੀਤ ਢਿੰਡੋ ਜੀ ਜੀਆਂ ਨੂੰ ਮਹਿੰਦਰ ਸਿੰਘ ਨੂਰਪੁਰੀ ਜੀ ਆਪਣਾ ਮਾਇਕ ਆਨ ਕਰ ਲਓ ਪਲੀਜ਼ ਹਾਂਜੀ ਸਰ ਮਿਹਰਬਾਨੀ ਸਰ ਮੈਂ ਇੱਕ ਕਵਿਤਾ ਲਿਖੀ ਹੈ ਹਰਾਸ਼ ਚ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਪਤਾ ਇੱਕ ਐਸਾ ਹੈ ਤੱਕ ਲੰਗਹਾਨ ਹੈ ਇੱਕ ਐਸਾ ਰੁਝਾਨ ਹੈ ਵਕਤ ਲਵੇ ਲਹਾਨ ਹੈ ਬਾਹਰ ਪਰਿੰਦੇ ਨੱਚ ਰਹੇ ਬਾਹਰ ਪਰਿੰਦੇ ਨੱਚ ਰਹੇ ਅੰਦਰ ਬੰਦ ਇਨਸਾਨ ਹੈ ਅੰਦਰ ਬੰਦ ਇਨਸਾਨ ਹੈ ਲਾਸ਼ਾਂ ਦੇ ਅੰਬਾਰ ਦੱਸਣ ਲਾਸ਼ਾਂ ਦੇ ਅੰਬਾਰ ਦੱਸਣ ਲੱਭਿਆ ਨਾ ਮਰੀ ਮਸਾਨ ਹੈ ਸੜਕਾਂ ਹੋਈਆਂ ਖਾਲੀ ਖਾਲੀ ਸੜਕਾਂ ਹੋਈਆਂ ਖਾਲੀ ਖਾਲੀ ਸੁਨ ਮਸੁਨ ਅਸਮਾਨ ਹੈ ਹੁੰਦੇ ਕਤਲ ਸਵਾਰਥ ਵਿੱਚ ਹੁੰਦੇ ਕਤਲ ਸਵਾਰਥ ਵਿੱਚ ਦੋਸ਼ ਲਈ ਪ੍ਰਵਾਨ ਹੈ ਹੁੰਦੇ ਕਤਲ ਸਵਾਰਥ ਵਿੱਚ ਦੋਸ਼ ਲਈ ਭਗਵਾਨ ਹੈ ਕੁਦਰਤ ਨਾਲ ਕੁਤਾਹੀ ਦਾ ਕੁਦਰਤ ਨਾਲ ਕੁਤਾਹੀ ਦਾ ਪਰਚਾ ਨਹੀਂ ਆਸਾਨ ਹੈ ਨਫ਼ਰਤ ਵਾਲੇ ਭਾਂਬੜ ਵਿੱਚ ਨਫ਼ਰਤ ਵਾਲੇ ਭਾਂਬੜ ਵਿੱਚ ਹਿੰਦੂ ਜਾਂ ਮੁਸਲਮਾਨ ਹੈ ਅਮਾਨਤ ਵਿੱਚ ਖਿਆਨਤ ਤੇ ਅਮਾਨਤ ਵਿੱਚ ਖਿਆਨਤ ਤੇ ਕੁਦਰਤ ਵੀ ਹੈਰਾਨ ਹੈ ਨਫ਼ਰਤ ਵਿੱਚ ਪਛਾਣਨ ਕਿੱਦਾਂ ਨਫ਼ਰਤ ਵਿੱਚ ਪਛਾਣਨ ਕਿੱਦਾਂ ਅੱਲਾ ਹੀ ਭਗਵਾਨ ਹੈ ਨੂਰਪੁਰੀ ਸਾਰੇ ਦੁਰਬਲ ਨੇ ਮਰਦਾ ਜੀ ਨੂਰਪੁਰੀ ਸਾਰੇ ਦੁਰਬਲ ਨੇ ਕੋਈ ਇੱਕ ਬਲਵਾਨ ਹੈ ਇੱਕ ਐਸਾ ਰੁਝਾਨ ਹੈ ਵਕਤ ਲਹੂ ਲਹਾਨ ਹੈ ਵਕਤ ਲਹੂ ਲਹਾਨ ਹੈ ਧੰਨਵਾਦ ਬਹੁਤ ਜ਼ਿਆਦਾ ਬਹੁਤ ਖੂਬ ਜੈਸਮੀਨ ਮਾਹਿਰ ਜੀ ਗੁਰਦਾਸਪੁਰ ਤੋਂ ਤੇ ਉਸ ਤੋਂ ਬਾਅਦ ਮਲਕੀਤ ਸੋਲ ਜੀ ਆਪਣੇ ਰਚਨਾ ਤਿਆਰ ਰੱਖਣ ਜਸਮੀਨ ਮਾਹਿਰ ਜੀ ਮੇਰੀ ਦੂਸਰੀ ਰਚਨਾ ਹੈ ਔਰਤ ਔਰਤ ਹਾਂ ਔਰਤ ਦੀ ਕਹਾਣੀ ਹਾਂ ਔਰਤ ਹਾਂ ਔਰਤ ਦੀ ਕਹਾਣੀ ਹਾਂ ਇੱਜ਼ਤ ਹਾਂ ਇੱਜ਼ਤ ਦੀ ਨਿਗਾਹਬਾਨੀ ਹਾਂ ਔਰਤ ਦੀ ਕਦਰ ਵੇਖਣ ਨੂੰ ਜੀ ਕਰਦਾ
ਮਨ ਤੇ ਦਿਲ ਤੋਂ ਸਦਾ ਇਹੋ ਹੀ ਚਾਹੀ ਹਾਂ ਜੇਕਰ ਵੇਖਾਂ ਇਹਦੀ ਮੈਂ ਬਦਚਲਨੀ ਨੂੰ ਆਪਣੇ ਅੰਦਰ ਆਪ ਪਈ ਸ਼ਰਮਾਨੀ ਸਿਤਮ ਦੇ ਅੰਦਰ ਕਿਵੀ ਕਿਸੇ ਨੂੰ ਜੇ ਵੇਖਾਂ ਦਰਦ ਉਸਦਾ ਬਣ ਹਾਨਨ ਬਣਦਾ ਨਹੀਂ ਹਾਂ ਵੇਖ ਕੇ ਇਹਦੀ ਅਸਮਾਨੀ ਬੁਲੰਦੀ ਨੂੰ ਹਰ ਦਮ ਇਹਦੇ ਬਾਰੇ ਬਾਰੇ ਜਾਨੀ ਸਿਦਕ ਇਸਦਾ ਹੋਵੇ ਮਰਦਾ ਤੋਂ ਵੱਡਾ ਸਿਦਕ ਇਸਦਾ ਹੋਵੇ ਮਰਦਾ ਤੋਂ ਵੱਡਾ ਸ਼ਾਨ ਮੈਂ ਇਹਦੀ ਇਹੋ ਵੇਖਣੀ ਚਾਹੀ ਹਾਂ ਵਿਸ਼ਵਾਸ ਘਾਤੀ ਤੇ ਸ਼ੱਕੀ ਜਿਹੇ ਸ਼ਖਸਾਂ ਨੂੰ ਮੈਂ ਤਾਂ ਮੂਲੋਂ ਵੇਖ ਕੇ ਨਹੀਂ ਸਿਖਾਨੀ ਹਾਂ ਇੱਜ਼ਤ ਇਲਮ ਮਿਹਨਤ ਅਤੇ ਸ਼ੋਹਰਤ ਦਾ ਇੱਜ਼ਤ ਇਲਮ ਮਿਹਨਤ ਅਤੇ ਸ਼ੋਹਰਤ ਦਾ ਸੱਚਾ ਸੁੱਚਾ ਗਹਿਣਾ ਤਨ ਸਜਾਨੀ ਹਾਂ ਨਾ ਕੋਈ ਆਪਣਾ ਨਾ ਹੀ ਕੋਈ ਬੇਗਾਨਾ ਹੈ ਨਾ ਕੋਈ ਆਪਣਾ ਨਾ ਹੀ ਕੋਈ ਬੇਗਾਨਾ ਹੈ ਸਮਝ ਆਪਣਾ ਸਭ ਨੂੰ ਗੱਲ ਨਾਲ ਲਾਨੀ ਹਾਂ ਪਿਆਰ ਦਾ ਸਭ ਨੂੰ ਤਬਰ ਮੈਂ ਹਾਂ ਮੈਂ ਤਾਂ ਵੰਡਦੀ ਹਾਂ ਪਿਆਰ ਦਾ ਸਭ ਨੂੰ ਤਬਰ ਮੈਂ ਤਾਂ ਵੰਡਦੀ ਹਾਂ ਇਸ ਗੱਲੋਂ ਮੈਂ ਫਰਕ ਨਾ ਕੋਈ ਪਾਨੀ ਹਾਂ ਮੈਂ ਤਾਂ ਜੰਮੀ ਹੋਈ ਹਾਂ ਕਾਇਨਾਤ ਦੀ ਇਸੇ ਲਈ ਹੀ ਤਰਤ ਪਈ ਸਜਾਨੀ ਹਾਂ ਔਰਤ ਹਾਂ ਔਰਤ ਦੀ ਕਹਾਣੀ ਬਹੁਤ ਬਿੰਦਰ ਜੀ ਮੈਨੂੰ ਇੱਕ ਅਨਾਊਂਸਮੈਂਟ ਕਰ ਲੈਂਦੇ ਹੋ ਲਾਈਵ ਕਿਉਂਕਿ ਰਤਨ ਸਾਹਿਬ ਨਾਲ ਕੰਟੈਕਟ ਨਹੀਂ ਹੋ ਰਿਹਾ ਰਤਨ ਸਾਹਿਬ ਮੈਨੂੰ ਪਤਾ ਤੁਸੀਂ ਲਾਈਵ ਸੁਣ ਰਹੇ ਹਾਂ ਇਸ ਕਰਕੇ ਤੁਹਾਡੇ ਨਾਲ ਕੰਟੈਕਟ ਨਹੀਂ ਕਿਉਂਕਿ ਤੁਹਾਡੀ ਲਾਈਨ ਬਿਜ਼ੀ ਆ ਮੈਂ ਤੁਹਾਨੂੰ ਡਾਇਲ ਕਰ ਰਿਹਾ ਫੇਸਬੁੱਕ ਤੋਂ ਤੁਸੀਂ ਫੇਸਬੁੱਕ ਤੋਂ ਕਾਲ ਲੈ ਲਓ ਫਿਰ ਤੁਸੀਂ ਲਾਈਵ ਆ ਜਾਓਗੇ ਉਹ ਮੇਰੀ ਇਸ ਵਟਸਐਪ 'ਤੇ ਕਰ ਦੇ ਵਟਸਐਪ ਜਿਹੜੀ ਆ ਮੈਂ ਕਨੈਕਟ ਨਹੀਂ ਕੀਤੀ ਹੋਈ ਬ੍ਰੋਡਕਾਸਟਿੰਗ ਵਾਸਤੇ ਉਹ ਨੰਬਰ ਦੂਸਰਾ ਵਟਸਐਪ ਦਾ ਆਇਆ ਉਹ ਹਰ ਵਾਰੀ ਆਹੀ ਕੰਮ ਹੁੰਦਾ ਉਹ ਪੱਕਾ ਹੀ ਕਨੈਕਟ ਕੀਤਾ ਹੋਇਆ ਉਹ ਡਿਸਕਨੈਕਟ ਕਰਤਾ ਸੀ ਉਹ ਮੈਂ ਉਹਦੇ ਸਾਹਿਬ ਫੇਸਬੁੱਕ ਖੋਲ੍ਹੀ ਹੋਈ ਆ ਕਿਉਂਕਿ ਉਹਨੂੰ ਲੋਕ ਯੂਜ਼ ਨਹੀਂ ਸੀ ਕਰਦੇ ਰਤਨ ਸਾਹਿਬ ਮੈਂ ਤੁਹਾਨੂੰ ਡਾਇਲ ਕਰ ਰਿਹਾ ਮੈਸੇਂਜਰ ਤੋਂ ਫੇਸਬੁੱਕ ਤੋਂ ਉੱਥੋਂ ਫੋਨ ਚੱਕ ਲਓ ਮੈਨੂੰ ਪਤਾ ਤੁਸੀਂ ਲਾਈਵ ਸੁਣ ਰਹੇ ਹਾਂ ਇਸ ਕਰਕੇ ਤੁਹਾਡੇ ਨਾਲ ਕਨੈਕਸ਼ਨ ਨਹੀਂ ਬਣ ਰਿਹਾ ਉਹ ਲਾਈਨ ਫਿਰ ਬਿਜ਼ੀ ਹੋ ਜਾਂਦੀ ਨਾ ਉਹਦੇ 'ਤੇ ਸੁਣ ਰਹੇ ਹੋ ਲਾਈਵ ਉਹ ਫਿਰ ਤੁਹਾਡੀ ਕਾਲ ਨਹੀਂ ਥਰੂ ਹੁੰਦੀ ਜਾਂ ਤੁਸੀਂ ਮੈਨੂੰ ਡਾਇਲ ਕਰ ਲਓ ਫੇਸਬੁੱਕ ਤੋਂ ਮੈਸੇਂਜਰ ਤੋਂ ਹਾਂ ਜਵਿੰਦਰ ਜੀ ਸ਼ੁਰੂ ਰੱਖੋ ਆਪਾਂ ਸਿੱਧਾ ਬੋਲਿਆ ਨੂੰ ਨਕੀਤ ਸੋਹਲ ਜੀ ਹੋਣਾ ਨੂੰ ਤੇ ਆਪਣੇ ਨਾਲ ਪਰਮਜੀਤ ਢਿੱਲੋਂ ਜੀ ਜੁੜੇ ਨੇ ਮੈਂ ਗੁਜ਼ਾਰਿਸ਼ ਕਰੂੰਗਾ ਪਰਮਜੀਤ ਢਿੱਲੋਂ ਜੀ ਹੋਣਾ ਨੂੰ ਤੇ ਆਪਾਂ ਕੈਮਰਾ ਆਨ ਕਰ ਲੈਣ ਤਾਂ ਆਪਣੇ ਰੱਖਣਾ ਪਰਮਜੀਤ ਸੋਹਲ ਜੀ ਤੁਹਾਡੇ ਨੂੰ ਆਵਾਜ਼ ਆ ਰਹੀ ਜੀ ਕਿਉਂ ਕਰਦਾ ਏ ਤਕਰਾਰ ਚੁੱਪ ਕਰਕੇ ਬਹਿ ਜਾ ਤਕਰਾਰ ਚੁੱਪ ਕਰਕੇ ਬਹਿ ਜਾ ਕੀਨਾ ਕਰਦਾ ਚੁੱਪ ਕਰਕੇ ਬਹਿ ਜਾ ਜਾਨ ਤਲੀ ਤੇ ਰੱਖੀ ਸ਼ਾਇਦ ਵਿਚਕਾਰ ਚੁੱਪ ਕਰਕੇ ਤੂੰ ਡੋਬੇ ਵੰਦ ਵਿਚਕਾਰ ਚੁੱਪ ਕਰਕੇ ਬਹਿ ਗਿਆ ਹਾਂਜੀ ਨਹੀਂ ਉਹ ਤਾਂ ਰਤੜਾ ਸਾਹਿਬ ਹੁਣ ਟਰਾਈ ਕਰ ਰਹੇ ਆ
ਲੇਕਿਨ ਉਹ ਪ੍ਰੋਬਲਮ ਕੋਈ ਉਧਰ ਹੀ ਹੈਗੀ ਜਿਹੜੀ ਵੀ ਹੈ। ਸੋਰ ਸਾਹਿਬ ਮਤਲਬ ਨਹੀਂ ਆਉਂਦੀ ਹਮੇਸ਼ਾ ਇਹ ਜਿਹੜੀ ਡਿਸਟਰਬੈਂਸ ਨਾ, ਹਾਂਜੀ ਇਹ ਉੱਥੋਂ ਹੀ ਆਉਂਦੀ ਹੈ। ਤੁਸੀਂ ਆਪਣਾ ਆਪਣਾ ਮਾਈਕ ਵੀ ਬੰਦ ਕਰ ਦਿਓ, ਉਹਨਾਂ ਦੀ ਹੈਡਫੋਨ ਦੀ ਜ਼ਿਆਦਾ ਗੜਬੜਿਆ। ਹਾਂਜੀ ਹੁਣ ਹਟ ਗਿਆ, ਉਹ ਡਿਸਟਰਬੈਂਸ ਆ ਰਹੀ ਸੀ ਨਾ ਉਧਰੋਂ। ਉਹ ਹੈਡਫੋਨ ਉਤਾਰ ਲਓ, ਹੈਡਫੋਨ ਉਤਾਰ ਕੇ ਤੇ ਫਿਰ ਹੁਣ ਜਦੋਂ ਸਾਹ ਲੈਂਦੇ ਨਾ ਉਹ ਮਾਈਕ ਦੇ ਵਿੱਚ ਹਮੇਸ਼ਾ ਹੀ ਆਉਂਦੀ ਹੈ ਇਸ ਤਰ੍ਹਾਂ ਹੀ। ਮੈਂ ਕਰਦਾ ਚਾਹੀ ਨਹੀਂ ਸਹੀ ਨਹੀਂ ਸਹੀ ਨਹੀਂ ਹੋਣੀ ਉਹ, ਕਿਉਂਕਿ ਉਹ ਪ੍ਰੋਬਲਮ ਨਹੀਂ ਨਾ ਸੋਲਵ ਹੋਈ, ਉਹ ਜਿਹੜੀ ਉਹਨਾਂ ਦੇ ਬਾਈਕ ਦੀ ਖਰਾਬੀ ਹੈ ਨਾ ਉਹ ਨਹੀਂ ਸੋਲਵ ਹੋਈ। ਉਹ ਜਦੋਂ ਹੀ ਔਨ ਕਰਦੇ ਆ ਫਿਰ ਸ਼ੁਰੂ ਹੋ ਜਾਂਦੀ ਹੈ ਉਹ ਡਿਸਟਰਬੈਂਸ। ਉਹ ਮਾਈਕ ਚੇਂਜ ਹੀ ਕਰਨਾ ਪੈਣਾ ਮੈਨੂੰ ਲੱਗਦਾ, ਉਹ ਸ਼ਾਇਦ ਠੀਕ ਨਹੀਂ ਹੋਣੀ, ਕਿਉਂਕਿ ਮਾਈਕ ਡਿਫੈਕਟਿਵ ਹੈਗਾ ਉਹ ਹਮੇਸ਼ਾ ਆਉਂਦੀ ਹੈ। ਹਾਂਜੀ ਸੱਚੀ ਜਾਣ ਤਰੀ ਦੇ ਪੈਰ ਚੁੱਪ ਕਰਕੇ ਸ਼ੀਸ਼ਿਆਂ ਵਿੱਚੋਂ ਤੱਕੇ ਭੁੱਲੇ ਨਾ ਫਰਿਆਦ ਉਹਦੇ ਸੱਚੇ ਬੋਖੋਲ ਕਰਾਰ ਚੁੱਪ ਕਰਕੇ ਬਹਿ ਜਾ ਚੂਰੀ ਕੁੱਟ ਕੇ ਰਾਂਝੇ ਸਾਈਂ ਖਵਾਏ ਹੀ ਸਲੇਤੀ ਭਗਤਾ ਹੀ ਸਲੇਤੀ ਚੂਰੀ ਕੁੱਟ ਕੇ ਰਾਂਝੇ ਸਾਈਂ ਖਵਾਏ ਕਿਦੋ ਚਾਚਾ ਸੀ ਚੁਗਲ ਨੀ ਯਾਰ ਚੁੱਪਰ ਕੇ ਬਹਿ ਜਾ ਪੱਕੀ ਨਾ ਸਰਦੀ ਚੁੱਪਰ ਕੇ ਬਹਿ ਜਾ ਸਾਹਿਬਾ ਦਗਾ ਗੰਭਾਰ ਬਣ ਗਈ ਭਰਾਵਾਂ ਦੀ ਸਾਹਿਬਾ ਦਗਾ ਗੰਭਾਰ ਬਣ ਗਈ ਭਰਾਵਾਂ ਦੀ ਤਾਂ ਮਿਰਜ਼ਾ ਖਾ ਗਿਆ ਹਾਰ ਚੁੱਪਰ ਕੇ ਬਹਿ ਜਾ ਚੁੱਪਰ ਕੇ ਬਹਿ ਜਾ ਸੋਹਣ ਇਸ਼ਕ ਦੇ ਘਰ ਇੱਥੇ ਹੀ ਰਹਿਣ ਦਿਓ ਸਾਡਾ ਪਿਆਰ ਚੁੱਪ ਕਰਕੇ ਬਹਿ ਜਾ ਆਪਣਾ ਮਾਈਕ ਬੰਦ ਕਰ ਲਓ ਜੀ। ਫੇਸਬੁੱਕ ਤੁਸੀਂ ਵੀ ਇੱਕ ਬੰਦ ਕਰਕੇ ਟਰਾਈ ਕਰਿਓ ਤੁਹਾਡਾ ਸਭ ਦਾ ਸ਼ੇਅਰ ਕਨੈਕਟ ਹੋ ਜਾਏ। ਤੁਹਾਨੂੰ ਇੱਕ ਬੰਦ ਕਰਨਾ ਪੈਣਾ, ਤੁਹਾਡੇ ਤੋਂ ਤਿੰਨ ਨਹੀਂ ਵਿਚਰਨੇ। ਫੇਸਬੁੱਕ ਵਾਲਾ ਚੁੱਕ ਲਓ, ਸਕਾਈਪ ਵਾਲਾ ਬੰਦ ਕਰਕੇ ਸਹੀ ਹੋ ਗਿਆ। ਆਪਣੇ ਨਾਲ ਪਰਮਜੀਤ ਢਿੱਲੋਂ ਜੀ ਜੁੜੇ ਨੇ, ਢਿੱਲੋਂ ਸਾਹਿਬ ਤੁਸੀਂ ਕੋਈ ਆਪਣੀ ਰਚਨਾ ਦੀ ਸਾਂਝ ਪਾਉਣੀ ਚਾਹੋਗੇ ਤਾਂ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਸਤਿਕਾਰਯੋਗ ਸਾਰੇ ਹੀ ਵੀਰਾਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਵਾਂ ਜੀ। ਫੇਸਬੁੱਕ ਤੋਂ ਚੁੱਕ ਲਓ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ। ਮੇਰਾ ਐਕਚੁਅਲੀ ਮੈਂ ਡਰਾਈਵ ਕਰ ਰਿਹਾ ਸੀਗਾ ਤੇ ਮੈਨੂੰ ਅਚਾਨਕ ਸਾਡੇ ਸਤਿਕਾਰਯੋਗ ਕਵਿਤਰੀ ਕੁਲਵਿੰਦਰ ਕਮਲ ਹੋਣਾ ਦਾ
ਲੇਕ ਫੋਰਵਰਡ ਹੋਇਆ ਤੇ ਮੈਂ ਦੇਖਿਆ ਮੈਨੂੰ ਹੁਣ ਕਾਰ ਚ ਹੀ ਬੈਠਾ ਮੈਂ ਉਹਨੂੰ ਆਨ ਕਰ ਲਿਆ ਬਹੁਤ ਚੰਗਾ ਲੱਗ ਰਿਹਾ ਜੀ ਤੁਹਾਨੂੰ ਸਾਰਿਆਂ ਨੂੰ ਸੁਣ ਕੇ ਬਹੁਤ ਸੁਲਝੇ ਹੋਏ ਇਨਸਾਨ ਮੇਰੇ ਮੋਹਰੇ ਨੇ ਅੱਜ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਹੈਲੋ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਆ ਰਹੀ ਹੈ ਜੀ ਮੈਨੂੰ ਤੁਸੀਂ ਹੁਕਮ ਕੀਤਾ ਜੀ ਮੈਂ ਅੜਕਾ ਫੁੜਕਾ ਲਿਖਦਾ ਜੀ ਮੈਂ ਜਿੱਦਾਂ ਬੇਸਿਕਲੀ ਗੀਤ ਚ ਟਰਾਈ ਕਰਦਾ ਜੀ ਕਦੀ ਕਦੀ ਥੋੜਾ ਥੋੜਾ ਉਕਰਨ ਦੀ ਤੇ ਮੈਂ ਤੁਹਾਨੂੰ ਇੱਕ ਗੀਤ ਨਾਲ ਹੀ ਹਾਜ਼ਰੀ ਆਪਣੀ ਲਵਾਵਾਂਗਾ ਹੈ ਤੇ ਆਲ ਆਫ ਸਡਨ ਹੀ ਹੈ ਮੇਰੇ ਕੋਲ ਕੁਛ ਨੀ ਹੈ ਇਸ ਵੇਲੇ ਪਰ ਫਿਰ ਵੀ ਜੋ ਮੈਨੂੰ ਯਾਦ ਹੈ ਦੋ ਚਾਰ ਲਾਈਨਾਂ ਮੈਂ ਤੁਹਾਡੇ ਸਾਹਮਣੇ ਨਜ਼ਰ ਕਰਦਾ ਜੀ ਕੋਈ ਗੱਲ ਨੀ ਜੀ ਤੁਸੀਂ ਆਪਣੀ ਜਿੰਨੀ ਹਾਜ਼ਰੀ ਹੈ ਲਵਾਓ ਤਾਂ ਉਸ ਤੋਂ ਬਾਅਦ ਤੁਸੀਂ ਕਮਲ ਜੀ ਹੋਣਾ ਨੂੰ ਨੰਬਰ ਇਹਨਾਂ ਨੂੰ ਕਰਾਂ ਜਾਂ ਮੈਨੂੰ ਆਪਣਾ ਨੰਬਰ ਭੇਜ ਦਿਓ ਗਾਹ ਤੁਹਾਨੂੰ ਨਾਲ ਸੰਪਰਕ ਕਰਦੇ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਉੱਗੀ ਬੈਠ ਕੇ ਬਨੇਰੇ ਭੁੱਖੀ ਉੱਡ ਜਾਂਦੀ ਹੋਣੀਆਂ ਤੇ ਬੰਦ ਪਏ ਘਰਾਂ ਤੋਂ ਟੁੱਕਿਆ ਦਰਾਂ ਤੋਂ ਮੰਗ ਖਾਣ ਵਾਲੀ ਮਾਈ ਖਾਲੀ ਮੁੜ ਜਾਂਦੀ ਹੋਣੀਆਂ ਤੁਹਾਡੇ ਬੰਦ ਪਏ ਘਰਾਂ ਤੋਂ ਦਰਾਂ ਤੋਂ ਇਹ ਸਾਡੀ ਪਰਦੇਸੀਆਂ ਦੀ ਜਿਹੜੀ ਹੈਗੀ ਹੈ ਜੀ 47 ਤੋਂ ਇਹਨਾਂ ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਬਣਨ ਦੀ ਲਾਗਣ ਸੁਨੇਹਾ ਕਈ ਵਾਰ ਲੈ ਕੇ ਆਈ ਹੋ ਲਾਗਣ ਸੁਨੇਹਾ ਕਈ ਵਾਰ ਲੈ ਕੇ ਆਈ ਹੋ ਹੱਸਦਿਆਂ ਲੋਕਾਂ ਲੱਪ ਦਾਣਿਆਂ ਦੀ ਪਾਈ ਹੋ ਸਾਡੇ ਬੂਹੇ ਮੋਹਰੇ ਆਣ ਕੇ ਉਹ ਚਿੜ ਜਾਂਦੀ ਹੋਣੀਆਂ ਬੰਦ ਪਏ ਘਰਾਂ ਤੋਂ ਟੁੱਕਿਆਂ ਦਰਾਂ ਤੋਂ ਉੱਗੀ ਬੈਠ ਕੇ ਬਨੇਰੇ ਭੁੱਖੀ ਉੱਡ ਜਾਂਦੀ ਹੋਣੀਆਂ ਬੰਦ ਪਏ ਘਰਾਂ ਤੋਂ ਦਰਾਂ ਤੋਂ ਬਹੁਤ ਸੁੱਖ ਮਹਿਸੂਸ ਆਥਣੇ ਨੂੰ ਜਦੋਂ ਲੋਕਾਂ ਬਲਬ ਜਗਾਇਆ ਬੱਚਿਆਂ ਨੂੰ ਸਾਡੇ ਵੇੜੇ ਕੋਕੋ ਕਹਿ ਡਰਾਇਆ ਹੋਸ਼ ਲੈਂਦੀ ਤੈਂਦੀ ਬੱਚਿਆਂ ਦੀ ਉੱਡ ਜਾਂਦੀ ਹੋਣੀਆਂ ਬੰਦ ਪਏ ਘਰਾਂ ਤੋਂ ਟੁੱਕਿਆਂ ਦਰਾਂ ਤੋਂ ਲੰਘ ਗਈਆਂ ਮੱਸਿਆ ਤੇ ਲੰਘ ਗਏ ਕਈ ਮੇਲੇ ਨੇ ਓਏ ਲੰਘ ਗਈਆਂ ਮੱਸਿਆ ਤੇ ਲੰਘ ਗਏ ਕਈ ਮੇਲੇ ਨੇ ਡਾਲਰਾਂ ਦੇ ਚੰਦਰੇ ਨਹੀਂ ਛੱਡਦੇ ਚਮੇਲੇ ਨੇ ਧਣੀ ਲੋੜੀ ਤੇ ਗਵਾਂਢੀਆਂ ਤੋਂ ਗੁੜ ਖਾਂਦੀ ਹੋਣੀਆਂ ਸਾਡੇ ਬੰਦ ਪਏ ਘਰਾਂ ਤੋਂ ਟੁੱਕਿਆਂ ਦਰਾਂ ਤੋਂ ਲੋੜੀ ਮੰਗ ਖਾਣ ਵਾਲੀ ਟਾਣੀ ਮੁੜ ਜਾਂਦੀ ਹੋਣੀਆਂ ਸਾਡੇ ਬੰਦ ਪਏ ਘਰਾਂ ਤੋਂ
ਚੁੱਕਿਆ ਦਰਾ ਤੋਂ। ਥੈਂਕ ਯੂ, ਧੰਨਵਾਦ। ਬਹੁਤ ਵਧੀਆ ਪ੍ਰਭੂ ਜੀ, ਧਨੋ ਜੀ, ਬਹੁਤ ਵਧੀਆ। ਤੁਸੀਂ ਇਸੇ ਤਰ੍ਹਾਂ ਆਪਣੀ ਹਾਜ਼ਰੀ ਲਵਾਉਂਦੇ ਰਿਹਾ ਕਰੋ ਜੀ ਆਇਆਂ ਨੂੰ ਪੰਜਾਬੀ ਮੰਚ ਤੇ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਗੁਰਮੀਤ ਸਿੰਘ ਇਟਲੀ ਤੋਂ, ਜੋ ਗੁਰਮੀਤ ਸਿੰਘ ਮੱਲੀ ਜੀ ਤੇ, ਉਸ ਤੋਂ ਬਾਅਦ ਗੁਰਚਰਨ ਸਿੰਘ ਜੋਗੀ ਜੀ ਆਪਣੀ ਰਚਨਾ ਤਿਆਰ ਰੱਖਣ। ਗੁਰਮੀਤ ਸਿੰਘ ਮੱਲੀ ਜੀ, ਬਿੰਦਰ ਭਾਜੀ ਦੁਬਾਰਾ ਮੌਕਾ ਦੇਣ ਵਾਸਤੇ ਸਤਿ ਸ੍ਰੀ ਅਕਾਲ ਜੀ। ਬਾਕੀ ਅੱਜ ਕਿਸਾਨ ਜਿੱਤ ਕੇ ਪੰਜਾਬ ਨੂੰ ਗਿਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਹੁਣ ਮੇਰੀ ਕਵਿਤਾ ਥੋੜੀ ਕਿਸਾਨੀ ਤੇ ਆ, ਪਰ ਥੋੜੀ ਰੋਮਾਂਟਿਕ ਆ। ਜਿਵੇਂ ਇੱਕ ਜੱਟ ਬਾਹਰ ਖੇਤ ਵਿੱਚ ਹਲ ਵਾਹੁੰਦਾ ਤੇ ਉਹਦੀ ਸਰਦਾਰਨੀ ਉਹਦੇ ਵਾਸਤੇ ਪੱਤਾ ਲੈ ਕੇ ਜਾਂਦੀ ਆ ਤੇ ਉਹਦੇ ਕੋਲ ਲਫ਼ਜ਼ ਨੇ ਜੀ, ਕਿਹਦਾ ਵਿੱਚ ਖੇਤ ਟਟੀਰੀ ਬੋਲੇ ਉਹ ਡਰਦੀ ਸਾਹੇ, ਤੂੰ ਲੈ ਕੇ ਪੱਤਾ ਆ ਜਾ ਜੱਟ ਡੂੰਘਾ ਵਾਹੇ। ਜੱਟ ਲਾ ਲਿਆ ਪਾਣੀ ਬਾਣੇ, ਸੱਪ ਫਿਰਦੇ ਡਰਦੇ, ਤੇਰੀ ਟੋਰ ਮੱਟਣੀ ਤੱਕ ਕੇ ਪੱਤੇ ਹੌਕੇ ਭਰਦੇ, ਕਿੱਕਰਾਂ ਦੇ ਤੁਕੇ ਡਿੱਗਦੇ ਨੀ ਤੈਨੂੰ ਸਜਰਾ ਕਰਦੇ। ਹਾਂਜੀ, ਅੱਗੇ ਛੱਲੀਆਂ ਦੇ ਤੁਕਿਆਂ ਨਾਲੋਂ ਦੇਖੀ ਦਾਣੇ ਗਿਰਦੇ, ਖੱਗਿਆਂ ਦੇ ਵਾਲ ਸੁਨਹਿਰੀ ਤੇਰੀਆਂ ਜੁਲਫਾਂ ਵਰਗੇ, ਤੋਤੇ ਦਾਣੇ ਚੋਰੀ ਕਰਦੇ, ਤੁੱਕੇ ਠੂੰਗੇ ਜਰਦੇ, ਤੇਰੀ ਤੋਰ ਮਟਕਣੀ ਤੱਕ ਕੇ ਪੱਤੇ ਹੌਕੇ ਭਰਦੇ, ਕਿੱਕਰਾਂ ਦੇ ਤੁੱਕੇ ਡੇਗਦੇ ਨੀ ਤੇ ਸਜਦਾ ਕਰਦੇ। ਅੱਗੇ ਜੀ, ਮਿੱਠੇ ਗੰਨੇ ਵਰਗਾ ਜੱਟਨੀ ਤੂੰ ਹਰ ਹਰ ਨਾਰੇ, ਜਿਬੜਾਂ ਨੂੰ ਮੌਜਾਂ ਲੱਗੀਆਂ ਵੱਲਾਂ ਦੇਣ ਹੁਲਾਰੇ, ਮੂੰਗੀ ਦੀਆਂ ਫਲੀਆਂ ਤੋੜੇ ਹੱਥ ਸਿਲਣੋਂ ਡਰਦੇ, ਤੇਰੀ ਤੋਰ ਮਟਕਣੀ ਤੱਕ ਕੇ ਪੱਤੇ ਹੌਕੇ ਭਰਦੇ, ਕਿੱਕਰਾਂ ਦੇ ਤੁੱਕੇ ਡਿੱਗਦੇ ਨੀ ਤੈਨੂੰ ਸਜਦਾ ਕਰਦੇ। ਅੱਗੇ ਆ ਜੀ, ਬਣਠਣ ਬੰਨੇ ਤੁਰਦੀ ਗੁੱਤ ਸਿੱਟਿਆਂ ਭਿੜਦੀ, ਸਰੋਂ ਦਾ ਫੁੱਲ ਆਸ਼ਕ ਤੇਰਾ ਬਣ ਤਿਤਲੀ ਫਿਰਦੀ, ਸਰਗੀ ਦੇ ਫੁੱਲ ਨੇ ਗਾਉਂਦੇ ਬੁੱਲ ਤੇਰੀਆਂ ਬੁੱਲੀਆਂ ਪੜਦੇ, ਤੇਰੀ ਤੋਰ ਮਟਕਣੀ ਤੱਕ ਕੇ ਪੱਤੇ ਹੌਕੇ ਭਰਦੇ, ਕਿੱਕਰਾਂ ਦੇ ਤੁੱਕੇ ਡਿੱਗਦੇ ਨੀ ਤੈਨੂੰ ਸਜਦਾ ਕਰਦੇ। ਆਖਰੀ ਆ ਜੀ, ਤੈਨੂੰ ਗਲ ਪਾ ਲਿਆ ਜੱਟੀਏ ਬਾਂ ਪਜਾਈ, ਤੇਰੀ ਅੱਖ ਨਾ ਡੁੱਲ ਜਾਏ ਜੱਸੀਏ ਸੁਰਮੇ ਵਾਲੀ, ਗੁਰਮੀਤ ਵਾਹੀ ਕੋਟਲੀ ਕਰਦੇ ਸੱਪੜਾਂ ਵਿੱਚ ਤਰਦੇ, ਤੇਰੀ ਤੋਰ ਮਟਕਣੀ ਤੱਕ ਕੇ ਪੱਤੇ ਹੌਕੇ ਭਰਦੇ, ਕਿੱਕਰਾਂ ਦੇ ਤੁੱਕੇ ਡਿੱਗਦੇ ਤੈਨੂੰ ਸਜਦਾ ਕਰਦੇ। ਗੁਰਚਰਨ ਸਿੰਘ ਜੀ ਜੋਗੀ, ਬਹੁਤ ਮਿਹਰਬਾਨੀ ਬਿੰਦਰ ਜੀ। ਜਦੋਂ ਮੈਂ ਗੀਤ ਸੁਣ ਰਿਹਾ ਸੀ, ਮੇਰੇ ਛੋਟੇ ਵੀਰ ਵੱਲੋਂ ਘੁੱਗੀ ਉੱਡ ਜਾਂਦੀ ਹੋਣੀ ਆ, ਸ਼ਹਿਦ ਛੁਪਾ ਕੇ ਰੱਖਾ ਹੈ, ਹੋਠੋਂ ਤੇ ਜੋ ਸ਼ਹਿਦ ਛੁਪਾ ਕੇ ਰੱਖਾ ਹੈ, ਬੋਲੋਗੇ ਤੋ ਕਾਨੋਂ ਮੇਂ ਭੁੱਲ ਜਾਏਗਾ। ਇੰਨੀ ਮਿੱਠੀ ਆਵਾਜ਼ ਇਹਨਾਂ ਦੀ, ਤੇ ਇਹ ਹਾਜ਼ਰੀ ਲਵਾਉਂਦੇ ਰਹਿਣ, ਸਾਨੂੰ ਸ਼ਰਸ਼ਾਰ ਕਰਦੇ ਰਹਿਣ। ਤੇ ਮੈਂ ਇੱਕ ਗਜ਼ਲ, ਕਿਉਂਕਿ ਇੱਥੇ ਗਜ਼ਲ ਸ਼ਰਫ ਵਿੱਚ ਮੁਹਾਰਤ ਵਾਲੀਆਂ ਬਹੁਤ ਸ਼ਖਸੀਅਤਾਂ ਬੈਠੀਆਂ ਨੇ, ਤੇ ਮੈਂ ਇੱਕ ਗਜ਼ਲ ਦੀ ਕੋਸ਼ਿਸ਼ ਕਰ ਰਿਹਾ। ਉਹ ਪੰਛੀ ਕੈਦ ਕਰਦਾ ਹੈ ਤੇ ਮੈਂ ਆਜ਼ਾਦ ਕਰਦਾ ਹਾਂ, ਉਹ ਪੰਛੀ ਕੈਦ ਕਰਦਾ ਹੈ ਤੇ ਮੈਂ ਆਜ਼ਾਦ ਕਰਦਾ, ਉਹ ਜਿਸਨੂੰ ਸਹਿਮ ਵੰਡਦਾ ਹੈ ਮੈਂ ਉਸਨੂੰ ਯਾਦ ਕਰਦਾ ਹਾਂ, ਸਹਿਮ ਵੰਡਦਾ ਹੈ ਮੈਂ ਉਸਨੂੰ ਯਾਦ ਕਰਦਾ ਹਾਂ। ਉਹ ਸ਼ੇਰ ਹੈ ਜੀ, ਤੁਸੀਂ ਦੇਖੋ ਐਡ ਕਰਕੇ, ਇੱਕ ਦੁੱਖ ਦੇ ਤੇ ਜਦੋਂ ਵੀ ਬਹਿਸ ਛਿੜਦੀ ਹੈ, ਕਿਸੇ ਬਾਰੀਕ ਨੁਕਤੇ ਤੇ ਜਦੋਂ ਵੀ ਬਹਿਸ ਛਿੜਦੀ ਹੈ,
ਫਰਕ ਇਨਾ ਕੁ ਹੈ ਕੋ ਸ਼ੋਰ ਮੈਂ ਸੰਵਾਦ ਕਰਦਾ ਹਾਂ। ਮਿਹਰਬਾਨੀ ਜੀ ਉਹ ਫਰਕ ਇਨਾ ਕੁ ਹੈ ਉਹ ਸ਼ੋਰ ਮੈਂ ਸੰਵਾਦ ਕਰਦਾ ਹਾਂ। ਉਹ ਸ਼ੇਰ ਹੈ ਜੀ, ਮੇਰੇ ਬਾਗਾਂ ਦੇ ਖਹਿੜੇ ਪੈ ਗਈ ਇੱਕ ਪੀੜ ਚੱਕਰ ਦੀ। ਮੇਰੇ ਬਾਗਾਂ ਦੇ ਖਹਿੜੇ ਪੈ ਗਈ ਇੱਕ ਪੀੜ ਚੱਕਰ ਦੀ, ਉਹ ਸਭ ਬਰਬਾਦ ਕਰ ਦਿੰਦੀ ਮੈਂ ਜੋ ਆਬਾਦ ਕਰਦਾ ਹਾਂ। ਮੈਂ ਜੋ ਆਬਾਦ ਕਰਦਾ ਹਾਂ, ਔਰ ਮੈਂ ਇਹ ਵੀ ਜਾਣਦਾ ਉਹਨਾਂ ਕੀ ਮੇਰੇ ਨਾਲ ਕਰਨਾ ਹੈ। ਮੈਂ ਇਹ ਵੀ ਜਾਣਦਾ ਉਹਨਾਂ ਕੀ ਮੇਰੇ ਨਾਲ ਕਰਨਾ ਹੈ, ਜਿਨ੍ਹਾਂ ਦੀ ਮੈਂ ਸਦਾ ਔਖੇ ਸਮੇਂ ਇਮਦਾਦ ਕਰਦਾ ਹਾਂ, ਜਿਨ੍ਹਾਂ ਦੀ ਮੈਂ ਸਦਾ ਔਖੇ ਸਮੇਂ ਇਮਦਾਦ ਕਰਦਾ ਹਾਂ। ਔਰ ਸ਼ੇਰ ਹੈ ਕਮਲ ਜੀ, ਬਹੁਤ ਅੱਛਾ ਹੈ, ਵਾਧੂ ਬੋਝ ਤੇ ਸਿਰ ਤੇ ਪੰਡ ਫਿਕਰਾਂ ਦੀ ਹੈ, ਵਾਧੂ ਬੋਝ ਕੰਮਾਂ ਦਾ ਤੇ ਸਿਰ ਪੰਡ ਫਿਕਰਾਂ ਦੀ, ਜਿਨ੍ਹਾਂ ਨੂੰ ਸਾਂਭ ਨਾ ਸਕਿਆ ਉਹ ਪਲ ਹੁਣ ਯਾਦ ਕਰਦਾ ਹਾਂ, ਜਿਨ੍ਹਾਂ ਨੂੰ ਸਾਂਭ ਨਾ ਸਕਿਆ ਉਹ ਪਲ ਹੁਣ ਕਰਦਾ ਹਾਂ। ਔਰ ਅੰਤਮ ਸ਼ੇਰ ਹੈ ਜੀ, ਜ਼ਹਿਨ ਕੁਝ ਹੋਰ ਕਹਿੰਦਾ ਹੈ ਤੇ ਮਨ ਕੁਝ ਹੋਰ ਕਰਦਾ ਹੈ, ਜ਼ਹਿਨ ਕੁਝ ਕਹਿੰਦਾ ਹੈ ਤੇ ਮਨ ਕੁਝ ਹੋਰ ਕਰਦਾ ਹੈ, ਇਹ ਦੋਵੇਂ ਇੱਕ ਨਹੀਂ ਹੁੰਦੇ, ਬੜੀ ਭਰੇ ਯਾਦ ਕਰਦਾ ਹਾਂ। ਜ਼ਹਿਨ ਕੁਝ ਹੋਰ ਕਹਿੰਦਾ ਹੈ, ਬਹੁਤ ਮਿਹਰਬਾਨੀ ਜੀ ਉਹ, ਜ਼ਹਿਨ ਕੁਝ ਹੋਰ ਕਹਿੰਦਾ ਹੈ ਤੇ ਮਨ ਕੁਝ ਹੋਰ ਕਰਦਾ ਹੈ, ਇਹ ਦੋਵੇਂ ਇੱਕ ਨਹੀਂ ਹੁੰਦੇ, ਬੜੀ ਫਰਿਆਦ ਕਰਦਾ ਹਾਂ। ਔਰ ਉਹ ਪੰਛੀ ਕੈਦ ਕਰਦਾ ਹੈ ਤੇ ਮੈਂ ਆਜ਼ਾਦ ਕਰਦਾ ਹਾਂ, ਉਸਨੂੰ ਸਹਿਮ ਵੰਡਦਾ ਹੈ ਮੈਂ ਉਸਨੂੰ ਸ਼ਬਦ ਕਰਦਾ ਹਾਂ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਜੋਗੀ ਸਾਹਿਬ, ਬਹੁਤ ਖੂਬ ਜੋਗੀ ਜੀ। ਹੁਣ ਤਾਂ ਸੱਤਿਆ ਦਿਨਾਂ ਦੇ ਸਾਹਿਬ ਲਾਗੂਪੁਰੀਆ ਜੀ, ਤੇ ਉਸ ਤੋਂ ਬਾਅਦ ਕੁਲਵਿੰਦਰ ਕੰਵਰ ਜੀ ਆਪਣੀ ਰਚਨਾ ਤਿਆਰ ਰੱਖਣ, ਤੇ ਫਿਰ ਅਖੀਰ ਵਿੱਚ ਡਾਕਟਰ ਇਸ਼ਪਾਲ ਸਿੰਘ ਜੀ ਹੁਣਾਂ ਤੋਂ ਗੀਤ ਦੇ ਨਾਲ ਆਪਾਂ ਸਮਾਪਤੀ ਕਰਾਂਗੇ। ਜੋਗੀ ਜੀ ਤਾਂ ਸੋਹਣਾ, ਚਲੋ ਠੀਕ ਹੈ ਜੀ, ਜੋ ਹਾਂਜੀ ਸਾਹਿਬ ਜੀ, ਹਾਂਜੀ ਪੰਡਿਤ ਜੀ, ਮੈਂ ਆਪਣਾ ਗੀਤ ਪੇਸ਼ ਕਰ ਰਿਹਾ, ਮੇਰਾ ਇਸ਼ ਕੋਸ਼ਿਸ਼ ਕਰਦਾ ਗਾ ਦੇ ਕਰਾ ਜੀ। ਮੇਰਾ ਇਸ਼ਕ ਹੈ ਤੜਦੀ ਸ਼ਾਮ ਜਿਹਾ, ਮੇਰਾ ਇਸ਼ਕ ਹੈ ਤੜਦੀ ਸ਼ਾਮ ਜਿਹਾ, ਮੈਨੂੰ ਕਦ ਹੋਇਆ ਮੈਂ ਕਦ ਕੀਤਾ, ਮੈਨੂੰ ਹੋਸ਼ ਨਹੀਂ ਮੇਰੇ ਹੱਥ ਵਿੱਚ ਜਾ, ਮੈਨੂੰ ਹੋਸ਼ ਨਹੀਂ ਮੇਰੇ ਹੱਥ ਵਿੱਚ ਜਾ, ਮੈਂ ਕਦ ਪਾਇਆ ਤੇ ਮੈਂ ਕਦ ਪੀਤਾ, ਮੇਰਾ ਇਸ਼ਕ ਹੈ ਤੜਦੀ ਸ਼ਾਮ ਜਿਹਾ। ਡੁਬਰੀ ਆਵਾਜ਼ ਆ ਰਹੀ, ਮੈਂ ਵਾਕਫ ਸਾਂ ਉਹ ਹਾਲਾਤਾਂ ਤੋਂ, ਉਹ ਕਾਲੀਆਂ ਨੇਰੀਆਂ ਰਾਤਾਂ ਤੋਂ, ਮੈਂ ਵਾਕਫ ਸਾਂ ਹਾਲਾਤਾਂ ਤੋਂ, ਉਹ ਕਾਲੀਆਂ ਮੇਰੀਆਂ ਰਾਤਾਂ ਤੋਂ, ਕਦ ਲੱਗੀ ਤੇ ਸੱਟ ਮੇਰੇ ਦਿਲ ਦੇ ਉੱਤੇ, ਹਟ ਹਿਜਰਾਂ ਦਾ ਮੈਂ ਕਦ ਸੀਤਾ, ਮੇਰਾ ਇਸ਼ਕ ਹਟਲਦੀ ਸ਼ਾਮ ਜਿਹਾ, ਮੈਨੂੰ ਕਦ ਮੈਂ ਕਦ ਕੀਤਾ, ਮੇਰਾ ਦੋਸ਼ ਹੈ ਦਿਲ ਨੂੰ ਡੱਕਿਆ ਨਹੀਂ, ਉਹਦਾ ਕੋੜਾ ਤੇਰਾ ਤੱਕਿਆ ਨਹੀਂ, ਮੇਰਾ ਦੋਸ਼ ਹੈ ਦਿਲ ਨੂੰ ਡੱਕਿਆ ਨਹੀਂ, ਉਹਦਾ ਕੋੜਾ ਤੇਰਾ ਤੱਕਿਆ ਨਹੀਂ, ਹਾਲ ਦਿਲ ਦਾ ਹਾਲ ਸੁਣਾਉਣਾ ਸੀ, ਹਾਲ ਦਿਲ ਦਾ ਹਾਲ ਸੁਣਾਉਣਾ ਸੀ, ਹੁਣ ਚੱਟ ਹੀ ਮੁੱਖ ਹੋਣਾ ਵੱਲ ਕੀਤਾ,
ਮੇਰਾ ਇਸ਼ਕ ਅਟਲਦੀ ਸ਼ੈਨ ਜਿਹਾ ਚੱਲ ਸ਼ੁਕਰ ਹੋਇਆ ਗੱਲ ਮੁੱਕ ਗਈ ਏ ਸਾਧ ਲਾਉਣੀ ਸੀ ਕੀ ਪਹਿਲਾਂ ਟੁੱਟ ਗਈ ਏ ਚੱਲ ਸ਼ੁਕਰ ਹੋਇਆ ਗੱਲ ਮੁੱਕ ਗਈ ਏ ਸਾਧ ਲਾਉਣੀ ਸੀ ਕੀ ਪਹਿਲਾਂ ਟੁੱਟ ਗਈ ਏ ਕੁਝ ਹਾਸਿਲ ਨਾ ਹੋਇਆ ਇਸ਼ਕ ਵਿੱਚੋਂ ਕੁਝ ਹਾਸਿਲ ਨਾ ਹੋਇਆ ਇਸ਼ਕ ਵਿੱਚੋਂ ਹਮ ਹਾਰ ਗਏ ਵੋਹੀ ਜੀਤਾ ਮੇਰਾ ਇਸ਼ਕ ਅਟਲ ਦੀ ਸ਼ਾਨ ਜਿਹਾ ਮੈਨੂੰ ਮੈਂ ਕਦ ਕੀਤਾ ਮੇਰਾ ਇੱਥੇ ਅਟਲ ਦੀ ਸ਼ਾਨ ਜਿਹਾ ਬਹੁਤ ਵਧੀਆ ਮਾਨ ਹੈ ਧੰਨਵਾਦ ਹਾਂਜੀ ਧਨਵਿੰਦਰ ਸਮਝ ਇੰਟਰਨੈਟ ਦੀ ਕਾਫੀ ਖਰਾਬੀ ਆ ਰਹੀ ਹੈ ਵਧੀਆ ਮੈਡਮ ਨਾਲੇ ਟਾਈਮ ਉਧਰ ਵਧੀਆ ਡਿਊਟੀ ਪਾਸ ਹੋ ਰਿਹਾ ਹਾਂਜੀ 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 ਲੋਕ ਲੜ ਕੇ ਆਈ ਜਾ ਰਹੇ ਤੇ ਅਸੀਂ ਪਰਚੇ ਜਾ ਰਹੇ ਹਾਂਜੀ ਇੱਕ ਗਜ਼ਲ ਸਾਂਝੀ ਕਰ ਰਹੀ ਹਾਂ ਆਪ ਸਭ ਦੇ ਨਾਲ ਰਹੀਂ ਜੁੜਿਆ ਤੂੰ ਧਰਤੀ ਨਾਲ ਅੰਬਰ ਤੇ ਨਿਗਾਹ ਰੱਖੀ ਰਹੀਂ ਜੁੜਿਆ ਤੂੰ ਧਰਤੀ ਨਾਲ ਅੰਬਰ ਤੇ ਨਿਗਾਹ ਰੱਖੀ ਇਰਾਦਾ ਕਰ ਜ਼ਰਾ ਪੱਕਾ ਤੇ ਮੰਜ਼ਿਲ ਦਾ ਪਤਾ ਰੱਖੀ ਰਹੀ ਜੁੜਿਆ ਤੂੰ ਧਰਤੀ ਨਾਲ ਅੰਬਰ ਤੇ ਨਿਗਾਹ ਰੱਖੀ ਇਰਾਦਾ ਕਰ ਜ਼ਰਾ ਪੱਕਾ ਤੇ ਮੰਜ਼ਿਲ ਦਾ ਪਤਾ ਰੱਖੀ ਦੇ ਨਾਮ ਇਹ ਹਨੇਰਾ ਹੋਣ ਤੋਂ ਪਹਿਲਾਂ ਘਰਾਂ ਨੂੰ ਪੰਛੀ ਵਾਂਗਰਾਂ ਤੂੰ ਰਾਬਤਾ ਰੱਖੀ ਕਿਆ ਬਾਤ ਹੈ ਵਾਹ ਵਾਹ ਸ਼ੁਕਰੀਆ ਜੀ ਕਿ ਨਿਰਾਸ਼ਾ ਜੀ ਨਹੀਂ ਦਿੰਦੀ ਡੁਬੋ ਦਿੰਦੀ ਹਨੇਰੇ ਵਿੱਚ ਨਿਰਾਸ਼ਾ ਜੀਵ ਨਹੀਂ ਦਿੰਦੀ ਡੁਬੋ ਦਿੰਦੀ ਹਨੇਰੇ ਵਿੱਚ ਮਨ ਵਿੱਚ ਆਪ ਦਾ ਦੀਵਾ ਹਮੇਸ਼ਾ ਹੀ ਜਗਾ ਰੱਖੀ ਉਹ ਜੇਕਰ ਬੀਜ ਦੇ ਨੇ ਬੀਜ ਨਫ਼ਰਤ ਦੇ ਦਿਲਾਂ ਅੰਦਰ ਉਹ ਜੇਕਰ ਬੀਜ ਦੇ ਨੇ ਬੀਜ ਨਫ਼ਰਤ ਦੇ ਦਿਲਾਂ ਅੰਦਰ ਤੂੰ ਹੋਠਾਂ ਤੇ ਹਮੇਸ਼ਾ ਹੀ ਮੁਹੱਬਤ ਦੀ ਸਦਾ ਰੱਖੀ ਰਵਾਨੀ ਤੌਰ ਦੇ ਵਿੱਚ ਤੂੰ ਅਗਰ ਚਾਹੇ ਨਦੀ ਵਾਂਗੂ ਰਵਾਨੀ ਤੌਰ ਦੇ ਵਿੱਚ ਤੂੰ ਅਗਰ ਚਾਹੇ ਨਦੀ ਵਾਂਗੂ ਨਿਰੰਤਰ ਚਾਲ ਆਪਣੀ ਵਿੱਚ ਨਜ਼ਾਕਤ ਦੀ ਅਦਾ ਰੱਖੀ ਜ਼ਮਾਨਾ ਵੀ ਚੁਕੇਗਾ ਸਾਹਮਣੇ ਬਸ ਦੇਖਦੇ ਰਹਿਣਾ ਜ਼ਮਾਨਾ ਵੀ ਚੁਕੇਗਾ ਸਾਹਮਣੇ ਬਸ ਦੇਖਦੇ ਰਹਿਣਾ ਬੁਲੰਦੀ ਸੋਚ ਦੀ ਰੱਖੀ ਤੂੰ ਮਨ ਆਪਣਾ ਨਿਵਾ ਰੱਖੀ ਸ਼ੁਕਰੀਆ ਜੀ ਇਹ ਬੜੀ ਕਮਜ਼ੋਰ ਹੁੰਦੀ ਏ ਉਲਝ ਜਾਵੇ ਇਹ ਝਟਪਟ ਹੀ ਬੜੀ ਕਮਜ਼ੋਰ ਹੁੰਦੀ ਏ ਉਲਝ ਜਾਵੇ ਝਟਪਟ ਹੀ ਤੂੰ ਤਾਣੀ ਰਿਸ਼ਤਿਆਂ ਦੀ ਨੂੰ ਰਤਾ ਟੁੱਟਣੋਂ ਬਚਾ ਰੱਖੀ ਇੱਕ ਸ਼ੇਰ ਮੇਰੇ ਆਪਣੇ ਕਿੱਤੇ ਦੇ ਨਾਮ ਕਰਾਂ ਸੇਵਾ ਦਿਨੇ ਰਾਤੀ ਦੁਖੀ ਲਾਚਾਰ ਲੋਕਾਂ ਦੀ ਕਰਾਂ ਸੇਵਾ ਦਿਨੇ ਰਾਤੀ ਦੁਖੀ ਲਾਚਾਰ ਲੋਕਾਂ ਦੀ ਮੇਰੇ ਮੌਲਾ
ਮੇਰੇ ਹੱਥਾਂ ਚ ਇੰਨੀ ਤੂੰ ਸ਼ਫਾ ਰੱਖੀ। ਸ਼ੁਕਰੀਆ ਜੀ। ਤਸੇਰਾ ਹੈ ਯਕੀਨਨ ਹੀ ਤੇਰੇ ਦਿਲ ਵਿਚ ਮੁਹੱਬਤ ਦਾ, ਬਸੇਰਾ ਹੈ ਯਕੀਨਨ ਹੀ ਤੇਰੇ ਦਿਲ ਵਿਚ ਮੁਹੱਬਤ ਦਾ, ਕਮਲ ਦੇ ਵਾਸਤੇ ਥੋੜੀ ਜਿਹੀ ਦਿਲ ਵਿਚ ਜਗ੍ਹਾ ਰੱਖੀ, ਰਿਹਾ ਤੂੰ ਧਰਤੀ ਨਾਲ ਅੰਬਰ ਤੇ ਨਿਗਾਹ ਰੱਖੀ, ਇਰਾਦਾ ਕਰ ਜ਼ਰਾ ਪੱਕਾ ਤੇ ਮੰਜ਼ਿਲ ਦਾ ਪਤਾ ਰੱਖੀ। ਜੋਗੀ ਜੀ ਹੁਣ ਇੱਧਰ ਸੁਣਨਾ ਤੁਸੀਂ ਜੋੜੀ ਦੇ ਤੌਰ ਤੇ ਗਾਓ ਵੀ ਅੱਜ ਦੋਈ ਜਣੇ ਇੱਕ ਇੱਕ ਟੱਪਾ, ਇੱਕ ਟੱਪਾ ਉਧਰੋਂ ਇੱਕ ਉਧਰੋਂ। ਜੋਗੀ ਤਾਂ ਸੁਣਦੇ ਜੀ ਗਜ਼ਲ ਬਹੁਤ ਸੋਹਣਾ ਲੱਗਦਾ, ਵਧੀਆ। ਚਲੋ ਠੀਕ ਹੈ ਜੋਗੀ ਸਾਹਿਬ, ਤੁਸੀਂ ਪ੍ਰੋਗਰਾਮ ਦੀ ਸਮਾਪਤੀ ਵਾਸਤੇ ਇੱਕ ਤਰੁਣਮ ਦੇ ਵਿੱਚ ਕੋਈ ਵੀ ਆਪਣੀ ਗਜ਼ਲ ਗੀਤ ਕੁਝ ਵੀ ਜੋ ਤੁਹਾਨੂੰ ਸਹੀ। ਹਾਂਜੀ, ਫਰਮਾਇਸ਼ਾਂ ਬਹੁਤ ਆ ਗਈਆਂ ਜੀ ਹੁਣ ਜੋਗੀ ਜੀ, ਹੁਣ ਤੁਹਾਡੇ ਨੰਬਰ ਲੱਗਣਾ। ਕੁਝ ਵੀ ਲੱਭ ਲਓ, ਮੈਂ ਉਨੀ ਦੇਰ ਤੱਕ ਅਨਾਊਂਸਮੈਂਟ ਕਰ ਦਿੰਦਾ। ਰਤਨਾ ਸਾਹਿਬ ਨੂੰ ਅੱਜ ਨਹੀਂ ਲੈ ਸਕੇ ਅਸੀਂ, ਉਹਦਾ ਕਾਰਨ ਇਹ ਆ ਕਿ ਉਹਨਾਂ ਦਾ ਨੈਟਵਰਕ ਦੀ ਸਮੱਸਿਆ ਸੀ। ਦੂਸਰੀ ਗੱਲ ਇਹ ਵੀ ਆ ਕਿ ਜਦੋਂ ਤੁਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਕਿ ਮੈਂ ਗਰੁੱਪ ਦੇ ਵਿੱਚ ਹੀ ਆਵਾਂ, ਗਰੁੱਪ ਦੇ ਵਿੱਚ ਹਰ ਬੰਦੇ ਵਾਸਤੇ ਆਉਣਾ ਸੰਭਵ ਨਹੀਂ ਹੁੰਦਾ ਜੇ ਤੁਸੀਂ ਸੈੱਲਫੋਨ ਰਾਹੀਂ ਆਉਂਦੇ ਹਾਂ। ਜੇ ਤੁਹਾਡੇ ਕੋਲ ਲੈਪਟਾਪ ਜਾਂ ਕੰਪਿਊਟਰ ਹੈਗਾ, ਰਾਈਟ, ਫਿਰ ਤਾਂ ਪੋਸੀਬਲ ਹੈਗਾ ਕਿ ਤੁਸੀਂ ਕਿਸੇ ਵੀ ਐਪ ਰਾਹੀਂ ਕਿਸੇ ਵੀ ਤਰੀਕੇ ਨਾਲ ਸ਼ਾਮਿਲ ਹੋ ਸਕਦੇ ਹਾਂ। ਜੇ ਤੁਹਾਡੇ ਕੋਲ ਸਿਰਫ ਸੈੱਲਫੋਨ ਹੀ ਆ, ਸੈੱਲਫੋਨ ਕਈ ਵਾਰੀ ਗਰੁੱਪ ਕਾਲ ਨਹੀਂ ਚੁੱਕਦਾ ਜਦੋਂ 10-15-20 ਬੰਦੇ ਆ, ਕਿਉਂਕਿ ਉਹਨਾਂ ਸਾਰਿਆਂ ਦੀ ਜਿਹੜਾ ਸਾਰਿਆਂ ਦਾ ਲਿੰਕ ਹੈ ਉਹ ਤੁਹਾਡੇ ਸੈੱਲਫੋਨ 'ਚ ਆਉਣਾ ਹੁੰਦਾ, ਉਹਦੇ 'ਤੇ ਫਿਰ ਬਹੁਤ ਜ਼ਿਆਦਾ ਬੋਝ ਪੈਂਦਾ। ਇਸੇ ਕਰਕੇ ਕੈਮਰਾ ਬੰਦ ਕਰਾ ਦਈਦਾ, ਕਿਉਂਕਿ ਕੈਮਰਾ ਜ਼ਿਆਦਾ ਵਜ਼ਨ ਖਾਂਦਾ, ਜ਼ਿਆਦਾ ਬੈਂਡਵਿਡਥ ਖਾਂਦਾ। ਮੈਂ ਪੰਜਾਬੀ 'ਚ ਸੌਖੇ ਲਫ਼ਜ਼ਾਂ 'ਚ ਕਹਿੰਦਾ ਵੀ ਉਹਦੇ 'ਤੇ ਜ਼ਿਆਦਾ ਬੋਝ ਪੈਂਦਾ, ਜ਼ਿਆਦਾ ਵਜ਼ਨ ਪੈਂਦਾ। ਬੈਂਡਵਿਡਥ ਕਈ ਨੂੰ ਨਹੀਂ ਸਮਝ ਆਉਣੀ ਵੀ ਪਤਾ ਨਹੀਂ ਕਿਹੜੀ ਮਾਰ ਨਹੀਂ ਬੋਲੀ ਜਾਂਦਾ ਕੰਗ। ਇਸ ਕਰਕੇ ਤੁਸੀਂ ਪਹਿਲਾਂ ਦੱਸ ਦਿਆ ਕਰੋ ਵੀ ਜੇ ਤੁਹਾਨੂੰ ਨੈੱਟਵਰਕ ਦੀ ਖਰਾਬੀ ਹੈ ਤਾਂ ਕਿ ਤੁਹਾਡਾ ਫੇਸਬੁੱਕ ਰਾਹੀਂ ਜਾਂ ਵਟਸਐਪ ਰਾਹੀਂ, ਵਟਸਐਪ 'ਤੇ ਤੁਸੀਂ ਇਕੱਲੇ ਹੀ ਆਉਣਾ, ਤੁਹਾਨੂੰ ਇੱਕ ਲੈਪਟਾਪ ਮੈਂ ਇਕੱਲੇ ਨੂੰ ਹੀ ਸਮਰਪਣ ਕਰ ਦਿੰਦਾ। ਜੇ ਹੁਣ ਮੈਂ ਕਈ ਮਹੀਨੇ ਲਾ ਰੱਖਿਆ, ਇੱਕ ਵੀ ਬੰਦੇ ਨੇ ਕਾਲ ਨਹੀਂ ਕੀਤੀ, ਇੰਗਲੈਂਡ ਤੋਂ ਸੰਧਾ ਸਾਹਿਬ ਕਾਲ ਕਰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਜ਼ੂਮ ਚਲਾਉਣਾ ਨਹੀਂ ਹੁੰਦਾ, ਰਾਈਟ। ਉਹਨਾਂ ਨੇ 2-4 ਵਾਰੀ ਕੀਤੀ, ਉਹ 5-6 ਮਹੀਨੇ ਬਾਅਦ ਆ ਕੇ ਮੈਂ ਉਹਨੂੰ ਡਿਸਕਨੈਕਟ ਹੀ ਕਰਤਾ। ਨੰਬਰ ਆਪਣੇ ਕੋਲ ਹੈਗਾ ਸਾਡੇ ਕੋਲ, ਮੈਂ ਹੁਣ ਅੱਜ ਫੇਸਬੁੱਕ ਖੋਲ੍ਹ ਰੱਖਿਆ ਪਿਛਲੇ 2-3 ਹਫ਼ਤੇ ਤੋਂ, ਉਹਦੇ 'ਤੇ ਵੀ ਕਾਲ ਨਹੀਂ ਕੀਤੀ, ਉਹਦੇ 'ਤੇ ਵੀ ਤੁਸੀਂ ਇਕੱਲੇ ਨਹੀਂ ਆਉਣਾ ਸੀ, ਉਹਦੇ 'ਤੇ ਫਿਰ ਵਜ਼ਨ ਨਹੀਂ ਪੈਂਦਾ। ਜੇ 1-on-1 ਜਾਂ 2 ਜਾਂ 3 ਬੰਦੇ ਵੀ ਆ, ਜਿੰਨਾ ਗਰੁੱਪ ਛੋਟਾ ਹੋਊਗਾ ਉਨਾ ਤੁਹਾਡੇ ਫੋਨ 'ਤੇ ਲੋਡ ਘੱਟ ਪੈਣਾ। ਜੇ ਤੁਸੀਂ ਗਰੁੱਪ ਦੇ ਵਿੱਚ ਹੀ ਆਉਣਾ ਚਾਹੁੰਦੇ ਹਰ ਹਾਲ 'ਚ, ਫਿਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਵੀ ਮੇਰਾ ਤਾਂ, ਮੇਰੇ ਕੋਲ ਤਾਂ ਸਿਰਫ ਸੈੱਲਫੋਨ ਹੀ ਆ। ਨੰਬਰ 2, ਮੇਰਾ ਅੱਜ ਕਨੈਕਸ਼ਨ ਬਹੁਤ ਪੂਅਰ ਆ, ਅੱਜ ਸਾਡੇ ਨੈੱਟਵਰਕ ਦੀ ਖਰਾਬੀ ਆ, ਅਤੇ ਹੋ ਸਕਦਾ ਮੇਰਾ ਨਾ ਜੁੜੇ। ਇਹਨਾਂ ਗੱਲਾਂ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ। ਇੱਧਰ ਖਰਾਬੀ ਨਹੀਂ ਹੈ ਕੋਈ ਵੀ, ਕਿਉਂਕਿ ਅਸੀਂ ਤਾਂ ਇੱਧਰ ਟੋਪ ਮੋਸਟ ਜਿੰਨੇ ਲਾ ਸਕਦੇ ਅਸੀਂ ਲਾਏ ਹੋਆ, ਇਸ ਤੋਂ ਉੱਪਰ ਕੋਈ ਇਕਵਿਪਮੈਂਟ ਹੋਰ ਹੈ ਨਹੀਂ। ਪਰ ਮੇਰੇ ਇਕਵਿਪਮੈਂਟ ਨੇ ਤੁਹਾਨੂੰ ਫਾਇਦਾ ਨਹੀਂ ਦੇਣਾ, ਤੁਹਾਡੇ ਜਿਹੜਾ ਜਿੰਨੀ ਕੁ ਉਹਦੇ 'ਚ ਮੈਮਰੀ ਹੈਗੀ ਤੁਹਾਡੇ ਸੈੱਲਫੋਨ 'ਚ, ਉਹਨੂੰ ਇਹਨੇ ਇਸ ਘਾਟ ਨੇ ਪੂਰਾ ਨਹੀਂ ਕਰਨਾ। ਉਹ ਮੈਮਰੀ ਤਾਂ ਉੱਥੇ ਹੋਣੀ ਚਾਹੀਦੀ। ਕਈ ਕਹਿੰਦੇ ਜੀ ਮੇਰੇ ਤਾਂ ਮੈਮਰੀ 120 ਆ, 150 ਆ। ਉਹ ਕਈ ਵਾਰੀ ਮੈਮਰੀ ਨੂੰ ਔਰ ਜਿਹੜੀ ਉਹਦੀ ਹਾਰਡ ਡਰਾਈਵ ਆ ਸੈੱਲਫੋਨ ਦੀ, ਉਹਦਾ ਭੁਲੇਖਾ ਖਾ ਜਾਂਦੇ ਆ। ਹਾਰਡ ਡਰਾਈਵ ਹੋਰ ਗੱਲ ਹੁੰਦੀ, ਹਾਰਡ ਡਰਾਈਵ ਉਹ ਹੁੰਦੀ ਆ ਜਿੱਥੇ ਤੁਸੀਂ ਚੀਜ਼ਾਂ ਸਟੋਰ ਕਰਦੇ ਆ ਪੱਕੇ ਤੌਰ 'ਤੇ, ਓਕੇ। ਮੈਮਰੀ ਜਿਹੜੀ ਉਹ 10-12 ਗਿਗ ਤੋਂ ਵੱਧ ਨਹੀਂ ਹੁੰਦੀ ਤੁਹਾਡੇ। ਉਹ ਕਹਿੰਦੇ ਜੀ ਮੇਰੇ ਤਾਂ 200-250 ਆ। ਉਹ ਤਾਂ 200-250 ਤਾਂ ਤੁਹਾਡੇ ਕੰਪਿਊਟਰ 'ਚ ਹੁੰਦੀ ਆ, 200-250 ਗਿਗ, ਰਾਈਟ। ਕੰਪਿਊਟਰ 'ਚ ਵੀ ਨਹੀਂ ਕਈ ਵਾਰੀ ਹੁੰਦੀ, ਉਹ ਤੁਹਾਡੀ ਮੈਮਰੀ ਨਹੀਂ ਹੈ, ਤੁਹਾਡੀ ਮੈਮਰੀ ਨੇ ਹੀ ਵੀਡੀਓ ਨੂੰ ਪ੍ਰੋਸੈਸ ਕਰਨਾ ਹੁੰਦਾ। ਮੈਮਰੀ ਸੈੱਲਫੋਨ 'ਚ ਬਹੁਤ ਛੋਟੀ ਹੁੰਦੀ ਹੈ ਕਿਉਂਕਿ ਛੋਟਾ ਡਿਵਾਈਸ ਆ ਉਹ। ਜਿੰਨਾ ਡਿਵਾਈਸ ਵੱਡਾ ਆ, ਜੇ ਕੰਪਿਊਟਰ ਆ ਜਾਂ ਤੁਹਾਡੇ ਕੋਲ ਮੈਕ ਹੈਗਾ ਜਾਂ
ਜਾਂ ਲੈਪਟਾਪ ਆ ਉੱਨੀ ਉਹਦੇ 'ਚ ਮੈਮਰੀ ਜ਼ਿਆਦਾ ਆ, ਉੱਨੀ ਉਹ 'ਚ ਹਾਰਡ ਡਰਾਈਵ ਵੀ ਜ਼ਿਆਦਾ, ਉਹਦਾ ਪ੍ਰੋਸੈਸਰ ਵੀ ਵੱਡਾ ਆ। ਤਿੰਨ ਚੀਜ਼ਾਂ ਹੁੰਦੀਆਂ, ਓਕੇ, ਸੈੱਲਫੋਨ 'ਚੋਂ ਤਿੰਨੇ ਚੀਜ਼ਾਂ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ। ਇਸ ਕਰਕੇ ਜੇ ਤੁਸੀਂ ਨਹੀਂ ਆ ਸਕਦੇ ਜ਼ੂਮ ਦੇ ਵਿੱਚ, ਇਸ ਕਰਕੇ ਤੁਹਾਨੂੰ ਘਟਾ ਨਹੀਂ ਮਹਿਸੂਸ ਕਰਨਾ ਚਾਹੀਦਾ ਵੀ ਮੈਨੂੰ ਕੌਣ ਦੇਖ ਰਿਹਾ ਜੀ, ਮੈਂ ਤਾਂ ਇਕੱਲਾ ਹੀ ਹਾਂ। ਤੁਹਾਨੂੰ ਤੁਹਾਡਾ ਗਰੁੱਪ ਨਹੀਂ ਦੇਖ ਰਿਹਾ, ਤੁਹਾਨੂੰ ਦੁਨੀਆ ਸਾਰੀ ਦੇਖ ਰਹੀ ਹੈ, ਕਿਉਂਕਿ ਬਹੁਤ ਜਿੱਥੇ ਤੁਸੀਂ ਬੈਠੇ ਹੋ ਬ੍ਰੌਡਕਾਸਟ ਨਹੀਂ ਹੁੰਦਾ ਉੱਥੋਂ, ਉਹਨੂੰ ਮੈਂ ਪੁੱਲ ਕਰਦਾ ਟੈਲੀਕਾਸਟਰ ਦੇ ਵਿੱਚ, ਪੁੱਲ ਕਰਕੇ ਮੈਂ ਫਿਰ ਬ੍ਰੌਡਕਾਸਟ ਕਰਦਾ। ਜੇ ਇੱਧਰ ਕੰਗ ਜੀ ਬੈਠੇ ਆ ਉਹਨਾਂ ਨੂੰ ਵੀ ਮੈਂ ਪੁੱਲ ਕਰ ਰਿਹਾ, ਜੇ ਕਿਸੇ ਨੇ ਫੇਸਬੁੱਕ 'ਤੇ ਆਉਣਾ ਜਾਂ ਕਿਸੇ ਨੇ ਵਟਸਐਪ 'ਤੇ ਆਉਣਾ ਉਹਨੂੰ ਵੀ ਪੁੱਲ ਕਰਦਾ ਮੈਂ ਟੈਲੀਕਾਸਟਰ 'ਚ। ਤੁਹਾਨੂੰ ਸਰੋਤੇ ਸਾਰਿਆਂ ਨੂੰ ਦੇਖਦੇ ਆ, ਸਰੋਤਿਆਂ ਨੂੰ ਨਹੀਂ ਪਤਾ ਲੱਗਣਾ ਕਿ ਤੁਸੀਂ ਇਕੱਲੇ ਇਕੱਲੇ ਹੋ ਕੇ ਆ ਰਹੇ ਹਾਂ, ਸਰੋਤਿਆਂ ਨੂੰ ਸਾਰਾ ਗਰੁੱਪ ਹੀ ਦਿਸਦਾ। ਕਈਆਂ ਨੂੰ ਤੁਹਾਨੂੰ ਬਹੁਤੇ ਨੂੰ ਇਹ ਹੁੰਦੀ ਕਿ ਮੈਂ ਉਸ ਗਰੁੱਪ ਦੇ ਵਿੱਚ ਹੀ ਬੈਠਣਾ ਜ਼ੂਮ ਵਾਲੇ 'ਚ, ਉਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਸਰੋਤਿਆਂ ਨੂੰ ਦੱਸਣਾ ਨਾ। ਸਰੋਤਿਆਂ ਨੂੰ ਤੁਸੀਂ ਤਦ ਵੀ ਦਿਸਦੇ ਆ, ਚਾਹੇ ਵੱਖਰੇ, ਚਾਹੇ ਇਸ ਕੰਪਿਊਟਰ 'ਤੇ ਬਹਿ ਜਾਓ, ਚਾਹੇ ਇੱਧਰ ਆ ਜਾਓ, ਚਾਹੇ ਇੱਧਰ ਆ ਜਾਓ, ਚਾਹੇ ਇੱਧਰ ਆ ਜਾਓ। ਮੈਂ ਇੰਨੇ ਸਾਰੇ ਤਾਂ ਹੀ ਰੱਖੇ ਹੋਆ ਸਾਨੂੰ ਸਾਰਿਆਂ ਨੂੰ ਅਕੋਮੋਡੇਟ ਕਰਨ ਵਾਸਤੇ। ਇਸ ਕਰਕੇ ਤੁਸੀਂ ਪਹਿਲਾਂ ਮੈਨੂੰ ਦੱਸ ਦਿਆ ਕਰੋ, ਜੇ ਪਹਿਲਾਂ ਆ ਜਾ ਕਰੋ ਫਿਰ ਅਸੀਂ ਤੁਹਾਡਾ ਇਲਾਜ ਕਰ ਲੈਂਦੇ ਹੁੰਦੇ ਹਾਂ। ਕਈ ਵਾਰ ਮੌਕੇ 'ਤੇ ਆ ਕੇ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ। ਵੈਸੇ ਉੱਪਰ ਸਾਹਿਬ ਨੂੰ ਪਤਾ ਆ ਵੀ ਉਹਨਾਂ ਦਾ ਸਿਸਟਮ ਵਰਕ ਕਰ ਹੀ ਜਾਣਾ, ਇਸ ਕਰਕੇ ਜਦੋਂ ਵੀ ਮੌਕੇ 'ਤੇ ਵੀ ਆਉਂਦੇ ਆ ਉਹਨਾਂ ਦਾ ਕੰਮ ਚੱਲ ਜਾਂਦਾ, ਉਹਨਾਂ ਨੂੰ ਪਤਾ ਉਹਨੇ ਫਿਗਰ ਆਊਟ ਕੀਤਾ ਹੈ ਪਹਿਲਾਂ ਹੈ। ਜੇ ਤੁਸੀਂ ਨਹੀਂ ਕੀਤਾ ਤਾਂ ਪਹਿਲਾਂ ਆ ਜਾ ਕਰੋ, ਅਸੀਂ ਫਿਗਰ ਆਊਟ ਕਰ ਲਵਾਂਗੇ ਤੁਹਾਡੇ ਵਾਸਤੇ। ਤੁਹਾਡੇ ਵਾਸਤੇ ਹੀ ਇੰਨਾ ਇਕੁਪਮੈਂਟ ਲਾਇਆ, ਤੁਹਾਡੇ ਵਾਸਤੇ ਹੀ ਬੈਠੇ ਹਾਂ। ਪਰ 10 ਮਿੰਟ ਪਹਿਲਾਂ ਆ ਜਾਓ, ਵੀ ਵਿਲ ਫਿਗਰ ਇਟ ਆਊਟ, ਵੀ ਵਿਲ ਗੈਟ ਯੂ ਇਨ। ਸੋ ਚਲੋ ਰਵਿੰਦਰ ਜੀ, ਅਗਲੀ ਵਾਰੀ ਉਹ ਰਤਨ ਸਾਹਿਬ ਦਾ ਬਾਅਦ ਚ ਗੱਲ ਕਰਦੇ ਹਾਂ। ਹਾਂਜੀ, ਰਤਨ ਸਾਹਿਬ ਦਾ ਬਾਅਦ ਚ ਇੰਤਜ਼ਾਮ ਕਰਦੇ ਹਾਂ। ਹਾਂਜੀ ਹਾਂਜੀ, ਉਹਨਾਂ ਦਾ ਕਰਦੇ ਹਾਂ। ਪਰ ਤੁਹਾਡਾ ਹੁਕਮ ਹੈ ਤੇ ਮੈਂ ਇੱਕ ਛੋਟੇ ਜਿਹੇ ਗੀਤ ਨਾਲ ਹਾਜ਼ਰੀ ਤੇ ਲਵਾ ਰਹੇ ਹਾਂ। ਹਾਂਜੀ, ਗੀਤੇ ਚਾਹੁੰਦੇ ਅਸੀਂ ਆ ਜਾਓ। ਦਸ ਦਾਨੀ ਵਗਦੀ ਏ ਰਾਵੀਏ, ਦਸ ਜਾਨੀ ਵਗਦੀ ਏ ਰਾਵੀਏ, ਅਸੀਂ ਕੇ ਜਾਵੀਏ, ਦਸ ਜਾਨੀ ਵਗਦੀ ਏ ਰਾਵੀਏ, ਜਿੱਥੇ ਮਾਉਣੀਏ ਠੰਡੀ ਪੌਣ ਨੂੰ, ਉੱਚੀ ਸਦਾਰੀ ਰੱਖੀਏ ਤਾਂ, ਜਿੱਥੇ ਮਾਉਣੀਏ ਠੰਡੀ ਪੌਣ ਨੂੰ, ਉੱਚੀ ਸਦਾਰੀ ਰੱਖੀਏ ਤਾਂ, ਫਿਕਰਾਂ ਤੋਂ ਹੋਣ ਦੂਰ, ਜਿੱਥੇ ਹੋਣ ਨਾ ਮਜਬੂਰੀਆਂ, ਮਨ ਪਾਉਂਦਾ ਪਾਵੀਏ ਖਾਵੀਏ, ਦਸ ਜਾਨੀ ਵਗਦੀ ਏ ਰਾਵੀਏ, ਕਿਹੜੀ ਥਾਂ ਤੇ ਜਾਵੀਏ, ਦਸ ਜਾਨੀ ਵਗਦੀ ਏ ਰਾਵੀਏ, ਤੈਨੂੰ ਦੱਸੀਏ ਕੀ ਨਵੀਂ ਰੀਤ ਦੀ, ਸਾਡੇ ਨਾਲ ਕੀ ਨਿਤ ਬੀਤ ਦੀ, ਤੈਨੂੰ ਦੱਸੀਏ ਕੀ ਨਵੀਂ ਰੀਤ ਦੀ, ਸਾਡੇ ਨਾਲ ਕੀ ਨਿਤ ਬੀਤ ਦੀ, ਅਸੀਂ ਰਾਤ ਦਿਨ ਬਸ ਸੋਚਦੇ ਤੇਰੇ ਵਾਂਗ ਸੋਚਦੇ, ਅਸੀਂ ਰਾਤ ਦਿਨ ਇਹੀ ਲੋਚਦੇ ਤੇਰੇ ਵਾਂਗ ਗਾਉਣਾ ਸੋਚਦੇ, ਪਰ ਕੈਦ ਵਿੱਚ
ਕਿੰਜ ਗਾਵੀਏ ਪਰ ਕੈਦ ਵਿੱਚ ਕਿੰਜ ਗਾਵੀਏ ਦੱਸ ਜਾਣੀ ਮਗਦੀਏ ਰਾਵੀਏ ਦੱਸ ਜਾਣੀ ਮਗਦੀਏ ਰਾਵੀਏ ਅਸੀਂ ਕਿਹੜੀ ਥੋਤੇ ਜਾਵੀਏ ਦੱਸ ਜਾਣੀ ਮਗਦੀਏ ਰਾਵੀਏ ਦੱਸ ਜਾਣੀ ਮਗਦੀਏ ਰਾਵੀਏ ਲੋ ਵੀ ਦੋਸਤੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ ਅਗਲੇ ਹਫ਼ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਰੱਬ ਰਾਖਾ ਚਲੋ ਫਿਰ ਮਿਲਦੇ ਹਾਂ ਥੈਂਕ ਯੂ ਧੰਨਵਾਦ ਸ਼ੁਕਰੀਆ ਮਿਲਦੇ ਹਾਂ